ਅਮਰ ਪਦਾਰਥ ਨਾਨਕਾ ਮਨ ਮੰਨਿਐ ਸੁਖ ਹੋਈ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨਨਾ ਸਾਕਾਂ, ਤੂੰ ਠਾਕੁਰ ਊਚ ਭਗਵਾਨਾ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ। ਸੂਹੀ ਮਹਲਾ ਪੰਜਵਾਂ, ਧਨ ਸੁਹਾਗਣ ਜੋ ਪ੍ਰਭੂ ਪਛਾਨੈ, ਮਾਨੈ ਹੁਕਮ ਤਜੈ ਅਭਿਮਾਨੈ, ਪ੍ਰੇ ਸਿਉ ਰਾਤੀ ਰਲੀਆਂ ਮਾਨੈ, ਸੁਣ ਸਖੀਏ ਪ੍ਰਭ ਮਿਲਣਾ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੁਕਾਨੀ। ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੁਕਾਨੀ। ਰਹਾਉ ਸਖੀ ਸਹੇਲੀ ਕਉ ਸਮਝਾਵੈ, ਸੋਈ ਕਮਾਵੈ ਜੋ ਪ੍ਰਭ ਭਾਵੈ, ਸਾ ਸੁਹਾਗਣ ਅੰਕ ਸਮਾਵੈ, ਗਰਭ ਗਹੇਲੀ ਗਰਭ ਗਹੇਲੀ ਮਹਿਲ ਨਾ ਪਾਵੈ, ਫਿਰ ਪਛੁਤਾਵੈ ਜਬ ਰਹਿਣ ਬਿਹਾਵੈ, ਕਰਮਹੀਣ ਮਨ ਮੁਖ ਦੁਖ ਪਾਵੈ, ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਬਿਨਾਸੀ ਰਹਿਆ ਭਰਪੂਰ। ਜਨ ਨਾਨਕ ਗਾਵੈ ਜਨ ਨਾਨਕ ਗਾਵੈ, ਦੇਖ ਹਦੂਰ ਬਿਨੋ ਕਰੀ ਜੇ ਜਾਣਾ ਦੂਰ,
ਪ੍ਰਭ ਅਬਨਾਸੀ ਰਹਿਆ ਭਰਪੂਰ। ਜਨ ਨਾਨਕ ਗਾਵੈ ਦੇਖ ਹਦੂਰ। ਪਰਮ ਸਨਮਾਨ ਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸੁਭਾਏ ਮਨ ਸਤਸੰਗੀ ਜਨੋ, ਤਿੰਨ ਰੋਜ਼ਾ ਗੁਰਮਤਿ ਸਮਾਗਮ ਦੇ ਦੂਸਰੇ ਦੀਵਾਨ ਦੀ ਹਾਜ਼ਰੀ ਭਰਦਿਆਂ ਹੋਇਆਂ ਸਤਿਗੁਰੂ ਜੀ ਦੀ ਗੋਦ ਵਿੱਚ ਬੈਠ ਕੇ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਭਾਈ ਸਾਹਿਬ ਹੋਣਾ ਪਾਸੋਂ ਸਤਿਗੁਰ ਦੀ ਪਾਵਨ ਬਾਣੀ ਦੀ ਵਿਚਾਰ ਆਪਾਂ ਸਾਰੇ ਸਰਵਣ ਕਰ ਰਹੇ ਸੀ। ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਆਪਾਂ ਸਾਰਿਆਂ ਨੇ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਪਾਵਨ ਗੁਰਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ, ਇੱਕੇ ਵਾਰ ਕਹਿਣ 'ਤੇ ਸਾਰੀ ਸੰਗਤ ਬੁਲਾਓ ਫਤਿਹ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਸ਼ਬਦ ਦਾ ਆਪਾਂ ਹੁਣੇ ਪਾਠ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਸੂਹੀ ਰਾਗ ਅੰਦਰ ਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 737 ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਈਮਾਨ ਹੈ। ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਸ਼ਬਦ ਦੇ ਜਿਹੜੇ ਬੇਸਿਕ ਨੁਕਤੇ ਨੇ, ਜਿਹੜੀ ਬਾਣੀ ਦੀ ਮੁੱਢਲੀ ਵਿਚਾਰ ਹੈ, ਉਹਨੂੰ ਇੱਕ ਵਾਰੀ ਆਪਾਂ ਸਮਝ ਲਈਏ, ਫਿਰ ਆਪਾਂ ਸ਼ਬਦ ਦੀ ਵਿਚਾਰ ਵਾਲੇ ਪਾਸੇ ਆਉਂਦੇ ਹਾਂ। ਤੁਹਾਡੇ ਵਿੱਚੋਂ ਜਿਹੜੇ ਗੁਰਬਾਣੀ ਪੜ੍ਹਨ ਵਾਲੇ ਖੁਦ ਗ੍ਰੰਥੀ ਸਿੰਘ, ਪਾਠੀ ਸਿੰਘ, ਜਾਂ ਜਿਹੜੇ ਸਰੋਤੇ ਘਰਾਂ 'ਚ ਬਹਿ ਕੇ ਆਪ ਗੁਰਬਾਣੀ ਸਮਝ ਕੇ ਪੜ੍ਹਦੇ ਨੇ, ਕਿਉਂਕਿ ਦੋ ਗੱਲਾਂ ਹੁੰਦੀਆਂ ਨੇ, ਇੱਕ ਹੁੰਦਾ ਹੈ ਪਾਠ ਕਿਸੇ ਕੋਲੋਂ ਕਰਵਾ ਲੈਣਾ, ਇੱਕ ਹੁੰਦਾ ਹੈ ਖੁਦ ਗੁਰਬਾਣੀ ਆਪ ਸਮਝ ਕੇ ਪੜ੍ਹਨੀ। ਜਿਹੜਾ ਵੀ ਵਿਅਕਤੀ, ਚਾਹੇ ਮੇਰੀ ਭੈਣ ਕੋਈ ਸੰਗਤ ਵਿੱਚ ਬੈਠੀ ਹੈ, ਕੋਈ ਮਾਤਾ ਹੈ, ਕੋਈ ਬਜ਼ੁਰਗ ਹੈ, ਕੋਈ ਨੌਜਵਾਨ ਹੈ, ਜਿਹੜੇ ਬਾਣੀ ਸਮਝ ਕੇ ਪੜ੍ਹਦੇ ਨੇ, ਸਮਝ ਲੈਣਾ ਕਿ ਜਿਹਨੂੰ ਬਾਣੀ ਸਮਝ ਕੇ ਪੜ੍ਹਨ ਦੀ ਚੇਟਕ ਲੱਗ ਗਈ, ਜਾਂ ਜਿਹਨੂੰ ਇਹ ਆਨੰਦ ਆਉਣ ਲੱਗ ਪਿਆ, ਇੱਕ ਤਾਂ ਉਹਨੂੰ ਕਿਸੇ ਕੋਲੋਂ ਪੁੱਛਣ ਦੀ ਜ਼ਰੂਰਤ ਨਹੀਂ ਰਹਿੰਦੀ ਗੁਰਮਤ ਕੀ ਹੈ ਅਤੇ ਮਨਮਤ ਕੀ ਹੈ। ਦੂਜਾ, ਉਹਦੇ ਅੰਦਰ ਦੇ ਜਿਹੜੇ ਭਰਮ ਭੁਲੇਖੇ ਨੇ, ਉਹ ਆਪਣੇ ਆਪ ਦੂਰ ਹੋਣੇ ਸ਼ੁਰੂ ਹੋ ਜਾਂਦੇ ਹਨ। ਤੁਹਾਨੂੰ ਜ਼ਿੰਦਗੀ ਵਿੱਚ ਬੜੇ ਇਨਸਾਨ ਐਸੇ ਮਿਲਣਗੇ ਜਿਨ੍ਹਾਂ ਨੂੰ ਬਾਣੀ ਬਹੁਤ ਆਉਂਦੀ ਹੈ, ਪਾਠ ਬਹੁਤ ਕਰਦੇ ਨੇ, ਪਰ ਕਰਮ ਕਾਂਡ ਫਿਰ ਵੀ ਕਰੀ ਜਾਂਦੇ ਨੇ। ਬਹੁਤ ਤੁਸੀਂ ਐਸੇ ਵੇਖੇ ਹੋਣਗੇ ਜਿਹੜੇ ਪਾਠ ਬਹੁਤ ਕਰਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਕਈ ਕਈ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਉਹਨਾਂ ਨੂੰ ਮੂੰਹ ਜ਼ਬਾਨੀ ਕੰਠ ਵੀ ਨੇ, ਫਿਰ ਵੀ ਕਰਮ ਕਾਂਡ ਹੈ ਜੀਵਨ ਵਿੱਚ, ਫਿਰ ਵੀ ਹਨੇਰਾ। ਉਹਦਾ ਅਰਥ ਉਹ ਪੜ੍ਹ ਰਹੇ ਨੇ, ਸਮਝ ਨਹੀਂ ਹੈ ਬਾਣੀ ਦੀ ਕਿ ਮੈਂ ਜੋ ਪੜ੍ਹ ਰਿਹਾ ਇਹਦੇ ਅਰਥ ਕੀ ਨੇ, ਇਹਦੇ ਵਿਚਾਰ ਕੀ ਨੇ। ਪਹਿਲੀ ਗੱਲ ਹੁੰਦੀ ਹੈ ਬਾਣੀ ਨੂੰ ਸਮਝਣਾ, ਉਹਦਾ ਪਾਠ, ਫਿਰ ਉਹਦੀ ਸਮਝ, ਉਹਦੇ ਅਰਥ ਵਿਚਾਰ। ਹੁਣ ਅਰਥ ਵਿਚਾਰਾਂ ਤੋਂ ਬਾਅਦ ਜ਼ਿੰਦਗੀ ਵਿੱਚ ਲਾਗੂ ਵੀ ਤਾਂ ਕਰਨਾ ਹੈ ਨਾ। ਇਹ ਕੋਈ ਇੱਦਾਂ ਦਾ ਗਿਆਨ ਥੋੜ੍ਹਾ ਕਿ ਮੈਂ ਪੜ੍ਹੀ ਜਾਣਾ, ਇਹ ਤਾਂ ਪੁਜਾਰੀ ਕਹਿੰਦਾ ਸੀ ਵੀ ਤੁਸੀਂ ਮੰਤਰ ਪੜ੍ਹੀ ਜਾਓ ਅਤੇ ਤੁਹਾਡੇ ਕਾਰਜ ਆਪਣੇ ਆਪ ਹੀ ਸਿੱਧ ਹੋਈ ਜਾਣੇ ਨੇ। ਇੱਥੇ ਇੱਦਾਂ ਦਾ ਗੁਰੂ ਸਾਹਿਬ ਨੇ ਕੋਈ ਵਿਚਾਰ ਨਹੀਂ ਦਿੱਤੀ। ਇੱਥੇ ਮਹਾਰਾਜ ਨੇ ਕਿਹਾ ਵੀ ਅਸਲ ਵਿੱਚ ਗੁਰੂ ਦੀ ਸਿੱਖਿਆ ਨੂੰ ਜ਼ਿੰਦਗੀ ਵਿੱਚ ਲਾਗੂ ਕਰਨਾ ਹੈ, ਉਹਨੂੰ ਅਮਲੀ ਜੀਵਨ ਵਿੱਚ ਲੈ ਕੇ ਆਉਣਾ ਹੈ। ਨਹੀਂ ਤਾਂ ਗਿਆਨ ਕੇਵਲ ਤੁਹਾਡੇ ਇੱਕ ਤੁਹਾਡੇ ਗਿਆਨ ਦੇ ਵਿੱਚ ਇੱਦਾਂ ਕਹਿ ਸਕਦੇ ਕਿ ਤੁਹਾਨੂੰ ਨੌਲੇਜ ਬਹੁਤ ਹੈ, ਤੁਹਾਨੂੰ ਸਮਝ ਬਹੁਤ ਹੈ,
ਪਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਲਾਗੂ ਨਹੀਂ ਕੀਤਾ ਉਸ ਵਿਚਾਰ ਨੂੰ। ਹੁਣ ਜਿਵੇਂ ਮਨੁੱਖ ਮਰੀਜ਼ ਡਾਕਟਰ ਦੇ ਕੋਲ ਜਾਂਦਾ ਹੈ, ਸਮਝ ਤਾਂ ਉਹਨੂੰ ਆ ਜਾਂਦੀ ਹੈ ਸਾਰੀ ਕਿ ਆਹ ਚੀਜ਼ਾਂ ਖਾਣ ਨਾਲ ਰੋਗ ਵੱਧਦਾ, ਆਹ ਚੀਜ਼ਾਂ ਖਾਣ ਨਾਲ ਰੋਗ ਘੱਟਦਾ, ਪਰ ਜੇ ਲਾਗੂ ਹੀ ਨਹੀਂ ਕਰਦਾ ਉਹ ਸਮਝਦਾ ਕੀ ਅਰਥ ਰਹਿ ਗਿਆ? ਜੋ ਲਾਗੂ ਹੀ ਨਹੀਂ ਕਰਦਾ ਤੇ ਸਮਝਦਾ ਕੀ ਅਰਥ ਹੈ? ਸਮਝਦਾ ਅਰਥ ਉਦੋਂ ਹੈ ਜਦੋਂ ਲਾਗੂ ਕਰਦਾ। ਪਤਾ ਤੇ ਸਾਰਿਆਂ ਨੂੰ ਹੈ ਵੀ ਗੁਰਮਤਾ ਹੈ, ਮਨਮਤਾ ਹੈ, ਗੱਲ ਤੇ ਲਾਗੂ ਹੋਣ ਤੇ ਵੀ ਲਾਗੂ ਕਿੰਨੇ ਕੁ ਅਸੀਂ ਕਰਦੇ ਹਾਂ। ਹੁਣ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸ਼ਬਦ ਵਿੱਚ ਦੋ ਪਾਤਰ ਸਿਰਜ ਰਹੇ ਨੇ ਸਮਝਾਉਣ ਵਾਸਤੇ, ਸੁਹਾਗਣ ਤੇ ਦੁਹਾਗਣ। ਸੁਹਾਗਣ ਉਸ ਇਸਤਰੀ ਨੂੰ ਕਹਿੰਦੇ ਨੇ ਜਿਹੜੀ ਪਤੀ ਨਾਲ ਵਿਆਹੀ ਹੋਈ ਹੈ, ਇਕੱਲੀ ਵਿਆਹੀ ਨਹੀਂ ਹੋਈ, ਉਹ ਆਪਣੇ ਫਰਜ਼ ਵੀ ਪੂਰੇ ਕਰਦੀ ਹੈ। ਵਿਆਹੀਆਂ ਤਾਂ ਬਹੁਤ ਹੁੰਦੀਆਂ ਨੇ, ਆਨੰਦ ਕਾਰਜ ਤਾਂ ਬੜਿਆਂ ਲੜਕਿਆਂ ਦੇ ਹੋਏ ਹੁੰਦੇ ਨੇ, ਪਰ ਇਮਾਨਦਾਰੀ ਨਾਲ ਸੋਚਿਓ ਕਿ ਫਰਜ਼ ਵੀ ਪੂਰੇ ਹੋ ਰਹੇ ਨੇ। ਜੇ ਫਰਜ਼ ਪੂਰੇ ਹੁੰਦੇ ਤਾਂ ਤਲਾਕ ਕਿਉਂ ਹੁੰਦੇ? ਜੇ ਫਰਜ਼ ਹੀ ਪੂਰੇ ਕਰ ਰਹੇ ਤਾਂ ਡਿਵੋਰਸ ਕਿਉਂ ਹੋਣ? ਅਦਾਲਤਾਂ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਬੰਨੇ ਲਾਵਾਂ ਲੈਣ ਤੋਂ ਬਾਅਦ ਇੱਕ ਜੱਜ ਅਦਾਲਤ ਵਿੱਚ ਬੈਠਾ ਸਾਨੂੰ ਫੈਸਲਾ ਸੁਣਾ ਦੇ ਵੀ ਅੱਜ ਤੋਂ ਬਾਅਦ ਤੁਸੀਂ ਅਲੱਗ ਅਲੱਗ ਰਹਿਣਾ, ਤੁਹਾਡੇ ਵਿੱਚ ਕੋਈ ਸੰਬੰਧ ਨਹੀਂ ਹੈ, ਬੱਚੇ ਜਾਂ ਮਾਂ ਨੂੰ ਮਿਲ ਗਏ ਜਾਂ ਬਾਪ ਨੂੰ ਮਿਲ ਗਏ। ਬਹੁਤ ਵਾਰੀ ਵਿਆਹੁਣ ਤੱਕ ਡਿਵੋਰਸ ਹੋ ਜਾਂਦਾ, ਬੱਚੇ ਵਿਆਹੁਣ ਵਾਲੇ ਹੋ ਗਏ ਨੇ, ਤਾਂ ਵੀ ਤਲਾਕ ਹੋ ਜਾਂਦਾ। ਸੁਹਾਗਣ ਦਾ ਅਰਥ ਹੈ ਜਿਹੜੀ ਵਿਆਹੀ ਹੋਈ ਹੈ, ਚਾਹੇ ਉਹ ਮਰਦ ਹੈ ਚਾਹੇ ਔਰਤ ਹੈ। ਗੁਰਬਾਣੀ ਵਿੱਚ ਸੁਹਾਗਣ ਪਤਾ ਕਿਹਨੂੰ ਆਖਿਆ? ਪਹਿਲੀ ਗੱਲ ਸਮਝ ਲੈਣਾ, ਬਾਣੀ ਵਿੱਚ ਕੰਤ ਆਖਿਆ ਅਕਾਲ ਪੁਰਖ ਨੂੰ, ਪਰਮਾਤਮਾ ਨੂੰ। ਜਿਹੜਾ ਬਾਣੀ ਵਿੱਚ ਕੰਤ ਅਕਾਲ ਪੁਰਖ ਵਾਹਿਗੁਰੂ ਸੱਚ, ਤੇ ਉਹਦੀ ਇਸਤਰੀ ਫਿਰ ਕਿਹੜੀ ਹੋਈ? ਜਿਹੜਾ ਸੰਸਾਰ ਤੇ ਜੀਵ ਵਿਚਰਨ ਵਾਲਾ ਹੈ, ਜਿਹੜਾ ਉਹ ਸੱਚ ਨੂੰ ਕਮਾਉਂਦਾ ਹੈ। ਹੁਣ ਸਤਿਗੁਰੂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਉਹ ਹੀ ਜੀਵ ਇਸਤਰੀ ਸੁਹਾਗਣ ਹੈ ਜਿਹੜੀ ਅਕਾਲ ਪੁਰਖ ਦੇ ਉਸ ਸੱਚ ਨੂੰ ਜ਼ਿੰਦਗੀ ਵਿੱਚ ਮਾਣਦੀ ਹੈ, ਜਿਹੜੀ ਸਮਝਦੀ ਹੈ। ਹੁਣ ਮੰਨ ਲਓ ਧੀ ਦਾ ਵਿਆਹ ਕਰ ਦਿੱਤਾ ਆਪਾਂ, ਪੁੱਤ ਦਾ ਵਿਆਹ ਕਰ ਦਿੱਤਾ, ਚਾਹੇ ਉਹ ਮਰਦ ਹੈ ਚਾਹੇ ਔਰਤ ਹੈ, ਜੇ ਉਹਨੂੰ ਫਰਜ਼ ਪੂਰੇ ਨਹੀਂ ਕਰਨੇ ਆ ਰਹੇ ਤਾਂ ਫਿਰ ਕਾਹਦਾ ਸੰਸਾਰ 'ਤੇ ਪਤੀ ਪਤਨੀ ਬਣਨਾ ਹੋਇਆ? ਜੇ ਉਹਨੂੰ ਆਪਣੇ ਫਰਜ਼ਾਂ ਬਾਰੇ ਨਹੀਂ ਪਤਾ, ਜੇ ਉਹਨੂੰ ਸਮਾਜ ਵਿੱਚ ਜ਼ਿੰਮੇਵਾਰੀਆਂ ਦਾ ਨਹੀਂ ਪਤਾ ਵੀ ਸਮਾਜ ਵਿੱਚ ਰਹਿਣਾ ਕਿਵੇਂ ਹੈ। ਇੱਦਾਂ ਹੀ ਗੁਰੂ ਪਾਤਸ਼ਾਹ ਇੱਥੇ ਕਹਿੰਦੇ ਨੇ ਕਿ ਇੱਕ ਜੀਵ ਇਸਤਰੀ ਜਿਹੜੀ ਸੁਹਾਗਣ ਹੈ, ਜਿਹੜੀ ਪਰਮਾਤਮਾ ਨਾਲ ਜੁੜੀ ਹੋਈ, ਉਹ ਦੂਜੀ ਨੂੰ ਪੁੱਛਦੀ ਹੈ, ਭੈਣੇ ਜਿੱਦਾਂ ਤੂੰ ਸੁਹਾਗਣ ਬਣੀ ਹੈ ਮੈਨੂੰ ਦੱਸ, ਮੈਂ ਵੀ ਸੁਹਾਗਣ ਬਣਨਾ ਚਾਹੁੰਦੀ ਹਾਂ, ਕਿਵੇਂ ਸੁਹਾਗਣ ਬਣਿਆ ਜਾ ਸਕਦਾ ਹੈ, ਕਿਵੇਂ ਪਰਮਾਤਮਾ ਦੇ ਨਾਲ ਆਨੰਦ ਪ੍ਰਾਪਤ ਕੀਤਾ ਜਾ ਸਕਦਾ। ਅਤੇ ਉੱਥੇ ਗੁਰਦੇਵ ਪਿਤਾ ਮਹਾਰਾਜ ਕਹਿੰਦੇ ਸੁਣ ਸਖੀਏ ਪ੍ਰਭ, ਪੜ੍ਹੋ ਜੀ, ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਸੁਣ ਸਖੀਏ, ਹੇ ਮੇਰੀਏ ਭੈਣੇ, ਹੇ ਮੇਰੀਏ ਸਹੇਲੀਏ, ਆ ਤੈਨੂੰ ਮੈਂ ਦੱਸਾਂ ਪਰਮਾਤਮਾ ਦੇ ਨਾਲ ਮਿਲਾਪ ਦੀ ਨਿਸ਼ਾਨੀ ਕਿਹੜੀ ਕਿਹੜੀ ਹੈ। ਇੱਥੇ ਸੁਹਾਗਣ ਸਮਝ ਲੈਣਾ ਸਿੱਖ, ਅਤੇ ਦੁਹਾਗਣ ਸਮਝ ਲੈਣਾ ਜਿਹੜਾ ਅਖਵਾਉਂਦਾ ਸਿੱਖ ਹੈ ਪਰ ਵਾਸਤਵ ਵਿੱਚ ਸਿੱਖ ਹੈ ਨਹੀਂ, ਜਿਹਦੀ ਸਕਲੋ ਸੂਰਤ ਸਿੱਖ ਵਾਲੀ ਹੈ, ਬਾਹਰੋਂ ਬਣਤਰ ਕਰਕੇ ਲੱਗਦਾ ਹੈ ਵੀ ਗੁਰੂ ਦਾ ਸਿੱਖ ਹੀ ਹੈ ਪਰ ਸੂਰਤ ਵਿੱਚ ਸਿੱਖੀ ਨਹੀਂ ਹੈ। ਹੁਣ ਜੀ ਤਾਂ ਉਹਦਾ ਵੀ ਕਰਦਾ ਵੀ ਇਹਦੇ ਵਰਗਾ ਆਨੰਦ ਮੇਰੇ ਘਰ ਵੀ ਆਵੇ, ਇਹਦੇ ਵਰਗਾ ਟਿਕਾ ਮੇਰੇ ਘਰ 'ਚ ਆਵੇ। ਜਦੋਂ ਆ ਜਦੋਂ ਕੋਈ ਕਿਸੇ ਕੋਈ ਧਾਰਮਿਕ ਸਮਾਗਮ 'ਤੇ ਜਾਂਦਾ, ਕਿਸੇ ਦੇ ਬੱਚੇ ਕਵਿਤਾ ਬੋਲਦੇ ਆਪਾਂ ਸੁਣਦੇ ਹਾਂ, ਕਿਸੇ ਦੇ ਬੱਚੇ ਨੂੰ ਕੀਰਤਨ ਕਰਦਿਆਂ ਵੇਖਦੇ ਹਾਂ, ਕਿਸੇ ਦੇ ਬੱਚੇ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਮੁੱਖ ਵਾਕ ਲੈਂਦਿਆਂ ਵੇਖਦੇ ਹਾਂ, ਕਿਹਦੀ ਸੰਗਤ ਵਿੱਚ ਬੈਠਿਆਂ ਬੈਠਿਆਂ ਮਨ 'ਚ ਖਿਆਲ ਨਹੀਂ ਆਉਂਦਾ ਵੀ ਸਾਡਾ ਵੀ ਪੁੱਤ ਕਿਤੇ ਇੱਦਾਂ ਮੁੱਖ ਵਾਕ ਲਵੇ ਤਾਬਿਆ ਬਹਿ ਕੇ, ਇੱਦਾਂ ਸਾਡਾ ਬੱਚਾ ਵੀ ਸਟੇਜ 'ਤੇ ਕਵਿਤਾ ਪੜ੍ਹੇ, ਦਿਲ 'ਤੇ ਕਰਦਾ ਨਾ? ਜੀ ਸਾਰਿਆਂ ਦਾ ਕਰਦਾ ਵੀ ਸਾਡੇ ਵੀ ਬੱਚੇ ਕਿਤੇ ਇੱਦਾਂ ਦੇ ਬਣਨ, ਪਰ ਜਿਨ੍ਹਾਂ ਦੇ ਉਹ ਬੱਚੇ ਹੁੰਦੇ ਕਦੀ
ਪੁੱਛਿਆ ਵੀ ਉਹ ਇਹ ਬੱਚਿਆਂ ਨੂੰ ਟਾਈਮ ਕਿੱਦਾਂ ਦਿੰਦੇ ਨੇ, ਕਿੱਦਾਂ ਉਹ ਇਹਨਾਂ ਬੱਚਿਆਂ ਦੀ ਤਿਆਰੀ ਕਰਾਉਂਦੇ ਨੇ? ਦਿਲ ਤਾਂ ਸਾਰਿਆਂ ਦਾ ਕਰਦਾ, ਹੋ ਸਕਦਾ ਉਹ ਮਾਂ ਬੱਚਿਆਂ ਨੂੰ ਸਿਖਾਉਂਦੀ ਹੋਵੇ, ਹੋ ਸਕਦਾ ਪਿਤਾ ਆਪਣੇ ਬੱਚਿਆਂ ਵਿੱਚ ਬਹਿ ਕੇ ਬਾਣੀ ਪੜ੍ਹਦਾ ਹੋਵੇ, ਹੋ ਸਕਦਾ ਪਿਤਾ ਨੇ ਇੱਕ ਦਿਨ ਬੱਧਾ ਹੋਵੇ, ਆਓ ਬੱਚਿਓ ਆਪਾਂ ਰਲ ਕੇ ਅੱਜ ਸਹਿਜ ਪਾਠ ਕਰੀਏ। ਵੀ ਜੇ ਅਸੀਂ ਬੱਚਿਓ ਤੁਹਾਡੀ ਹਰ ਗੱਲ ਮੰਨਦੇ ਹਾਂ, ਤੁਹਾਨੂੰ ਵੀ ਸਾਡੀਆਂ ਕੁਝ ਗੱਲਾਂ ਮੰਨਣੀਆਂ ਪੈਣਗੀਆਂ। ਜੇ ਅੱਜ ਕੱਲ੍ਹ ਬੱਚੇ ਮਨਾਉਂਦੇ ਆ ਨਾ, ਬਾਪੂ ਕੋਲ ਸਾਈਕਲ ਆ, ਬੱਚਾ ਜਿਹਦੇ ਨਾਲ ਮੋਟਰਸਾਈਕਲ ਲੈਂਦਾ, ਲੈਂਦਾ ਕਿ ਨਹੀਂ ਲੈਂਦਾ? ਹੁਣ ਬਾਪੂ ਕੋਲ ਤਾਂ ਇਹਦੇ ਸਾਈਕਲ ਆ ਵਿਚਾਰੇ ਕੋਲ, ਪਰ ਮਾਂ ਵੀ ਲੱਗ ਕਿਉਂਕਿ ਜੀ ਲੈ ਦੇ, ਸਾਰਾ ਕੁਝ ਤਾਂ ਇਹਦੇ ਵਾਸਤੇ ਹੀ ਹੈ, ਇੱਦਾਂ ਹੈ ਨਾ ਵੀ ਸਾਰਾ ਕੁਝ ਤਾਂ ਇਹਦਾ ਹੀ ਆ। ਜਿੱਦ ਕਰਕੇ ਮੁੜ ਕੇ ਮੂੰਹ ਚੁੱਕ ਲੂ ਕਿਸੇ ਵੱਲੋਂ, ਕੋਈ ਗੱਲ ਨਹੀਂ ਲੈ ਦਿਓ। ਜੇ ਨੌਜਵਾਨਾਂ ਇਹਨਾਂ ਬੱਚਿਆਂ ਦੀ ਗੱਲ ਮਾਂ ਬਾਪ ਮੰਨ ਸਕਦੇ ਨੇ, ਕਦੀ ਕੋਸ਼ਿਸ਼ ਕੀਤੀ ਵੀ ਅਸੀਂ ਆਪਣੇ ਬੱਚਿਆਂ ਸਾਹਮਣੇ ਆਪਣੀ ਮੰਗ ਰੱਖੀ ਹੋਵੇ? ਮੰਗ ਤਾਂ ਉਹੀ ਮਾਂ ਰੱਖੇਗੀ ਨਾ ਜਿਹੜੀ ਖੁਦ ਬਾਣੀ ਪੜ੍ਹਦੀ ਹੋਏਗੀ, ਮੰਗ ਤਾਂ ਉਹੀ ਬਾਪ ਰੱਖੇਗਾ ਜਿਹੜਾ ਖੁਦ ਬਾਣੀ ਪੜ੍ਹਦਾ ਹੋਏਗਾ। ਮਠੀਆਂ ਤੇ ਦੀਵੇ ਜਗਾਉਣ ਵਾਲੇ ਕੀ ਮੰਗ ਰੱਖਣਗੇ ਜੀ, ਜਿਨ੍ਹਾਂ ਨੇ ਸਾਧਾਂ ਦੇ ਪੈਰ ਧੋ ਧੋ ਕੇ ਪੀਤੇ, ਉਹ ਬੱਚਿਆਂ ਅੱਗੇ ਮੰਗ ਵੀ ਕੀ ਰੱਖਣਗੇ? ਜਿਨ੍ਹਾਂ ਨੇ ਲੀਡਰਾਂ ਦੇ ਝੰਡੇ ਹੀ ਚੁੱਕ ਛੱਡੇ ਸਾਰੀ ਜ਼ਿੰਦਗੀ, ਵੀ ਉਸ ਕਾਨਫਰੰਸ 'ਚ ਉੱਠ ਕੇ ਉੱਥੇ ਜਾ ਬੈਠੇ, ਉਸ ਰੈਲੀ 'ਚ ਉੱਠ ਕੇ ਉਸ ਰੈਲੀ 'ਚ, ਉਹ ਮੰਗਾਂ ਵੀ ਕੀ ਰੱਖਣਗੇ ਆਪਣੇ ਬੱਚਿਆਂ? ਰੱਖ ਸਕਣਗੇ ਜੀ? ਆਹ ਵੇਖੋ ਕਿੱਦਾਂ ਹੁਣ ਲਿਲਵੀ ਲੱਗੀ ਹੋਈ ਹੈ, ਕਿੱਦਾਂ ਕੰਧਾਂ ਭਰੀਆਂ ਹੋਈਆਂ ਨੇ ਬੈਨਰਾਂ ਦੇ ਨਾਲ, ਕਿੱਦਾਂ ਗੱਡੀਆਂ ਮਗਰ ਸਟਿੱਕਰ ਲੱਗੇ ਹੋਏ ਨੇ, ਲੱਗਦਾ ਨਹੀਂ ਸਾਨੂੰ ਜਿਵੇਂ ਕਮਲੇ ਜਿਹੇ ਹੋ ਗਏ ਅਸੀਂ? ਕਿਉਂ ਸਾਧ ਸੰਗਤ ਜੀ, ਕਈ ਆਹ ਜਿਹੜੇ ਦਿਨੇ ਨਾਰੇ ਲਾਉਂਦੇ ਕਿ ਵੀ ਮੁੱਲਾ ਰਾਤ ਸੁੱਤੇ ਪਏ ਵੀ ਨਾਰੇ ਲਾਈ ਜਾਂਦੇ ਹੋਣੇ, ਘਰ ਵਾਲੇ ਹੁੰਦੀ ਰਾਤ 'ਤੇ ਸੌਂ ਜਾ ਕਮ ਸੇ ਕਮ। ਉਹ ਜਿਵੇਂ ਉਹ ਕਹਾਣੀ ਆਉਂਦੀ ਨਾ ਵੀ ਇੱਕ ਬੰਦੇ ਦੀ ਕੱਪੜੇ ਦੀ ਦੁਕਾਨ ਸੀ, ਇੱਕ ਬੰਦੇ ਦੀ ਕੱਪੜੇ ਦੀ ਦੁਕਾਨ ਸੀ, ਅਤੇ ਹੁਣ ਜਿਹੜਾ ਬੰਦਾ ਸਾਰੀ ਦਿਹਾੜੀ ਜਿਹੜਾ ਕੰਮ ਕਰਦਾ ਹੋਵੇਗਾ, ਸੁਭਾਵਿਕ ਹੈ ਸੁਪਨਾ ਵੀ ਰਾਤ ਨੂੰ ਉਹੋ ਜਿਹਾ ਹੀ ਆਉਣਾ ਉਹਨੂੰ, ਵੀ ਜਿਹੋ ਜਿਹੀ ਬੰਦੇ ਦੀ ਸੁਰਤ ਹੈ ਉਹ ਸੌਂ ਗਿਆ ਘਰ ਜਾ ਕੇ, ਹੁਣ ਰਾਤ ਸੁੱਤਾ ਹੈ, ਸੁੱਤੇ ਨੂੰ ਸੁਪਨਾ ਆਇਆ ਵੀ ਗਾਹਕ ਆਣ ਕੇ ਆਉਂਦਾ ਜੀ ਕੱਪੜਾ ਕਿੰਨੇ ਰੁਪਏ ਮੀਟਰ ਹੈ, ਆਉਂਦਾ ਇਹ ਕੱਪੜਾ 10 ਰੁਪਏ ਮੀਟਰ ਹੈ, ਲਾ ਲਓ ਉਦਾਹਰਨ 20 ਲਾ ਲਓ 30 ਲਾ ਲਓ, ਆਉਂਦਾ 10 ਰੁਪਏ ਮੀਟਰ ਹੈ। ਗਾਹਕ ਕਹਿੰਦਾ ਨਹੀਂ ਭਾਈ ਕੱਪੜਾ ਪਸੰਦ ਹੈ ਪਰ ਰੇਟ ਜ਼ਿਆਦਾ, ਮੈਂ ਤਾਂ ਇਹਦੇ 5 ਦੇਣੇ ਨੇ, ਆਉਂਦਾ ਨਾ ਭਾਈ ਆਪਾਂ ਤਾਂ 10 ਲੈਣੇ ਆ। ਹੁਣ ਉਹਨੂੰ ਗਾਹਕ ਨੂੰ ਵੀ ਉਹ ਵੀ ਚਾਹੁੰਦਾ ਵੀ ਕੱਪੜਾ ਲੈ ਕੇ ਜਾਵੇ ਮੇਰੇ ਕੋਲੋਂ, ਕਹਿੰਦਾ ਚੱਲ ਨਾ ਤੇਰੀ ਨਾ ਮੇਰੀ, ਨਾ ਤੇਰੀ ਨਾ ਮੇਰੀ, 7.5 ਰੁਪਏ ਮੀਟਰ ਉਹਨੂੰ ਕੱਪੜਾ ਪਾ ਕੇ ਦੇਣ ਲੱਗਾ। ਹੁਣ ਸੁਪਨਾ ਆ ਰਿਹਾ ਸੀ, ਹੁਣ ਜਿਹੜਾ ਰਾਤ ਉੱਤੇ ਚਾਦਰ ਲੈ ਕੇ ਸੁੱਤਾ ਸੀ, ਚਾਦਰ ਦੇ 2 ਹਿੱਸੇ ਕਰਤੇ, ਘਰ ਵਾਲੇ ਕਹਿੰਦੀ ਰਾਤ 'ਤੇ ਸੌਂ ਜਾ ਕਰ ਕਮ ਸੇ ਕਮ। ਮੈਨੂੰ ਲੱਗਦਾ ਵੀ ਆਹ ਜਿਹੜੇ ਦਿਨੇ ਨਾਰੇ ਮਾਰਦੇ ਫਿਰਦੇ ਆ ਨਾ, ਆਹ ਰਸਤੇ ਅਸੀਂ ਗੱਲਾਂ ਕਰਦੇ ਆਉਂਦੇ ਸੀ, 150 ਬਰਾਤੀ ਜਾਂਦਾ, ਖੰਡੇ ਦੀ ਪੋਹ ਲੈਣ ਵਾਲੇ ਵੀ 100-150 'ਚ ਹੁੰਦੇ ਆ, ਅਤੇ ਅਰਦਾਸ ਨਹੀਂ ਕਰਨੀ ਆਉਂਦੀ, ਉਹ ਗਰੰਟੀ ਸੀ ਉਹਨੂੰ ਉਡੀਕਦੇ ਆ, ਮੈਂ ਕਿਤੇ ਬੋਲਿਆ ਨਹੀਂ ਜਾਂਦਾ। ਆਹ ਵੇਖੀ ਹੁਣ ਕਿੱਦਾਂ ਬੋਲਦੇ ਆ, ਫਿਰ ਬੰਦਿਆਂ ਦੀਆਂ ਤਾਰੀਫਾਂ ਵੇਖੋ ਕਿੱਦਾਂ ਹੁੰਦੀਆਂ, ਹੁੰਦੀਆਂ ਕਿ ਨਹੀਂ ਹੁੰਦੀਆਂ? ਮੈਂ ਭਾਵੇਂ ਕਿਸੇ ਪਾਰਟੀ ਦਾ ਹੋਵੇ ਜੀ, ਸਾਨੂੰ ਕਿਸੇ ਧੜੇ ਵਿੱਚ ਨਾ ਪਾਇਓ, ਸੋਚੋ ਹਾਂ ਭਲਾ ਲੱਗਦਾ ਕਿ ਨਹੀਂ ਲੱਗਦਾ? ਕਿੰਨਾ ਟਾਈਮ ਆ ਬੰਦਿਆਂ ਕੋਲੋਂ, ਕੋਈ ਐਂ ਨੂੰ ਭੱਜਾ ਜਾ ਰਿਹਾ, ਅੱਗੋਂ ਗੱਡੀ ਐਂ ਨੂੰ ਜਾ ਰਹੀ ਹੈ, ਕਰੋੜਾਂ ਦਾ ਡੀਜ਼ਲ ਪੈਟਰੋਲ ਫੂਕਿਆ ਜਾਣਾ ਇਹਨਾਂ ਦਿਨਾਂ 'ਚ। ਬੰਦਿਆਂ ਦੇ ਮਗਰ ਬੈਨਰ ਚੁੱਕਣ ਵਾਲਿਆਂ ਕਦੀ ਗੁਰੂ ਮਗਰ ਵੀ ਗਿਆ, ਕਦੀ ਸਾਹਿਬਜ਼ਾਦਿਆਂ ਬਾਰੇ ਵੀ ਦਰਵਾਜ਼ਿਆਂ 'ਤੇ ਗਏ? ਆਹ ਬੀਬੀਆਂ ਨਹੀਂ ਮਾਣ, ਗੁੱਸਾ ਨਾ ਮਾਰਿਓ, ਸਹੁਰਾ ਖਲੋਤਾ ਅਤੇ ਸਾਲੀਆਂ ਭੈਣਾਂ ਨਾਲ ਤੁਰੀਆਂ ਫਿਰਦੀਆਂ ਗਲੀਆਂ ਵਿੱਚ, ਕਦੀ ਗੁਰੂ ਬਦਲੇ ਵੀ ਗਏ ਜੇ? ਗਲਾਨੀ 'ਚ ਨਹੀਂ ਆਉਂਦੀ ਆਪਣੇ ਜੀਵਨ 'ਤੇ ਵੀ ਮਾਤਾ ਗੁਜਰ ਕੌਰ ਨਾਲ ਅੱਖਾਂ ਮਿਲਾਉਣ ਜੋਗੇ ਹਾਂ, ਵੀ ਕਦੀ ਮੇਰੇ ਪੋਤਰਿਆਂ ਬਦਲੇ ਵੀ ਦਰਵਾਜ਼ੇ ਦਰਵਾਜ਼ੇ 'ਤੇ ਗਏ ਜੇ? ਕਦੀ ਮੇਰੇ ਸਾਹਿਬਜ਼ਾਦਿਆਂ ਬਾਰੇ ਵੀ ਕਦੀ ਕਿਸੇ ਦਰਵਾਜ਼ੇ 'ਤੇ ਜਾ ਕੇ ਦਰਵਾਜ਼ਾ ਖੜਕਾਇਆ ਵੀ ਭੈਣੋ ਕਿੱਦਾਂ ਟਾਈਮ ਦਿੰਦੀਆਂ ਜੇ ਆਪਣੇ ਬੱਚਿਆਂ ਨੂੰ? ਸੋਚੋ ਭਲਾ ਸਾਧ ਸੰਗਤ ਜੀ, ਕਦੀ ਮਨ 'ਚ ਖਿਆਲ ਆਇਆ ਸਾਡੇ? ਗੁਰੂ ਸਾਹਿਬ ਨੇ ਸਾਨੂੰ ਕਿੱਥੇ, ਇਹੋ ਹੀ ਇੱਕ ਕਾਰਨ ਸੀ ਸਾਡੇ ਅੰਦਰ, ਗੰਦੇ ਭ੍ਰਿਸ਼ਟ ਲੀਡਰ ਸਾਡੇ ਮੋਢਿਆਂ 'ਤੇ ਬਹਿਣ ਦਾ ਇੱਕੋ ਹੀ ਕਾਰਨ ਸੀ, ਅਸੀਂ ਅੰਦਰੋਂ ਸਿਆਣੇ ਨਹੀਂ ਹਾਂ। ਜੇ ਭ੍ਰਿਸ਼ਟ ਸਿਸਟਮ ਨੂੰ ਆਪਾਂ ਆਪਣੇ ਗੁਣੋਂ ਲਾਉਣਾ ਚਾਹੁੰਦੇ ਹਾਂ,
ਅੰਦਰ ਸਿਆਣਪ ਵੀ ਤਾਂ ਲਿਆਉਣੀ ਪਵੇਗੀ ਨਾ, ਅੰਦਰ ਵੀ ਤਾਂ ਉਹ ਵਿਚਾਰ ਲੈ ਕੇ ਆਉਣੀ ਪਵੇਗੀ ਨਾ। ਅਸੀਂ ਅੱਖਾਂ ਮੀਟ ਕੇ, ਸਾਨੂੰ ਲੱਗਦਾ ਵੀ ਕਈ ਵਾਰੀ ਇਸ ਚੀਜ਼ ਨਾਲ ਕ੍ਰਾਂਤੀ ਆਉਣੀ, ਕ੍ਰਾਂਤੀ ਸਾਨੂੰ ਖੁਦ ਲੈ ਕੇ ਆਉਣੀ ਪੈਣੀ ਹੈ। ਸਾਡੇ ਪਰਿਵਾਰਾਂ ਦੇ ਮਾਹੌਲ ਥੋੜ੍ਹਾ ਕਿਸੇ ਲੀਡਰ ਨੇ ਚੇਂਜ ਕਰ ਦੇਣੇ ਜਾਣ ਕੇ। ਆ ਕੱਲ੍ਹ ਬੱਚੇ ਦਾ ਜਨਮਦਿਨ ਹੋਇਆ, ਤੁਸੀਂ ਆਪਣੇ ਬੱਚੇ ਦਾ ਜਨਮਦਿਨ ਪੈਲਸ ਵਿੱਚ ਸ਼ਰਾਬਾਂ ਪਿਆ ਕੇ ਮਨਾਉਣਾ, ਇਹ ਥੋੜ੍ਹਾ ਕਿਸੇ ਲੀਡਰ ਨੇ ਆਣ ਕੇ ਚੇਂਜ ਕਰ, ਇਹ ਤਾਂ ਸਾਨੂੰ ਆਪ ਕਰਨਾ ਪੈਣਾ। ਬਰਾਤ ਮੈਂ ਕਿੰਨੀ ਲੈ ਕੇ ਜਾਣੀ ਹੈ, ਕਿੰਨਾ ਖਰਚਾ ਕਰਨਾ, ਸ਼ਰਾਬ ਪੀਣੀ ਕਿ ਨਹੀਂ ਪੀਣੀ, ਉੱਥੇ ਡਾਂਸਰਾਂ ਲਿਆਉਣੀਆਂ ਕਿ ਨਹੀਂ ਲਿਆਉਣੀਆਂ, ਇਹ ਥੋੜ੍ਹਾ ਕਿਸੇ ਸਰਕਾਰ ਨੇ ਦਖਲ ਅੰਦਾਜ਼ੀ ਦੇਣੀ ਹੈ, ਇਹ ਤਾਂ ਸਾਡੀ ਆਪਣੀ ਜ਼ਿੰਮੇਵਾਰੀ ਹੈ। ਸੋਚ ਤਾਂ ਸਾਨੂੰ ਆਪਣੀ ਤਬਦੀਲ ਕਰਨੀ ਪੈਣੀ, ਜਿੰਨੀ ਦੇਰ ਸੋਚ ਨਹੀਂ ਬਦਲਦੇ ਉਦੋਂ ਤੱਕ ਕੁਝ ਨਹੀਂ ਹੋ ਸਕਦਾ ਸਤਸੰਗ ਜੀ। ਤਾਂ ਸਾਨੂੰ ਕਈ ਵਾਰੀ ਲੱਗਦਾ ਨਾ ਇਹਦੇ 'ਚ ਕੋਈ ਸ਼ੱਕ ਨਹੀਂ, ਇਸ ਤੋਂ ਤਾਂ ਭ੍ਰਿਸ਼ਟ ਸਿਸਟਮ ਹੈ ਸਾਡੇ ਉੱਤੇ, ਆਪਾਂ ਇਹੋ ਮੰਨਦੇ ਹਾਂ ਨਾ, ਬਿਲਕੁਲ ਭ੍ਰਿਸ਼ਟ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗਿਆਨ ਕਿੱਡਾ ਉਪਦੇਸ਼, ਕਿੱਡੀ ਵਧੀਆ ਸਾਡੇ ਕੋਲ ਵਿਚਾਰ ਹੈ ਸਮਾਜ ਵਿੱਚ ਰਿਸ਼ਵਤਖੋਰੀ ਦੇ ਵਿਰੁੱਧ, ਸਮਾਜ ਵਿੱਚ ਚੰਗਾ ਲੀਡਰ ਕਿੱਦਾਂ ਦਾ ਹੋਣਾ ਚਾਹੀਦਾ, ਸਮਾਜ ਵਿੱਚ ਇਨਸਾਨ ਕਿੱਦਾਂ ਦੇ ਹੋਣੇ ਚਾਹੀਦੇ ਨੇ। ਜੇ ਐਡਾ ਵੱਡਾ ਗਿਆਨ ਹੋਣ ਦੇ ਬਾਵਜੂਦ ਅਸੀਂ ਪਿੰਡਾਂ ਵਿੱਚ ਰੱਖ ਕੇ ਕੇਵਲ ਚੌਰ ਕਰੀ ਜਾ ਰਹੇ ਹਾਂ, ਨਮਸਕਾਰਾਂ ਕਰੀ ਜਾ ਰਹੇ ਹਾਂ, ਤੁਹਾਨੂੰ ਲੱਗਦਾ ਵੀ ਕੋਈ ਸਾਡੇ 'ਚ ਤਬਦੀਲੀ ਲਿਆ ਸਕਦਾ? ਤਬਦੀਲੀ ਆਪ ਲਿਆਉਣੀ ਪੈਣੀ। ਜੇ ਮੈਂ ਪ੍ਰਣ ਕਰ ਲਵਾਂ, ਮੈਂ ਆਪਣੇ ਪਰਿਵਾਰ 'ਚ ਰਿਸ਼ਵਤ ਨਹੀਂ ਆਉਣ ਦੇਣੀ, ਮੈਂ ਆਪਣੇ ਬੱਚਿਆਂ ਨੂੰ ਲਾਲਚ ਤੋਂ ਬਚਾ ਕੇ ਰੱਖਣਾ, ਇਕੱਲਾ ਇਕੱਲਾ ਇਨਸਾਨ ਜਿਹਦਾ ਕਮਿਟਮੈਂਟ ਨਹੀਂ ਨਾ ਕਰਦਾ ਪਿਆਰੇ, ਜਦੋਂ ਪਬਲਿਕ ਸਹੀ ਹੋਵੇ ਨਾ ਫਿਰ ਗਲਤ ਲੀਡਰ ਨਹੀਂ ਉਹਦੇ ਸਿਰ 'ਤੇ ਬਹਿ ਸਕਦਾ, ਅਤੇ ਜਦੋਂ ਪਬਲਿਕ ਕਮਲੀ ਹੋਵੇ ਲੀਡਰ ਜਿਹੜਾ ਮਰਜ਼ੀ ਸਿਰ 'ਤੇ ਆਣ ਕੇ ਬਹਿ ਜੇ, ਗੱਲ ਇੱਥੇ ਆਣ ਕੇ ਨਿਬੜਦੀ। ਪਹਿਲਾਂ ਸਿਆਣਪ ਲੈ ਕੇ ਆਉਣੀ ਪੈਣੀ ਹੈ, ਸਿਆਣਪ ਤਾਂ ਸਾਡੀ ਕਹਿਣੀ 'ਚ ਆ। ਹੁਣ ਜ਼ੋਰ ਲਾਉਣਾ ਪੈ ਰਿਹਾ ਵੀ ਪੇਟੀਆਂ ਨਾ ਲਾਓ, ਨਸ਼ਾ ਨਾ ਤੁਸੀਂ ਪੀਓ, ਇੰਨਾ ਕੁਝ ਕਰਨ ਦੇ ਬਾਵਜੂਦ ਹੁਣ ਜਿਹੜੇ ਪੀਣ ਵਾਲੇ ਬੰਦੇ ਟਲਣਗੇ ਭਲਾ? ਉਹ ਸੋਚ ਤਾਂ ਸਾਡੇ ਵਿੱਚ ਗਲਤ ਬੈਠੀ ਹੋਈ ਹੈ। ਇਸ ਲਈ ਖੈਰ ਇਹ ਮੇਰਾ ਵਿਸ਼ਾ ਨਹੀਂ, ਮੈਂ ਤਾਂ ਸਿਰਫ ਇੱਕ ਬੇਨਤੀ ਕਰ ਰਿਹਾ ਵੀ ਹੁਣ ਦੌਰ ਚੱਲ ਰਿਹਾ, ਤੁਸੀਂ ਵੇਖੋ ਕਿੱਦਾਂ ਬੈਨਰ ਲੱਗੇ ਨੇ, ਅਤੇ ਜਦੋਂ ਪੰਜਾਬ ਵਿੱਚ ਕੋਈ ਸਾਡੇ ਸਮਾਗਮ ਹੁੰਦਾ, ਕੋਈ ਗੁਰਮਤ ਦੀ ਗੱਲ ਹੁੰਦੀ ਹੈ, ਕਦੀ ਉਦੋਂ ਬੈਨਰ ਲਾਉਣ ਦੀ ਆਪਾਂ ਕੋਸ਼ਿਸ਼ ਕੀਤੀ, ਉਦੋਂ ਇਹ ਬੰਦੇ ਕਿੱਥੇ ਚਲੇ ਜਾਂਦੇ ਨੇ? ਲੱਗਦਾ ਨਹੀਂ ਤੁਹਾਨੂੰ? ਦੁਨੀਆ ਨਾ ਸਲਾਹ ਜੋ ਮਰ ਵੰਝ ਸੀ, ਲੋਕਾਂ ਨਾ ਸਲਾਹ ਜੋ ਮਰ ਖਾਕ ਸੀ। ਲੱਗਦਾ ਨਹੀਂ ਸਾਨੂੰ ਸਾਧ ਸੰਗਤ ਜੀ ਵੀ ਜਿਹੜੀ ਸਤਿਗੁਰ ਦੀ ਬਾਣੀ ਕਹਿੰਦੀ ਭਲਿਓ ਇਹ ਭੂਪਤ ਸਭ ਦਿਵਸ ਚਾਰ ਕੇ, ਚਾਰ ਦਿਨਾਂ ਦੇ ਮਹਿਮਾਨ ਨੇ, ਝੂਠੇ ਕਰਤ ਦਿਵਾਜਾ ਕਿਉਂ ਭਾਈ ਬੰਦਿਆਂ ਮਗਰ ਤੁਰਿਆ ਫਿਰਦਾ ਤੂੰ? ਸੱਚ ਦੀ ਵਿਚਾਰ ਆਪਣੇ ਜੀਵਨ 'ਚ ਲੈ ਕੇ ਆ। ਜਿੰਨੀ ਦੇਰ ਤੱਕ ਕੋਈ ਕਿਸੇ ਨੂੰ ਨਹੀਂ ਬਦਲ ਸਕਦਾ ਬੰਦਿਆ, ਤੈਨੂੰ ਖੁਦ ਆਪਣੇ, ਇੱਥੋਂ ਤੱਕ ਗੁਰੂ ਵੀ ਬੰਦੇ ਨੂੰ ਨਹੀਂ ਬਦਲਦਾ। ਗੁਰੂ ਜੀ ਵੀ ਕਹਿੰਦੇ ਆ ਗਿਆਨ ਦੇਣਾ, ਬਦਲਣਾ ਨਾ ਬਦਲਣਾ ਜ਼ਿੰਮੇਵਾਰੀ ਤੇਰੀ ਆਪਣੀ। ਜੇ ਗੁਰੂ ਬਦਲਦਾ ਹੁੰਦਾ ਤਾਂ ਮੋਹਨ ਨੂੰ ਨਾ ਬਦਲਦੇ ਭਲਾ, ਸ੍ਰੀ ਚੰਦ ਨੂੰ ਨਾ ਬਦਲਦੇ, ਪ੍ਰਿਥੀ ਚੰਦ ਨੂੰ ਮੀਣਾ ਕਿਉਂ ਰਹਿਣ ਦਿੰਦੇ ਭਲਾ? ਗੁਰੂ ਸਾਹਿਬ ਵੀ ਕਿਸੇ ਨੂੰ ਨਹੀਂ ਬਦਲਦੇ। ਗੁਰੂ ਸਾਹਿਬ ਕਹਿੰਦੇ ਗਿਆਨ ਦੇਣ ਲੱਗਾ ਵਾਂ, ਮੰਨਣਾ ਨਾ ਮੰਨਣਾ ਮਰਜ਼ੀ ਤੇਰੀ ਆਪਣੀ ਹੈ। ਜੇ ਆਪਾਂ ਕਹਾਂਗੇ ਗੁਰੂ ਸਾਹਿਬ ਬਦਲਦੇ ਸਾਰਿਆਂ ਨੂੰ, ਤਾਂ ਫਿਰ ਗੁਰੂ ਸਾਹਿਬ ਚਾਹੁੰਦੇ ਨੇ ਵੀ ਉਹਦੇ ਆਪਣੀ ਕੁੱਲ ਵਿੱਚ ਪੈਦਾ ਹੋਏ ਬੰਦੇ ਵੀ ਜਿਹੜੇ ਮਨਮੁੱਖ ਰਹਿ ਜਾਂਦੇ, ਆਪਣੀ ਕੁੱਲ ਵਿੱਚ ਪੈਦਾ ਹੋਏ ਇਨਸਾਨ ਵੀ ਜਿਹੜੇ ਆ ਉਹ ਸੱਚ ਦੀ ਵਿਚਾਰ ਤੋਂ ਵਾਂਝੇ। ਗੁਰੂ ਸਾਹਿਬ ਵੀ ਕਹਿੰਦੇ ਮੈਂ ਉਪਦੇਸ਼ ਦੇਣ ਲੱਗਾ, ਵਿਚਾਰ ਦੇਣ ਲੱਗਾ, ਮੰਨਣਾ ਨਾ ਮੰਨਣਾ ਮਰਜ਼ੀ ਤੇਰੀ। ਅਤੇ ਕਦੀ ਸੋਚ ਕੇ ਵੇਖਿਆ ਜੇ ਧੰਨ ਗੁਰੂ ਨਾਨਕ ਸਾਹਿਬ ਵਰਗੇ ਕ੍ਰਾਂਤੀਕਾਰੀ ਵਿਚਾਰ ਹੁੰਦੇ ਹੋਣ ਦੇ ਬਾਵਜੂਦ ਵੀ ਅਸੀਂ ਆਪਣੇ ਪਰਿਵਾਰਾਂ ਦੇ ਮਾਹੌਲ ਬਦਲਣ ਨੂੰ ਤਿਆਰ ਨਹੀਂ, ਸਾਨੂੰ ਕੌਣ ਬਦਲ ਸਕਦਾ ਜੀ ਦੂਜਾ ਭਲਾ? ਗੁਰੂ ਨਾਨਕ ਸਾਹਿਬ ਨਾਲੋਂ ਕੋਈ ਕਾਬਲ, ਗੁਰੂ ਨਾਨਕ ਸਾਹਿਬ ਨਾਲੋਂ ਕੋਈ ਤਾਕਤਵਰ, ਗੁਰੂ ਨਾਨਕ ਸਾਹਿਬ ਨਾਲੋਂ ਕੋਈ ਵਿਚਾਰਾਂ ਦਾ ਪ੍ਰਭਾਵ ਪਾਉਣ ਵਾਲਾ ਕੋਈ ਦੁਨੀਆ 'ਤੇ ਹੋਰ ਆ ਸਕਦਾ ਜੀ, ਜਿਹਦੇ ਵਿਚਾਰ ਐਡੇ ਨਿੱਗਰ ਹੋਣ? ਇੰਨੇ ਵਿਚਾਰ ਵਧੀਆ ਹੋਣ ਦੇ ਬਾਵਜੂਦ ਵੀ, ਕਿਉਂਕਿ ਅਸਲ ਵਿੱਚ ਅਸੀਂ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦੇ ਸੀ। ਹੁਣ ਗੁਰੂ ਅਰਜਨ ਸਾਹਿਬ ਜੀ ਇਹੋ ਗੱਲ ਕਹਿੰਦੇ ਆ, ਇੱਕ ਜੀਵ ਇਸਤਰੀ ਦੂਜੀ ਜੀਵ ਇਸਤਰੀ ਨੂੰ ਕਹਿੰਦੀ ਆ ਭੈਣੇ ਮੈਂ ਵੀ ਤੇਰੇ ਵਾਂਗੂ ਸੁਹਾਗਣ ਬਣਨਾ ਚਾਹੁੰਦੀ ਹਾਂ। ਅਤੇ ਸੁਹਾਗਣ ਬਣੀਦਾ ਕਿਵੇਂ ਆ? ਧਿਆਨ ਨਾਲ ਸੁਣਿਓ ਮਹਾਰਾਜ ਕੀ ਕਹਿੰਦੇ ਆ।
ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ। ਹੇ ਜੀਵ ਇਸਤਰੀਏ ਮੇਰੀਏ ਭੈਣੇ ਸਹੇਲੀਏ, ਰੱਬ ਨੂੰ ਮਿਲਦੀ ਨਿਸ਼ਾਨੀ ਕਿਹੜੀ ਹੈ? ਕਹਿੰਦੀ ਆ ਸੁਣ ਫਿਰ ਧਿਆਨ ਨਾਲ। ਮਨ ਤਨ ਅਰਪ ਤਜ ਲਾਜ ਲੋਕਾਨੀ। ਤਿੰਨ ਚੀਜ਼ਾਂ ਛੱਡਣੀਆਂ ਪੈਣੀਆਂ ਤੈਨੂੰ, ਨੋਟ ਕਰਿਓ। ਪਹਿਲਾ ਕੀ ਹੈ? ਆਪਣਾ ਮਨ ਅਰਪਣਾ ਪੈਣਾ ਹੈ। ਦੂਜਾ ਹੈ ਤਨ ਅਰਪਣਾ ਪੈਣਾ ਹੈ। ਤੀਜਾ ਹੈ ਲੋਕ ਲਾਜ। ਤੇ ਕਿਹੜੀ ਕਮਾਲ ਦੀ ਗੱਲ ਹੈ, ਜਿਹਨੇ ਮਨ ਆਪਣਾ ਸੌਂਪ ਦਿੱਤਾ ਉਹਦਾ ਤਨ ਆਪਣੇ ਆਪ ਹੀ ਸੌਂਪਿਆ ਜਾਣਾ, ਤੇ ਜਿਹਨੇ ਤਨ ਸੌਂਪ ਦਿੱਤਾ ਉਹਨੇ ਲੋਕ ਲਾਜ ਬਦਲੇ ਕੰਮ ਕਰਨੇ। ਕੋਈ ਕੰਮ ਇੱਕੋ ਹੀ ਕਰਨਾ ਪੈਣਾ, ਮਨ ਅਰਪਣਾ ਪੈਣਾ ਹੈ। ਕੰਮ ਬੋਲੋ ਪਿਆਰੇ, ਮਨ ਸਿਰਫ ਮਨ ਅਰਪਣਾ ਪੈਣਾ ਹੈ, ਸਿਰਫ ਆਪਣਾ। ਹੁਣ ਮਨ ਅਰਪਣ ਦਾ ਕੀ ਅਰਥ ਹੈ? ਆਪਣੇ ਅੰਦਰ ਦੇ ਵਿਚਾਰ ਛੱਡਣੇ, ਆਪਣੀ ਸੋਚ ਛੱਡ ਕੇ ਗੁਰੂ ਦੀ ਸੋਚ ਨੂੰ ਗ੍ਰਹਿਣ ਕਰਨਾ। ਹੁਣ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਪਹਿਲੀ ਨਿਸ਼ਾਨੀ ਹੈ ਮਨ ਅਰਪ। ਹੁਣ ਮਨ ਅਰਪਣ ਦਾ ਅਰਥ ਕਿ ਅਸੀਂ ਬਾਣੀ ਕਿਉਂ ਪੜ੍ਹਦੇ ਹਾਂ, ਗੁਰਦੁਆਰੇ ਕਿਉਂ ਜਾਂਦੇ ਹਾਂ? ਹੁਣ ਤੁਸੀਂ ਵੇਖੋ, ਜਦੋਂ ਮਰੀਜ਼ ਡਾਕਟਰ ਦੇ ਕੋਲ ਜਾਂਦਾ ਹੈ ਨਾ, ਤੇ ਉੱਥੇ ਡਾਕਟਰਾਂ ਦਾ ਜੇ ਤਾਂ ਉਮਰ ਲੰਬੀ ਭੋਗਣਾ ਚਾਹੁੰਦਾ, 4 ਸਾਲ ਕੱਢਣਾ ਚਾਹੁੰਦਾ, ਤੇ ਫਿਰ ਆਪਣੇ ਸਾਰੇ ਵਿਚਾਰ ਸਾਈਡ ਤੇ ਰੱਖਦੇ। ਉੱਥੇ ਹੁਣ ਆਪਣਾ ਮਨ ਉਹ ਸਾਈਡ ਤੇ ਕਰਦਾ, ਉਹਦਾ ਪਕੌੜੇ ਖਾਣ ਨੂੰ ਵੀ ਦਿਲ ਕਰਦਾ, ਉਹਦਾ ਮਿੱਠਾ ਖਾਣ ਨੂੰ ਵੀ ਦਿਲ ਕਰਦਾ, ਡਾਕਟਰ ਦਾ ਆਹ ਮਨ ਆਪਣਾ ਸਾਈਡ ਤੇ ਕਰਦੇ। ਹੁਣ ਜੋ ਮੈਂ ਕਹਿ ਰਿਹਾ ਉਹਦੇ ਵੱਲ ਧਿਆਨ ਦੇ। ਇਹ ਦੋਵੇਂ ਚੀਜ਼ਾਂ ਤੇਰੇ ਵਾਸਤੇ ਹੁਣ ਜ਼ਹਿਰ ਹੀ। ਨਸ਼ਾ ਪੀਣਾ? ਕਹਿੰਦਾ ਹਾਂਜੀ, ਰੋਜ਼ ਤੇ ਨਹੀਂ ਪੀਂਦਾ, ਹਫ਼ਤੇ 2-4 ਵਾਰੀ ਪੀ ਲੈਣਾ। ਕਹਿੰਦਾ ਇਹ ਵੀ ਬੰਦ ਆ, ਦਿਲ ਕਰਦਾ ਨਾ ਉਹਦਾ, ਉਹਦਾ ਉਹਦਾ ਮਨ ਤੇ ਕਰਦਾ ਨਾ, ਪਰ ਡਾਕਟਰ ਕਹਿੰਦਾ ਇਹ ਮਨ ਸਾਈਡ ਤੇ ਕਰਦੇ। ਹੁਣ ਜੋ ਮੈਂ ਕਹਿ ਰਿਹਾ ਇਹ ਤੇ ਅਮਲ ਦੇਣਾ ਕਰਨਾ ਪੈਣਾ ਤੈਨੂੰ। ਨਸ਼ਾ ਛੱਡਣਾ ਪੈਣਾ, ਮਿੱਠਾ ਛੱਡਣਾ ਪੈਣਾ, ਤਲੀਆਂ ਚੀਜ਼ਾਂ ਛੱਡਣੀਆਂ ਪੈਣੀਆਂ। ਖੁਰਾਕ ਕਿਹੜੀ ਖਾਂਦਾ? ਥੋੜ੍ਹੀ ਬਹੁਤਾ ਸੈਰ ਕਰਦਾ, ਤੈਨੂੰ ਬਿਮਾਰੀਆਂ ਬਹੁਤ ਜ਼ਿਆਦੀਆਂ ਨੇ। ਕਹਿੰਦਾ ਨਹੀਂ ਕਰਦਾ ਜੀ। ਕਹਿੰਦਾ ਉਹ ਵੀ ਕਰਨੀ ਪੈਣੀ ਹੈ। ਹੁਣ ਇਹ ਸਭ ਚੀਜ਼ਾਂ ਡਾਕਟਰ ਦੇ ਕੋਲ ਜਾ ਕੇ ਆਪਣਾ ਮਨ ਸਾਈਡ ਤੇ ਕਰਕੇ ਸਾਰੀਆਂ ਵਿਚਾਰਾਂ ਡਾਕਟਰ ਕੋਲੋਂ ਲੈ ਕੇ ਆਉਂਦਾ ਤਾਂ ਕਿ ਮੈਂ 2-4 ਸਾਲ ਹੋਰ ਜਿਉਂਦਾ ਰਹਿ ਸਕਾਂ। ਇੱਦਾਂ ਗੁਰੂ ਸਾਹਿਬ ਕਹਿੰਦੇ ਆ, ਕਹਿੰਦੇ ਪਿਆਰਿਆ ਜੇ ਤੂੰ ਜ਼ਿੰਦਗੀ 'ਚ ਸੁਖੀ ਹੋਣਾ ਚਾਹੁੰਦਾ ਸਭ ਤੋਂ ਪਹਿਲਾਂ ਆਪਣਾ ਮਨ ਇੱਥੇ ਅਰਪਾਣ ਕੇ। ਹੁਣ ਮਨ 'ਤੇ ਅਰਪਦੇ ਹੀ ਨਹੀਂ ਆਪਾਂ। ਹੁਣ ਤੁਸੀਂ ਵੇਖੋ, ਤਨ ਅਰਪਿਆ ਜਾਂਦਾ, ਰਾਤ ਬੰਦਾ ਸੌਂਦਾ, ਸਵੇਰੇ ਖੰਡੇ ਦੀ ਪੌਲ ਤਿਆਰ ਹੁੰਦੀ ਹੈ, ਆਵਾਜ਼ ਦਿੱਤੀ ਜਾਂਦੀ ਵੀ ਕਾਰ ਵੀ ਮਿਲਣਗੇ। ਵੇਖੋ ਜਿਸ ਬੰਦੇ ਦੇ ਅੰਦਰ ਭੁੱਖ ਲੱਗੀ ਹੋਈ ਨਾ, ਉਹਨੇ ਪੈਸਿਆਂ ਨਾਲ ਵੀ ਇੱਕ ਕਾਰ ਖਰੀਦ ਲੈਣੇ ਨੇ। ਜਦੋਂ ਕੱਪੜੇ, ਅੱਜ ਤੱਕ ਕੱਪੜਾ ਫ੍ਰੀ ਮਿਲਿਆ ਕਦੀ ਦੁਕਾਨ ਤੋਂ ਸਾਨੂੰ? ਇਮਾਨਦਾਰੀ ਨਾਲ ਸੋਚਿਓ, ਕਦੀ ਕੱਪੜਾ ਫ੍ਰੀ ਮਿਲਦਾ ਆਪਾਂ ਨੂੰ? ਦੁੱਧ ਸਭ ਚੀਜ਼ਾਂ ਅਸੀਂ ਮੁੱਲ ਲੈ ਕੇ ਆਉਂਦੇ ਹਾਂ ਆਪਣੀਆਂ ਲੋੜਾਂ ਵਾਸਤੇ। ਜਦੋਂ ਬੰਦੇ ਦੇ ਅੰਦਰ ਖਿੱਚ ਹੋਈ ਨਾ, ਉਹਨੇ ਕਾਰ ਵੀ ਮੁੱਲ ਖਰੀਦ ਲੈਣੇ ਆ। ਉਹਨੂੰ ਪਤਾ ਵੀ ਇੱਕ ਕਾਰ ਕਿਸੇ ਫੈਕਟਰੀ 'ਚ ਫ੍ਰੀ ਨਹੀਂ ਬਣਦੇ, ਵੀ ਹਰ ਬੰਦਾ ਆਪਣੀ ਮਿਹਨਤ ਕਰਦਾ ਹੋ ਸਕਦਾ, ਜਿਹੜਾ ਕਿਰਪਾਨ ਤਿਆਰ ਕਰਦਾ, ਜਿਹੜਾ ਗਾਤਰੇ ਸਿਉਰਿਆ, ਉਹਦੀ ਰੋਜ਼ੀ ਰੋਟੀ ਆ, ਉਹਦਾ ਕਿਰਤ ਵਾ, ਉਹ ਪੈਸੇ ਦੇ ਕੇ ਚੀਜ਼ ਖਰੀਦੇਗਾ? ਨਹੀਂ ਭਾਈ, ਮੇਰੇ ਕੋਲ ਅੱਜ ਸਮਰੱਥਾ ਹੈ, ਮੈਂ 100, 50, 200, 400 ਲਾ ਸਕਦਾ, ਮੈਂ 200-400 ਰੁਪਇਆ ਖਰਚ ਕਰ ਸਕਦਾ। ਹੁਣ ਜਦੋਂ ਉਹ ਇਸ ਬੰਨੇ ਤੁਰੇਗਾ ਨਾ, ਸਮਝ ਲੈਣਾ ਗੱਲ ਨੂੰ, ਹੁਣ ਉਹਨੇ ਮਨ ਦੀ ਤਿਆਰੀ ਕੀਤੀ ਹੈ, ਮਨ ਨੂੰ ਇਸ ਬੰਨੇ ਤੁਰਿਆ ਵੀ ਨਾ ਭਾਈ, ਅੱਜ ਤੋਂ ਬਾਅਦ ਆਪਾਂ ਨਸ਼ਾ ਕਰਨਾ, ਨਾ ਕੋਈ ਪਰਾਇਆ ਰੂਪ ਤੱਕਣਾ, ਨਾ ਕੋਈ ਗਲਤ ਥਾਂ 'ਤੇ ਜਾ ਕੇ ਮੱਥਾ। ਇਹ ਮਨ ਦੀ ਤਿਆਰੀ ਕਰ ਰਿਹਾ। ਹੁਣ ਤਨ ਦੇ ਕਾਰ ਤਾਂ ਬਾਅਦ ਵਿੱਚ ਪਏ ਨੇ, ਪਹਿਲਾਂ ਮਨ ਨੂੰ ਇਸ ਬੰਨੇ ਲੈ ਕੇ ਆਇਆ। ਹੁਣ ਬੰਦਾ ਰਾਤ ਸੁੱਤਾ ਹੈ, ਕਈ ਵਾਰੀ ਸਾਨੂੰ ਇੰਝ ਲੱਗਦਾ ਨਾ ਵੀ ਇਹ ਬੰਦਾ ਨਸ਼ਾ ਨਹੀਂ ਛੱਡਦਾ, ਜਿਹਨੂੰ ਅੰਮ੍ਰਿਤ ਛਕਾ ਦਿਓ। ਹੁਣ ਆਪਾਂ ਛਕਾਤਾ, ਆਪਾਂ ਤਨ ਦੇ ਉੱਤੇ ਕਾਰ ਪਾਤੇ, ਅਤੇ ਦਿਲ 'ਤੇ ਕਰਦਾ ਕਿ ਨਹੀਂ ਉਹਦਾ ਕਰਦਾ ਜੀ? ਬੋਲਿਓ ਭਲਾ, ਕਿਉਂ ਸਾਹ ਸੰਗਤ ਜੀ, ਦਿਲ 'ਤੇ ਕਰਦਾ ਕਿ ਨਹੀਂ ਕਰਦਾ? ਹੁਣ ਦਿਲ ਉਹਦਾ ਕਰਦਾ, ਤੁਸੀਂ ਉਹਨੂੰ ਕਿਤੇ ਫਿਰ ਇਹੋ ਜਿਹੇ ਡਰ? ਆਪਾਂ ਸੋਚਣਾ ਕਿਰਪਾਨ ਪਾਤੀ। ਹੁਣ ਅਸਲ 'ਚ ਗੱਲ ਪਤਾ ਕੀ ਸੀ, ਸਾਖੀਆਂ ਵੀ ਇੱਦਾਂ ਦੀਆਂ ਸੁਣਾਈਆਂ ਗਈਆਂ ਵੀ ਜਦੋਂ ਖੰਡੇ ਦੀ ਪੌਲ ਵਿੱਚੋਂ ਚਿੜੀ ਨੇ ਚੁੰਝ ਭਰੀ, ਉਹਨੇ ਬਾਜ ਨੂੰ ਲਲਕਾਰਿਆ, ਉਹ ਇੱਕ ਮੁਹਾਵਰੇ ਸੀ।
ਵੀ ਇਹ ਭਾਰਤ ਵਿੱਚ ਲੋਕ ਚਿੜੀਆਂ ਵਰਗੇ ਰਹਿੰਦੇ ਸੀ, ਜਦੋਂ ਗੁਰੂ ਦੀ ਵਿਚਾਰ ਅੰਦਰ ਆਈ ਤੇ ਜਿਹੜੇ ਬਾਹਰੋਂ ਆਏ ਹਮਲਾਵਰ ਬਾਜਾਂ ਵਰਗੇ ਸੀ, ਉਹਨਾਂ ਨੂੰ ਲਲਕਾਰੇ ਮਾਰੇ ਉਹਨਾਂ ਨੇ। ਹੁਣ ਦੂਜੇ ਬੰਨੇ ਵੇਖੋ ਖੰਡੇ ਦੀ ਪਾਹੁ ਲੈਣ ਵਾਲੇ ਕਿੰਨਿਆਂ ਥਾਵਾਂ 'ਤੇ ਜਾ ਕੇ ਮੱਥੇ ਟੇਕਦੇ, ਤੁਹਾਨੂੰ ਨਜ਼ਰ ਆ ਰਹੇ ਕਿ ਨਹੀਂ ਨਜ਼ਰ ਆ ਰਹੇ? ਇਮਾਨਦਾਰੀ ਨਾਲ ਸੋਚਿਓ, ਕੋਈ ਕਿਸੇ ਲੀਡਰ ਦੇ ਪੈਰ ਕੁੱਟੀ ਜਾਂਦੇ ਨੇ, ਕੋਈ ਕਿਸੇ ਮੱਠੀ ਦੇ ਦੀਵਾ ਜਗਾਈ ਜਾਂਦੇ ਆ? ਹੁਣ ਇੱਥੇ ਕਿੱਥੇ ਗਿਆ ਜੀ ਵੀ ਖੰਡੇ ਦੀ ਪਾਹੁ ਲੈਣ ਵਾਲੇ ਨੇ, ਚਿੜੀਆਂ ਨੇ ਬਾਜ ਮਰੋੜ ਤੇ ਉਹਨੂੰ ਆਹ ਕਰਤਾ ਸ਼ਕ? ਕਈ ਤਾਂ ਇੱਦਾਂ ਦੇ ਭੋਲੇ ਹੁੰਦੇ ਨੇ ਕਹਿੰਦੇ ਜੀ ਖੰਡੇ ਦੀ ਪਾਹੁ ਲੈ ਕੇ ਅੰਮ੍ਰਿਤ ਛਕ ਕੇ, ਸ਼ਕਤੀ ਤਾਂ ਕੋਈ ਆਈ ਨਹੀਂ। ਉਹਨੂੰ ਇੰਝ ਲੱਗਦਾ ਵੀ ਜਦੋਂ ਅੱਖਾਂ 'ਚ ਇੱਦਾਂ 5 ਚੂਲੇ ਪਏ, ਕੇਸਾਂ 'ਚ ਪਏ, ਤੇ ਸ਼ਾਇਦ ਇਸੇ ਨਾਲ ਸ਼ਕਤੀ ਆ ਜਾਣੀ, ਇਹ ਸ਼ਕਤੀ ਹੈ। ਉਹਨੂੰ ਇੰਝ ਲੱਗਦਾ ਵੀ ਇਹਦੇ ਨਾਲ ਹੀ ਮੈਂ ਭਾਰ ਢਾ ਦੇਣਾ। ਉਹ ਪਿਆਰੇ ਹੋ, ਇਹ ਤਾਂ ਬਾਹਰ ਦੀ ਵਰਦੀ ਸੀ, ਗੱਲ ਤਾਂ ਗੁਰਬਾਣੀ ਦੀ ਵਿਚਾਰ ਦੀ ਸੀ ਕਿ ਮੈਂ ਅੰਦਰੋਂ ਤਕੜਾ ਹੋ ਸਕਾਂ, ਮੈਂ ਅੰਦਰੋਂ ਅੰਦਰੋਂ ਬਲਵਾਨ ਹੋ ਸਕਾਂ ਅੰਦਰੋਂ। ਅਸਲ ਵਿੱਚ ਢਾਡੀਆਂ ਸੁਣਾਏ ਵੀ ਇੱਦਾਂ ਦੇ ਸਾ ਕੇ, ਗੁੱਸਾ ਨਾ ਮਨਾਇਓ, ਹਕੀਕਤ ਹੈ ਤੁਹਾਡੇ ਵਿੱਚ ਕੋਈ ਵੀਰ ਬੈਠਾ ਹੋਵੇ, ਸਾ ਕੇ ਵੀ ਇੱਦਾਂ ਇੱਦਾਂ ਸਰੰਗੀ ਲਾ ਲਾ ਕੇ ਇੱਦਾਂ ਗੱਲਾਂ ਸੁਣਾਈਆਂ, ਵਿੱਚ ਬੈਠੇ ਨੂੰ ਇੰਝ ਲੱਗਾ ਵੀ ਲੈ ਤੇ ਗੱਲ ਹੀ ਬੜੀ ਸੌਖੀ ਹੈ, ਮੈਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਹੈਗੀ। ਗੁਰਬਾਣੀ ਦੀ ਵਿਚਾਰ ਨੇ ਬੰਦੇ ਨੂੰ ਤਬਦੀਲ ਕਰਨਾ, ਜਿਹੜਾ ਗੁਰਬਾਣੀ ਦਾ ਸ਼ਬਦ ਹੈ ਨਾ, ਜਿਹਦੇ ਨਾਲ ਮੈਂ ਆਪਣੇ ਮਨ ਦੇ ਵਿਚਾਰ ਤਬਦੀਲ ਕਰਨੇ ਆ। ਬੰਦਾ ਆਪਣੀ ਸੋਚ ਬਦਲਣ ਨੂੰ ਤਿਆਰ ਨਹੀਂ, ਸਰੀਰ ਆਪਣਾ ਉਹੋ ਜਿਹਾ ਬਣਾਉਣਾ। ਸਰੀਰ ਦਾ ਸਿੱਖ ਬਣਨਾ ਬਹੁਤ ਸੌਖਾ ਹੈ, ਸਰੀਰ 'ਤੇ ਵਰਦੀ ਪਾਉਣੀ ਬਹੁਤ ਸੌਖੀ ਹੈ। ਇੱਥੇ ਗੁਰਦੇਵ ਨੇ ਆਖਿਆ ਪਹਿਲਾਂ ਮਨ ਨਰਪ, ਅਤੇ ਭਗਤ ਕਬੀਰ ਦੇ ਪਾਵਨ ਸ਼ਬਦ ਪੜ੍ਹੋ, ਕੀ ਆਉਂਦੇ ਨੇ ਪਹਿਲਾਂ? ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ। ਉਹਦੇ ਜਪ ਕਿਸ ਅਰਥ, ਉਹਦੇ ਤਪ ਕਿਸ ਅਰਥ, ਉਹਦੇ ਵਰਤ ਰੱਖੇ, ਉਹਦੀ ਪੂਜਾ ਕਿਸ ਅਰਥ? ਅੱਗੇ ਪਤਾ ਕੀ ਲਿਖਿਆ? ਜਾਂ ਕੇ ਹਿਰਦੈ ਭਾਉ ਹੈ ਦੂਜਾ। ਜਿਹਦੇ ਹਿਰਦੇ ਵਿੱਚ ਭਾਉ ਦੂਜਾ ਹੈ, ਜਿਹਦੇ ਹਿਰਦੇ 'ਚ ਪਿਆਰ ਦੂਜਾ, ਉਹਦੇ ਜਪ ਕੇ ਸਰਥ, ਉਹਦੇ ਤਪ ਕੇ ਸਰਥ। ਹੁਣ ਬੰਦਾ ਆਪਣੇ ਬੱਚਿਆਂ ਨੂੰ, ਭੈਣਾਂ ਬੈਠੀਆਂ, ਪਹਿਲਾਂ ਭੈਣਾਂ ਵਾਲੇ ਬੰਨੇ ਸੋਚ ਲਓ, ਬੰਦਾ ਬੱਚਿਆਂ ਨੂੰ ਸਕੂਲ ਦੀ ਵਰਦੀ ਵੀ ਪੂਰੀ ਵਧੀਆ ਲੈ ਕੇ ਦਿੰਦਾ ਹੋਵੇ, ਘਰ 'ਚ ਪਤਨੀ ਨੂੰ ਕੱਪੜੇ ਵੀ ਵਧੀਆ ਸਵਾ ਕੇ ਦਿੰਦਾ ਹੋਵੇ, ਘਰ ਦਾ ਰਾਸ਼ਨ ਵੀ ਪੂਰਾ, ਹਰ ਚੀਜ਼ ਘਰ ਵਿੱਚ ਪੂਰੀ ਮੁਹੱਈਆ ਕਰਾਉਂਦਾ ਹੋਵੇ, ਪਰ ਔਰਤ ਨੂੰ ਪਤਾ ਲੱਗ ਜਾਏ ਕਿ ਮੇਰੇ ਪਤੀ ਦਾ ਕਿਤੇ ਬਾਹਰ ਕਿਸੇ ਔਰਤ ਨਾਲ ਸੰਬੰਧ ਹੈ, ਉਹ ਔਰਤ ਸਾਰੀਆਂ ਖੁਸ਼ੀਆਂ ਪ੍ਰਵਾਨ ਕਰਕੇ ਬੰਦੇ ਦੇ ਇਸ ਐਬ ਨੂੰ ਪ੍ਰਵਾਨ ਕਰੇਗੀ? ਇਮਾਨਦਾਰੀ ਨਾਲ ਸੋਚਿਓ, ਮੇਰੀਆਂ ਭੈਣਾਂ ਬੇਟੀਆਂ ਨੇ, ਉਹਨੂੰ ਪਤਾ ਲੱਗ ਜਾਏ ਇਹ ਕੱਪੜੇ ਵੀ ਵਧੀਆ ਸਵਾ ਕੇ ਦਿੰਦਾ, ਇਹ ਬੱਚਿਆਂ ਨੂੰ ਹਰ ਸਹੂਲ ਦਿੰਦਾ, ਘਰ 'ਚ ਮੈਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੰਦਾ, ਪਰ ਇਹਦਾ ਸੰਬੰਧ ਹੈ ਕਿਤੇ। ਕਿਉਂ ਜੀ? ਔਰਤ ਉਸ ਮਰਦ ਨੂੰ ਚੰਗਾ ਮੰਨੇਗੀ? ਹੁਣ ਮਰਦ ਵਾਲੇ ਬੰਨੇ ਆ ਜਾਓ, ਔਰਤ ਘਰ 'ਚ ਬੱਚਿਆਂ ਦਾ ਪੂਰਾ ਧਿਆਨ ਰੱਖਦੀ ਹੋਵੇ, ਖਾਣਾ ਵੀ ਬਣਾ ਕੇ ਦਿੰਦੀ ਹੋਵੇ, ਮਾਂ ਬਾਪ ਦੀ ਸੇਵਾ ਵੀ ਕਰਦੀ ਹੋਵੇ, ਹਰ ਘਰ 'ਚ ਦਰਾਣੀਆਂ ਜਠਾਣੀਆਂ ਨਾਲ ਵੀ ਮਿਲ ਕੇ ਰਹਿੰਦੀ ਹੋਵੇ, ਪਰ ਮਰਦ ਨੂੰ ਪਤਾ ਹੋਵੇ, ਜਾਂ ਪਤਾ ਲੱਗ ਜਾਏ, ਜਾਂ ਇੱਦਾਂ ਹੋਵੇ ਕਿ ਮੇਰੀ ਔਰਤ ਦਾ ਕਿਤੇ ਕੋਈ ਸੰਬੰਧ ਹੈ, ਕਿਉਂ ਜੀ ਪ੍ਰਵਾਨ ਕਰੇਗਾ ਮਰਦ ਭਲਾ? ਇਮਾਨਦਾਰ ਨਾਲ ਸੋਚੋ, ਗ੍ਰਿਸਤੀ ਬੈਠੇ ਹੋ ਤੁਸੀਂ, ਅਤੇ ਗੁਰੂ ਸਾਹਿਬ ਦੀ ਬਾਣੀ ਕੀ ਆਉਂਦੀ ਹੈ? ਕਹਿੰਦੇ ਬੰਦਾ ਜਪ ਵੀ ਕਰੀ ਜਾਂਦਾ, ਤਪ ਵੀ ਕਰੀ ਜਾਂਦਾ, ਪਾਠ ਵੀ ਕਰੀ ਜਾਂਦਾ, ਮਨ ਕਰਕੇ ਸੰਬੰਧ ਇਹਦਾ ਕਿਤੇ ਹੋਰ ਹੀ ਬਣਿਆ ਹੋਇਆ ਹੈ, ਨਹੀਂ ਬਣਿਆ ਜੀ? ਬੋਲ ਕੇ ਦੱਸਿਓ ਜੀ, ਜਦੋਂ ਇਹ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਮੱਠੀ 'ਤੇ ਵੀ ਦੀਵਾ ਜਗਾ ਜਾਂਦਾ, ਸੰਬੰਧ ਬਣ ਗਿਆ ਕਿ ਨਹੀਂ? ਮਨ ਕਰਕੇ ਨਹੀਂ ਬਣਿਆ? ਬੋਲੋ ਪਿਆਰਿਓ, ਮਨ ਤਨ ਕਰਕੇ ਨਹੀਂ, ਮਨ ਕਰਕੇ, ਕੋਈ ਸਾਡਾ ਸੰਬੰਧ ਹੀ ਮਨ ਕਰਕੇ ਹੈ, ਸਾਡਾ ਤਾਂ ਸੰਬੰਧ ਹੀ ਮਨ ਦਾ, ਤਨ ਦਾ ਤਾਂ ਸੰਬੰਧ ਹੀ ਨਹੀਂ ਹੈ। ਜੇ ਮਨ ਅਰਪਿਆ ਗਿਆ ਤਨ ਆਪਣੇ ਆਪ ਅਰਪਿਆ ਗਿਆ। ਜੇ ਦੁਨਿਆਵੀ ਔਰਤ ਮਰਦ ਨੂੰ ਪ੍ਰਵਾਨ ਕਰਨ ਨੂੰ ਤਿਆਰ ਨਹੀਂ, ਤੇ ਜੇ ਦੁਨਿਆਵੀ ਮਰਦ ਔਰਤ ਨੂੰ ਪ੍ਰਵਾਨ ਕਰਨ ਨੂੰ ਤਿਆਰ ਨਹੀਂ, ਤੇ ਗੁਰੂ ਸਾਹਿਬ ਤਾਂ ਕਸਵੱਟੀ ਬੜੀ ਵੱਡੀ ਹੈ ਬਈ, ਇਹ ਕਿੱਦਾਂ ਪ੍ਰਵਾਨ ਕਰ ਲੈਣਗੇ ਆਪਾਂ ਨੂੰ? ਇੱਥੇ ਮਨ ਕਰਕੇ ਤੁਹਾਨੂੰ ਕਿੰਨੇ ਪਰਾਏ ਥਾਂ 'ਤੇ ਜਾਂਦੇ ਨਜ਼ਰ ਆਉਣਗੇ, ਜਿਹਨਾਂ ਖੰਡੇ ਦੀ ਪਾਹੁ ਲੈਣ ਵੇਲੇ ਵਾਅਦਾ ਕੀਤਾ ਗੁਰੂ ਸਾਹਿਬ ਤੁਹਾਡੇ ਤੋਂ ਸਵਾਏ ਅੱਜ ਤੋਂ ਬਾਅਦ ਕਿਸੇ ਅੱਗੇ ਮੱਥਾ
ਤੇ ਉਦਣ ਰਾਤ ਨੂੰ ਹੀ ਪਰਾਇਆ ਸੰਗ ਕਰ ਲਿਆ ਮਨ ਕਰਕੇ, ਬਾਬਾ ਜੀ ਦੀ ਫੋਟੋ ਅੱਗੇ ਫੇਰ ਮੱਥਾ ਟੇਕਤਾ। ਕਿਉਂ ਜੀ, ਕੀਤਾ ਕਿ ਨਹੀਂ ਕੀਤਾ ਮਨ ਕਰਕੇ ਪਰਾਇਆ ਸੰਗ? ਬੋਲੋ ਪਿਆਰੇ, ਆ ਸੁਣਿਓ ਗੁਰੂ ਸਾਹਿਬ ਦੀ ਬਾਣੀ ਕੀ ਆਉਂਦੀ ਆ, ਮਨਮੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ। ਕੁਲੱਖਣੀ ਕੁਨਾਰ ਕਹਿੰਦੇ ਨੇ ਭੈੜੇ ਲੱਛਣਾਂ ਵਾਲੀ ਇਸਤਰੀ। ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਉਸ ਔਰਤ ਵਰਗਾ, ਮਹਾਰਾਜ ਕਿਹੜੀ ਔਰਤ ਵਰਗਾ? ਕਹਿੰਦੇ ਪਿਰ ਛੋਡਿਆ ਘਰ ਆਪਣਾ, ਪਤੀ ਆਪਣਾ ਘਰ ਛੱਡ ਦਿੱਤਾ, ਪਰ ਪੁਰਖੇ ਨਾਲ ਪਿਆਰ, ਪਰਾਏ ਮਰਦ ਨਾਲ ਪਿਆਰ ਪਾ ਕੇ ਬਹਿ ਗਈ। ਇਹ ਭਾਵੇਂ ਮਰਦ ਹੋਵੇ ਤੇ ਭਾਵੇਂ ਔਰਤ ਹੋਵੇ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਿੰਡ ਪਿਆ ਤੇ ਮਨ ਕਰਕੇ ਪਰਾਇਆ ਸੰਗ ਕਰ ਤੁਰ ਪਿਆ 300 ਕਿਲੋਮੀਟਰ ਡੇਰੇ ਚ, ਵੀ ਬਾਬਾ ਜੀ ਤੁਹਾਡੇ ਤੋਂ ਬਿਨਾਂ ਤਾਂ ਸਾਡਾ ਗੁਜ਼ਾਰਾ ਹੈ ਹੀ ਨਹੀਂ। ਵੈਸੇ ਤਾਂ ਵੇਸ਼ਵਾ ਸਾਰੇ ਨਹੀਂ ਹੁੰਦੇ, ਸਮਾਜ ਵਿੱਚ ਸਾਰੀਆਂ ਵੇਸ਼ਵਾਵਾਂ ਥੋੜ੍ਹਾ ਹੁੰਦੀਆਂ, ਪਰ ਮਨ ਕਰਕੇ ਤੇ ਕੋਈ ਟਾਵਾਂ ਹੀ ਲੱਭਦਾ। ਮਨ ਕਰਕੇ ਤਾਂ ਬੋਲੋ ਪਿਆਰਿਓ ਕੋਈ ਟਾਵਾਂ ਹੀ ਆ, ਮਨ ਕਰਕੇ ਤੇ ਪਤਾ ਨਹੀਂ ਕਿੱਥੇ ਕਿੱਥੇ ਸੰਬੰਧ ਬਣਾਏ ਹੋਏ ਨੇ, ਇੱਕ ਵੀ ਹੈ ਨਹੀਂ ਕਈਆਂ ਦਾ, ਕਈ ਥਾਂ ਥਾਂ ਤੇ ਧੱਕੇ ਖਾਣ ਤੁਰੇ ਫਿਰਦੇ ਨੇ। ਜੇ ਮਰਦ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਉਸ ਔਰਤ ਨੂੰ, ਮਹਾਰਾਜ ਗੁਰੂ ਇਹੋ ਤਾਂ ਸਿੱਖਿਆ ਦਿੰਦੇ ਨੇ, ਮਨ ਮੁਖ ਮੈਲੀ ਕਾਮਣੀ, ਮਨ ਦੇ ਪਿੱਛੇ ਤੁਰਨ ਵਾਲੀ ਕਾਮਣੀ ਇਸਤਰੀ। ਮਨ ਮੁਖ ਮੈਲੀ ਕਾਮਣੀ, ਮਨ ਦੇ ਪਿੱਛੇ ਤੁਰਨ ਵਾਲੀ, ਕੁਲੱਖਣੀ ਕੁਲੈਣੀ, ਕੁਨਾਰ ਕੁਨਾਰ, ਨਾਰ ਨੀ ਕੁਨਾਰ, ਭੈੜੇ ਲੱਛਣਾਂ ਵਾਲੀ ਇਸਤਰੀ। ਪਿਰ ਛੋਡਿਆ ਘਰ ਆਪਣਾ, ਪਿਰ ਪਤੀ। ਹੁਣ ਗੱਲ ਤੇ ਭਾਵੇਂ ਦੁਨਿਆਵੀ ਜੀਵ ਇਸਤਰੀ ਦੀ ਉਧਾਰ ਲੈ ਕੇ ਕਰ ਰਹੇ ਨੇ, ਵੀ ਪਤੀ ਤੇ ਅੰਦਰ ਬੈਠਾ ਹਿਰਦੇ ਚ ਤੇ ਬਾਹਰ ਤੁਰੀ ਫਿਰਦੀ ਡੇਰਿਆਂ ਚ ਲੱਭਦੀ ਫਿਰਦੀ ਆ। ਇਹ ਆਉਂਦਾ ਮੈਨੂੰ ਉੱਥੋਂ ਰੱਬ ਮਿਲ ਪੂ, ਉੱਥੋਂ ਲੱਭ ਮਿਲ ਪੂ। ਏਦਾਂ ਹੀ ਔਰਤ ਬਾਰੇ ਕਹਿੰਦੇ ਆ ਵੀ ਪਤੀ ਤੇ ਘਰ ਵਿਚਾਰਾ ਤਰਸਦਾ ਫਿਰਦਾ ਰੋਟੀ ਨੂੰ, ਤੂੰ ਸਦਾ ਦੀਆਂ ਪੈਰ ਘੁੱਟੀ ਜਾਂਦੀ ਹੈ ਭੈਣੇ, ਪਤੀ ਤੇ ਘਰ ਵਿਚਾਰਾ ਰੋਟੀ ਨੂੰ ਤਰਸਦਾ ਫਿਰਦਾ, ਨਿਆਣਿਆਂ ਦੇ ਤੇ ਸਿਰ ਵਾਹੁਣ ਵਾਲੇ ਪਏ ਨੇ। ਆ ਕਈ ਇੰਜ ਹੁੰਦਾ ਨਿਆਣਿਆਂ ਦਾ ਸਿਰ ਨਹੀਂ ਵਾਹੁਣਾ, ਟਾਈਮ ਸਿਰ ਸਕੂਲ ਨਹੀਂ ਭੇਜਣਾ, ਛਾਲ ਮਾਰ ਕੇ ਸਾਧਾਂ ਦੇ ਟਰੱਕ 'ਚ ਬਹਿ ਜਾਣਾ, ਡੇਰੇ ਜਾ ਕੇ ਪੱਥਰ ਕੁੱਟੀ ਜਾਣੇ ਨੇ, ਉੱਥੇ ਰੋੜੀਆਂ ਕੁੱਟੀ ਜਾਣੀਆਂ। ਨਿਆਣਿਆਂ ਨੂੰ ਤਿਆਰ ਕਰਕੇ ਟਾਈਮ ਸਿਰ ਸਕੂਲ ਭੇਜੋ ਤਾਂ ਕਿ 2 ਅੱਖਰ ਪੜ੍ਹ ਸਕਣੇ, ਨਹੀਂ ਉਹ ਕੰਮ ਨਹੀਂ ਕਰਨਾ। ਸਾਡੇ ਨਾ, ਮੈਂ ਆਪਣੇ ਨਗਰ ਦੀ ਗੱਲ ਦੱਸਦਾ, ਸਾਡੇ ਪਿੰਡ ਇੱਕ ਗਾਜੀ ਆਉਂਦਾ ਕਦੀ ਕਦੀ, ਜਦੋਂ ਮੈਂ ਪਿੰਡ ਜਾਂਦਾ ਨਾ, ਉਹ ਗਾਜੀ ਮੈਨੂੰ ਟੱਕਰ 'ਚ ਹੈ ਸਾਡੇ ਪਿੰਡ ਦਾ ਬਜ਼ੁਰਗ ਹੀ, ਉਹ ਇੱਕ ਸਾਧਾਂ ਦੇ ਡੇਰੇ ਲੈ ਕੇ ਜਾਂਦਾ ਦੁੱਧ। ਉਹ ਪਹਿਲੀ ਗੱਲ ਤਾਂ ਆਉਂਦਾ ਨਹੀਂ ਸਾਡੇ ਗਲੀ ਦੇ ਵਿੱਚ, ਜੇ ਭੁੱਲ ਭੁਲੇਖੇ ਆ ਜੇ ਮੈਂ ਬੜੀ ਵਾਰੀ ਹੱਥ ਜੋੜਦਾ ਹੁੰਦਾ ਵੀ ਇਹ ਦੁੱਧ ਇਕੱਠਾ ਕਰਕੇ ਇਹਨਾਂ ਸਾਨਾਂ ਨੂੰ ਕਿਉਂ ਪਿਆਈ ਜਾਂਦੇ ਤੁਸੀਂ, ਵੀ ਤੁਸੀਂ ਇੱਥੇ ਲਾਗੇ ਗੋਇੰਦਵਾਲ ਗੁਰੂ ਅਮਰਦਾਸ ਦਾ ਇਤਿਹਾਸਕ ਸਥਾਨ ਹੈ, ਸੰਗਤ ਦੇ ਮੂੰਹ 'ਚ ਪਏਗਾ ਇਤਿਹਾਸਕ ਸਥਾਨ, ਉੱਥੇ ਲੈ ਜਾਓ, ਵੱਖਰੀ ਗੱਲ ਹੈ। ਪਰ ਪਤਾ ਨਹੀਂ ਬਾਬੇ ਦੇ ਕੰਨ 'ਚ ਕੀ ਘੋਲ ਕੇ ਪਾਇਆ, ਵੀ ਰੱਬ ਜਾਣੇ ਕੀ ਕੰਨ 'ਚ ਘੋਲ ਕੇ ਪਾਇਆ। ਉਹਨੇ ਆਪਣੀ ਡੋਣੀ ਖਾਣੀ ਆ, ਪੂਰੇ ਪਿੰਡ 'ਚੋਂ ਦੁੱਧ ਇਕੱਠਾ ਕਰਨਾ, ਪਾਈਆ ਪਾਈਆ ਕੋਈ ਅੱਧਾ ਗਲਾਸ ਪਾ ਦਿੰਦਾ, ਬਜ਼ੁਰਗ ਬੰਦਾ। ਹੁਣ ਅੰਦਾਜ਼ਾ ਲਾਓ, ਅਤੇ ਜੇ ਉਹ ਘਰ ਸੋਚੀਏ ਤਾਂ ਉਹ ਕੰਮ ਘਰ ਵੀ ਕਰ ਸਕਦਾ, 2 ਮੱਝਾਂ ਰੱਖ ਕੇ ਘਰ ਵੀ ਪੱਠੇ ਪਾ ਸਕਦਾ, ਪਰ ਨਹੀਂ ਜੀ, ਨਹੀਂ, ਸੇਵਾ ਹੋ ਰਹੀ ਹੈ, ਬੜੀ ਵੱਡੀ ਸੇਵਾ ਹੋ ਰਹੀ ਹੈ। ਬਜ਼ੁਰਗ ਆਪਣੇ ਸਾਧਾਂ ਦੇ ਡੇਰੇ ਚੜਾਏ ਹੋਏ ਨੇ, ਖੰਡੇ ਦੀ ਪੌਲ ਵੀ ਲਈ ਹੋਈ ਹੈ, ਅਤੇ ਮੈਂ 2-4 ਵਾਰ ਪੁੱਛਿਆ, ਮੈਂ ਕਿਹਾ ਬਾਪੂ ਜੀ ਮੈਨੂੰ 1-2 ਕੰਮ ਗਣਾ ਦਿਓ ਉਹਨਾਂ ਡੇਰੇਦਾਰਾਂ ਦੇ ਜਿਹੜੇ ਉਹਨਾਂ ਨੇ ਕੌਮ ਦੇ ਭਲੇ ਵਾਸਤੇ ਕੀਤੇ। ਹੁਣ ਤੁਸੀਂ ਦੁੱਧ ਦੇ ਆਉਂਦੇ, ਉੱਥੇ ਦੁੱਧ ਗਰਮ ਹੋਈ ਜਾਂਦੇ ਨੇ, ਉੱਥੇ ਚਾਹਵਾਂ ਪੀਤੀਆਂ ਜਾਂਦੀਆਂ ਨੇ, ਉੱਥੇ ਖਾ ਪੀ ਕੇ ਉਹ ਸੌਂ ਜਾਂਦੇ ਨੇ, ਫਿਰ ਤੁਹਾਨੂੰ 2-4 ਮੱਝਾਂ ਰੱਖਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ। ਦਿਮਾਗ ਸਾਡੇ ਖਰਾਬ ਕੀਤੇ ਹੋਏ ਨੇ, ਅੰਦਰੋਂ ਅਸੀਂ ਖਤਮ ਹੋ ਚੁੱਕੇ ਹਾਂ। ਕੁਝ ਸਾਨੂੰ, ਅਸੀਂ ਲੀਡਰਾਂ ਨੂੰ ਰੋਂਦੇ ਹਾਂ ਵੀ ਲੀਡਰਾਂ ਸਾਨੂੰ ਬਰਬਾਦ ਕੀਤਾ, ਧਾਰਮਿਕ ਤੌਰ 'ਤੇ ਬਰਬਾਦ ਨਹੀਂ ਹੋਏ ਆਪਾਂ, ਧਾਰਮਿਕ ਤੌਰ 'ਤੇ ਬਹੁਤ ਸੁਖੀ ਹਾਂ ਆਪਾਂ। ਜੇ ਸਾਨੂੰ ਲੀਡਰਾਂ ਦੀ ਕਰਪਸ਼ਨ ਤੋਂ ਤਾਂ ਆਪਾਂ ਨੂੰ ਡਰ ਆ ਰਿਹਾ,
ਵੀ ਹਾਏ ਕਰਪਸ਼ਨ ਕਰਦੇ, ਹਾਏ ਬੇਈਮਾਨੀ ਆ, ਹਾਏ ਅਪਰੇਸ਼ਨ ਲੀਡਰ ਬੈਠੇ ਆ, ਤੇ ਆਹ ਜਿਹੜੇ ਬੰਦੇ ਸਾਡੇ ਪਿੰਡ ਦਾ ਸਰਮਾਇਆ ਲੁੱਟੀ ਜਾਂਦੇ ਆ। ਕਦੀ ਖਿਆਲ ਆਇਆ ਮਨ 'ਚ ਵੀ ਇਸ ਇਹ ਇਹ ਜਿਹੜਾ ਭ੍ਰਿਸ਼ਟਪੁਣਾ ਸਾਡੇ ਜੀਵਨ 'ਚ ਆਉਣ ਵੜਿਆ, ਇਹ ਤੋਂ ਆਪਾਂ ਤੌਬਾ ਕਿਵੇਂ ਕਰਾਵਾਂਗੇ? ਇਹਦੇ ਬਾਰੇ ਤੇ ਆਪਾਂ ਲੱਕ ਬੰਨ ਕੇ ਨਾਲ ਤੁਰੇ ਫਿਰਦੇ ਅਸੀਂ ਉਹ ਕੰਮ ਕਰੀ ਜਾ ਰਹੇ ਹਾਂ। ਹੁਣ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਉਹ ਇਸਤਰੀ ਜਿਹੜੀ ਆਪਣਾ ਪਤੀ ਘਰ ਛੱਡ ਬੈਠੀ ਆ ਤੇ ਪਰ ਪੁਰਖੇ ਨਾਲ ਪਿਆਰ ਪਾ ਕੇ ਬੈਠੀ ਆ, ਤੇ ਮਨ ਕਰਕੇ ਵੇਖੋ ਅੱਜ ਗੁਰੂ ਸਾਡੇ ਕੋਲ ਬੈਠਾ, ਬਾਣੀ ਸਾਡੇ ਕੋਲ ਆ, ਸ਼ਬਦ ਸਾਡੇ ਕੋਲ ਆ, ਤੇ ਥਾਂ ਥਾਂ ਤੇ ਧੱਕੇ ਖਾਂਦਾ ਪਿਆ ਰਿਹਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਮਨਮੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ ਪਿਰ ਛੋਡਿਆ ਘਰ ਆਪਣਾ ਪਰ ਪੁਰਖੇ ਨਾਲ ਪਿਆਰ। ਪਿਰ ਘਰ ਛੱਡ ਦਿੱਤਾ ਤੇ ਪਰਾਏ ਪੁਰਖ ਨਾਲ ਪਿਆਰ ਪਾ ਲਿਆ। ਹੁਣ ਪਰਾਏ ਪੁਰਖ ਨਾਲ ਪਿਆਰ ਕਰਕੇ ਉਹ ਜਿੰਨੀ ਮਰਜ਼ੀ ਹੁਣ ਰੁਮਾਲੇ ਜਿੰਨੇ ਮਰਜ਼ੀ ਵਧੀਆ ਚੜ੍ਹਾਈ ਜਾਓ, ਹੁਣ ਕੋਈ ਬੰਦਾ ਕਿਸੇ ਸਾਧਾਂ ਦੇ ਪੈਰਾਂ 'ਤੇ ਮੱਥਾ ਟੇਕਦਾ ਹੋਵੇ, ਮਠੀਆਂ 'ਤੇ ਦੀਵੇ ਜਗਾਉਂਦਾ ਹੋਵੇ, ਉਹ ਭਾਵੇਂ ਇਕੱਲਾ ਕਵੇ ਮੈਂ ਪਾਲਕੀ ਬਣਾ ਦਿੰਦਾ, ਇਕੱਲਾ ਹੀ ਕਵੇ, ਕਿਉਂ ਜੀ ਮਹਾਰਾਜ ਉਹਦੀ ਪਾਲਕੀ ਵੇਖ ਕੇ ਖੁਸ਼ ਹੋ ਜਾਣਗੇ। ਮੰਨ ਲਓ ਇਕੱਲਾ ਬੰਦਾ ਕਵੇ ਜੀ ਗੁਰਦੁਆਰੇ ਮੈਂ ਇਕੱਲਾ ਸਾਰਾ ਏਸੀ, ਸਾਰੇ ਜਿੰਨੇ ਏਸੀ ਲੱਗਣਗੇ ਮੈਂ ਇਕੱਲਾ ਲਵਾ ਕੇ ਦਿਉਂ, ਕਿਉਂ ਮਹਾਰਾਜ ਉਹਦੇ ਇਨ ਇਹ ਸੇਵਾ 'ਤੇ ਖੁਸ਼ ਹੋ ਜਾਣਗੇ। ਹੁਣ ਇੱਥੇ ਕਹਿੰਦੇ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਕੀ ਤੇਰੇ ਜਪ ਤੇ ਕੀ ਤੇਰੇ ਤਪ ਤੇ ਕੀ ਤੇਰੇ ਵਰਤ ਤੇ ਕੀ ਤੇਰੀ ਪੂਜਾ, ਜਾਣ ਕੇ ਹਿਰਦੈ ਭਾਉ ਹੈ ਦੂਜਾ। ਜੇ ਭਾਉ ਦੂਜਾ, ਦੂਜਾ ਭਾਉ ਆ ਗਿਆ, ਪਿਆਰ ਦੂਜੇ ਤੇ ਆ ਗਿਆ, ਇੱਕ ਤੋਂ ਛੁੱਟ ਕੇ ਦੂਜੇ ਤੇ ਚਲਾ ਗਿਆ। ਰੇ ਜਾਨਾ ਹੇ ਸੇਵਕ ਮਨ ਮਾਧੋ ਸਿਉਂ ਲਾਈਐ, ਮਨ ਨੂੰ ਮਾਧੋ ਨਾ ਜੋੜ, ਮਾਧੋ ਦਾ ਅਰਥ ਹੈ ਮਾਇਆ ਦਾ ਪਤੀ ਅਕਾਲ ਪੁਰਖ। ਰੇ ਜਾਨਾ ਮਨ ਮਾਧੋ ਸਿਉਂ ਲਾਈਐ, ਚਤੁਰਾਈ ਨਾ ਚਤੁਰ ਭੁਜ ਪਾਈਐ, ਚਲਾਕੀਆਂ ਨਾਲ ਥੋੜਾ ਮਿਲਦਾ ਹੈ। ਬੰਦੇ ਦੀ ਆਦਤ ਪਤਾ ਕੀ, ਜਿਹੜੀਆਂ ਚਲਾਕੀਆਂ ਕਰਦਾ ਪਰਿਵਾਰ ਪਾਲਣ ਲਈ, ਬੰਦੇ ਦੀ ਚਲਾਕੀ ਹੁੰਦੀ ਹੈ ਨਾ, ਸਬਜ਼ੀ ਲੈਣ ਵੀ ਜਾਵੇ ਨਾ, ਸਬਜ਼ੀ ਲੈਣ ਵੀ ਜਾਵੇ, ਨਾਲੇ ਉਹ ਤੋਲੀ ਜਾ ਰਿਹਾ ਧੱਕੇ ਨਾ ਕੋਈ ਕੋਈ ਨਾ ਕੋਈ, ਮੰਨ ਲਓ ਸਬਜ਼ੀ ਤੋਲ ਰਿਹਾ ਅਤੇ ਆਲੂ ਚੁੱਕ ਕੇ ਦੋ ਵੱਧ ਪਾ ਲੈਣੇ ਆ, ਦੋ ਪਿਆਜ਼ ਹੀ ਵੱਧ ਪਾ, ਹੁਣ ਤੇਰੇ ਦੋ ਵੱਧ ਪਿਆਜ਼ ਪਾਇਆ, ਮੰਨ ਲਓ ਜਦੋਂ ਚੋਰੀ ਜੇ ਵਿਖਾ ਕੇ ਪਾਵੇਂ ਗੱਲ ਹੋਰ ਹੈ, ਵਿਖਾ ਕੇ ਨਹੀਂ ਪਾਉਂਦਾ, ਮਾੜੀ ਜਿਹੀ ਨਿਗਾਹ ਉਹਦੀ ਪਰਾਂ ਗਈ, ਚੁੱਕ ਕੇ ਦੋ ਆਲੂ, ਇਹਦੇ ਨਾਲ ਕਿੰਨੇ ਕੁ ਦਿਨ ਲੰਘ ਜਾਣਗੇ, ਆਪਣੇ ਆਪ ਚਲਾਕੀ ਕਰਦਾ। ਹੁਣ ਜਿਹੜੀ ਚਲਾਕੀ ਬਚਪਨ ਤੋਂ ਕਰਦਾ ਆ ਰਿਹਾ, ਘਰਾਂ 'ਚ ਵੀ ਤੁਸੀਂ ਵੇਖਿਆ ਨਾ ਬੱਚੇ ਵੀ ਚਲਾਕੀਆਂ ਕਰਦੇ ਆ, ਕਈ ਸ਼ਰਾਰਤੀ ਬੱਚੇ ਚੀਜ਼ਾਂ ਆਪ ਤੋੜਦੇ ਆ ਅਤੇ ਨਾ ਦੂਜੇ ਦਾ ਲਾ ਦਿੰਦੇ ਆ, ਹੁਣ ਉਹ ਆਦਤ ਪੱਕਦੀ ਜਾਂਦੀ ਹੈ ਵੀ ਨੁਕਸਾਨ ਆਪ ਕੀਤਾ ਨਾ ਦੂਜੇ ਦਾ ਲਾਤਾ। ਹੁਣ ਇਹੋ ਜਿਹੇ ਚਲਾਕ ਬੰਦੇ ਬੱਚੇ ਦਾ ਤੁਸੀਂ ਹੌਲੀ ਹੌਲੀ ਜਦੋਂ ਵਿਕਾਸ ਕਰਨਾ ਉਹਨੇ ਵੱਡੇ ਹੋਣਾ, ਸਕੂਲਾਂ 'ਚ ਵੀ ਇੰਝ ਕਰਨਾ ਉਹਨੇ, ਟੀਚਰਾਂ ਦੇ ਸਾਹਮਣੇ ਵੀ ਗਲਤੀਆਂ ਆਪ ਕਰਨੀਆਂ ਅਤੇ ਕੁੱਟ ਦੂਜੇ ਨੂੰ ਪਵਾ ਦੇਣੀ ਹੈ। ਹੁਣ ਇਹੋ ਜਿਹੇ ਚਲਾਕ ਬੰਦੇ ਦਾ ਵਿਆਹ ਕਰਤਾ ਤੁਸੀਂ, ਤੁਹਾਨੂੰ ਕੀ ਲੱਗਦਾ ਹੁਣ ਚਲਾਕੀਆਂ ਘਰਵਾਲੀ ਨਾਲ ਨਹੀਂ ਕਰੂਗਾ? ਜੇ ਔਰਤ ਹੋਈ ਤਾਂ ਮਰਦ ਨਾਲ ਚਲਾਕੀਆਂ ਕਰੂ, ਜੇ ਮਰਦ ਹੋਇਆ ਤਾਂ ਔਰਤ ਨਾਲ ਚਲਾਕੀਆਂ ਕਰੂ। ਹੁਣ ਇਹੋ ਜਿਹੇ ਬੰਦੇ ਨੂੰ ਤੁਸੀਂ ਸਿੱਖ ਬਣਾ ਦਿਓ, ਕਿਉਂ ਜੀ? ਇਹੋ ਜਿਹੇ ਬੰਦੇ ਨੂੰ ਲੀਡਰ ਬਣਾ ਦਿਓ, ਕਿਉਂ ਜੀ? ਕਰੂ ਕਿ ਨਹੀਂ ਕਰੂ? ਚਲਾਕੀਆਂ ਕਰੂਗਾ ਨਾ। ਹੁਣ ਜਿਹੜੇ ਲੀਡਰ ਉਹ ਵੀ ਤਾਂ ਸਮਾਜ ਵਿੱਚੋਂ ਨਿਕਲਦੇ ਆ, ਉਹ ਉੱਤੋਂ ਪੈਰਾਸੂਟ ਰਾਹੀਂ ਸਿੱਧੇ ਥੋੜ੍ਹਾ ਉਤਰਦੇ ਆ, ਜਿਹੜੇ ਲੀਡਰ ਬਣਦੇ, ਜਿਹੜੇ ਆਗੂ ਬਣਦੇ, ਉਹ ਵੀ ਤਾਂ ਸਮਾਜ 'ਚੋਂ ਨਿਕਲਦੇ ਆ। ਹੁਣ ਜਿਹੜਾ ਬੰਦਾ ਮਾਂ ਨਾਲ ਚਲਾਕੀਆਂ ਕਰਦਾ ਆ, ਫਿਰ ਟੀਚਰਾਂ ਨਾਲ ਚਲਾਕੀਆਂ ਕਰਦਾ ਆ, ਫਿਰ ਉਹ ਵਿਆਹਿਆ ਗਿਆ ਪਤਨੀ ਨਾਲ ਬੱਚਿਆਂ ਨਾਲ ਚਲਾਕੀਆਂ ਕਰਦਾ ਆ, ਹੁਣ ਇਹੋ ਜਿਹਾ ਬੰਦਾ ਗੁਰੂ ਕੋਲ ਆ ਗਿਆ, ਉਹਦੇ ਦਿਮਾਗ 'ਚ ਇਹ ਆ ਵੀ ਗੁਰੂ ਨੂੰ ਕਿਹੜਾ, ਗੁਰੂ ਸਾਹਿਬ ਕਹਿੰਦੇ ਪਿਆਰਿਆ ਬਾਕੀ ਥਾਵਾਂ 'ਤੇ ਤੇਰੀਆਂ ਚਲਾਕੀਆਂ ਚੱਲ ਗਈਆਂ,
ਇੱਥੇ ਤਾਂ ਤੈਨੂੰ ਪੈਦਾ ਹੀ ਉਹਨੇ ਕੀਤਾ, ਮੈਂ ਤੇਰੇ ਅੰਦਰ ਨੂੰ ਜਾ, ਮੈਂ ਤਾਂ ਹੁਣ ਪਤਨੀ ਅੰਤਰਜਾਮੀ ਥੋੜਾ ਸੀ। ਹੁਣ ਅੰਤਰਜਾਮੀ ਸ਼ਬਦ ਨਾ ਔਰਤ ਵਾਸਤੇ ਆਇਆ, ਨਾ ਮਰਦ ਵਾਸਤੇ ਆਇਆ, ਨਾ ਬੱਚਿਆਂ ਵਾਸਤੇ ਆਇਆ, ਨਾ ਟੀਚਰ ਵਾਸਤੇ ਆਇਆ, ਸਿਰਫ ਰੱਬ ਗੁਰੂ ਵਾਸਤੇ ਆਇਆ ਵੀ ਉਹ ਅੰਤਰਜਾਮੀ ਆ। ਹੁਣ ਸਾਰਿਆਂ ਥਾਵਾਂ ਤੇ ਤੇਰੀਆਂ ਚਲਾਕੀਆਂ ਚੱਲ ਸਕਦੀਆਂ, ਇੱਥੇ ਨਹੀਂ ਚੱਲਣੀਆਂ, ਇੱਥੇ ਬਿਲਕੁਲ ਨਹੀਂ ਚੱਲਣਾ, ਇੱਥੇ ਸਾਰਾ ਪਤਾ। ਤਾਂ ਹੀ ਆਖਿਆ ਨਾ ਹਰ ਜੀਓ ਅੰਤਰਜਾਮੀ ਜਾਣ, ਉਹ ਰੱਬ ਅੰਤਰਜਾਮੀ ਹੈ। ਅੰਤਰਜਾਮੀ ਪੁਰਖ ਵਧਾਤੇ ਸ਼ਰਧਾ ਮਨ ਕੀ ਪੂਰੀ। ਆਪਾਂ ਰੋਜ਼ ਪੜ੍ਹਦੇ ਹਾਂ ਇਹ ਸ਼ਬਦ ਪਰਮਾਤਮਾ ਵਾਸਤੇ ਵੀ ਜਿਸ ਰੱਬ ਦੇ ਅੱਗੇ ਤੂੰ ਰਜੋਈ ਕਰਦਾ ਉਹ ਤੇ ਅੰਤਰਜਾਮੀ ਆ, ਉਹਨੂੰ ਸਾਰਾ ਪਤਾ ਤੇਰਾ, ਉਹ ਤੈਨੂੰ, ਉਹ ਤੂੰ ਬਾਹਰੋਂ ਮੱਥੇ ਟੇਕੀ ਜਾਂਦਾ ਤੂੰ ਪੈਸੇ ਕਿੱਥੋਂ ਲੈ ਕੇ ਆਇਆ। ਹੁਣ ਇੱਕ ਬੰਦਾ ਰੁਪਈਆ ਗੋਲਕ ਵਿੱਚ ਪਾਉਂਦਾ ਉਹਦੀ ਕਿਰਤ ਹੈ, ਹੋ ਸਕਦਾ ਰਿਕਸ਼ਾ ਚਲਾ ਕੇ ਪੰਨਾ ਕਿੱਦਾਂ ਮਿਹਨਤ ਨਾਲ ਉਹਨੇ ਕਮਾਏ ਨੇ, ਇੱਕ ਬੰਦਾ ਲਾ ਕੇ 100 ਰੁਪਇਆ ਮੱਥਾ ਟੇਕਦਾ ਉਸਦਾ ਸ਼ਰਾਬ ਦੀ ਬੋਤਲ ਵੇਖ ਕੇ ਕਮਾਏ ਹੋਣ, ਹੁਣ 100 ਵੇਖ ਕੇ ਆਪਾਂ ਕਹਿੰਦਾ ਬੜਾ ਬੰਦਾ, ਪੈਸੇ ਬੰਦੇ ਕੋਲ 4 ਹੈਗੇ। ਮਹਾਰਾਜ ਕਹਿੰਦੇ ਤੁਹਾਨੂੰ ਕੀ ਪਤਾ ਘਰ ਬਰਬਾਦ ਕਰਕੇ ਆਇਆ ਕਿਸੇ ਦਾ, ਨਸ਼ਾ ਵੇਚ ਕੇ ਬੰਦੇ ਨੇ ਪੈਸੇ ਕਮਾਏ ਨੇ, ਇਹ ਬੇਈਮਾਨੀ ਕੀਤੀ, ਲੁੱਟ ਖਸੁੱਟ ਕੀਤੀ, ਰਿਸ਼ਵਤ ਲਈ ਇਹਨੇ, ਇਹਨੇ ਇਹਨੇ ਲੋਕਾਂ ਦਾ ਘਰ ਤਬਾਹ ਕੀਤੇ ਨੇ। ਹੁਣ ਬਾਹਰੋਂ ਵੇਖਣ ਨੂੰ ਸਾਨੂੰ ਬੜਾ ਸਿਆਣਾ ਲੱਗਦਾ, ਮਹਾਰਾਜ ਕਹਿੰਦੇ ਭਾਈ ਮੈਨੂੰ ਪਤਾ ਚਲਾਕੀਆਂ, ਬਾਕੀ ਥਾਵਾਂ ਸਾਰੀਆਂ ਥਾਵਾਂ ਤੇ ਤੇਰੀਆਂ ਚਲਾਕੀਆਂ ਚੱਲ ਜਾਣ, ਇੱਥੇ ਨਹੀਂ ਚੱਲਣੀਆਂ। ਪਰ ਧਰਮ ਦੀ ਦੁਨੀਆਂ ਵਿੱਚ ਵੀ ਚਲਾਕੀਆਂ ਕਰਦਾ, ਉਸੇ ਤਰ੍ਹਾਂ ਚਲਾਕੀਆਂ ਕਰ ਰੇ ਜਾਨ ਮਨ ਮਾਧੋ ਸਿਉਂ ਲਾਈਏ ਚਤੁਰਾਈ ਨਾ ਚਤੁਰ ਪੁੱਜ। ਚਲਾਕੀਆਂ ਨਾਲ ਬਾਕੀ ਸਭ ਚਲਾਕੀਆਂ ਨਾਲ ਘਰ ਬਣਾ ਸਕਦਾ, ਚਲਾਕੀਆਂ ਨਾਲ ਤੂੰ ਘਰ ਬਣਾ ਸਕਦਾ, ਚਲਾਕੀਆਂ ਨਾਲ ਵਧੀਆ ਗੱਡੀ ਲੈ ਸਕਦਾ, ਚਲਾਕੀਆਂ ਨਾਲ ਜ਼ਮੀਨ ਵੱਧ ਬਣਾ ਸਕਦਾ, ਚਲਾਕੀਆਂ ਨਾਲ ਜ਼ਮੀਨ ਵੱਧ, ਕਈ ਵੇਖੇ ਨਾ ਚਲਾਕੀਆਂ ਨਾਲ ਜ਼ਮੀਨਾਂ ਸਾਂਝਿਆਂ ਘਰਾਂ 'ਚੋਂ ਵੱਧ ਬਣਾ ਜਾਂਦੇ ਆ, ਕਾਰੋਬਾਰ ਖੜੇ ਕਰ ਜਾਂਦੇ ਆ, ਜਿਹੜੀ ਫੈਕਟਰੀ 'ਚ ਲੱਗੇ ਉੱਥੋਂ ਹੀ ਚੋਰੀ ਕਰ ਕਰਕੇ ਇੱਕ ਫੈਕਟਰੀ ਖੜੀ ਕਰ ਲੈਣੀ। ਚਲਾਕੀਆਂ ਨਾਲ ਬੜਾ ਕੁਝ ਕਰ ਸਕਦਾ ਤੂੰ, ਚਲਾਕੀਆਂ ਨਾਲ ਬੈੱਡ ਖਰੀਦ ਸਕਦਾ, ਚਲਾਕੀਆਂ ਨਾਲ ਘਰ ਬਣਾ ਸਕਦਾ, ਚਲਾਕੀਆਂ ਨਾਲ ਕਿਤਾਬਾਂ ਖਰੀਦ ਸਕਦਾ। ਪਰ ਪਿਆਰਿਆ ਗਿਆਨ ਉਪਦੇਸ਼ ਵਿਚਾਰ ਸਕੂਨ ਜਿਹੜਾ ਉਹ ਚਲਾਕੀ ਨਾਲ ਨਹੀਂ ਮਿਲਣਾ, ਉਹ ਤੇ ਕਮਾਇਆ ਜਾਣਾ ਹੈ। ਸ਼ਾਂਤੀ ਚਲਾਕੀਆਂ ਨਾਲ ਥੋੜਾ ਮਿਲਦੀ ਹੈ, ਟਕਾ ਥੋੜਾ ਚਲਾਕੀਆਂ ਨਾਲ ਮਿਲਦਾ। ਹੁਣ ਜਦੋਂ ਆਖਿਆ ਚਤੁਰਾਈ ਨਾ ਚਤੁਰ ਪੁੱਜ, ਪਾਈਏ ਰੱਬ ਕਿੱਥੇ ਬੈਠਾ ਅੰਦਰ, ਜਦੋਂ ਪਰਮੇਸ਼ਰ ਨਾਲ ਮਿਲਾਪ ਹੋ ਗਿਆ, ਹੁਣ ਰੱਬ ਦੀ ਰੱਬ ਨੂੰ ਮਿਲਣ ਦੀ ਨਿਸ਼ਾਨੀ ਇਹੋ ਆ ਵੀ ਤੇਰੇ ਅੰਦਰ ਸਹਿਜ ਆਜੂ, ਸੰਤੋਖ ਆਜੂ, ਤੇਰਾ ਜੀਵਨ ਟਿਕ ਜੂ। ਇਹ ਚੀਜ਼ਾਂ ਚਲਾਕੀਆਂ ਨਾਲ ਨਹੀਂ ਮਿਲਣੀਆਂ, ਇਹ ਕਮਾਉਣੀਆਂ ਪੈਣੀਆਂ, ਇਹ ਜੀਵਨ 'ਚ ਲਿਆਉਣੀਆਂ ਪੈਣੀਆਂ। ਹੁਣ ਇੱਥੇ ਭਗਤ ਕਬੀਰ ਜੀ ਕਹਿੰਦੇ ਨੇ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾਂ ਕੈ ਹਿਰਦੈ ਭਾਉ ਹੈ ਦੂਜਾ ਰੇ ਜਾਨਾ। ਹੇ ਸੇਵਕ ਮਨ ਮਾਧੋ ਸਿਉਂ ਲਾਈਐ, ਆਪਣਾ ਮਨ ਮਾਧੋ ਨਾਲ ਜੋੜੋ। ਮਾਧੋ ਕੀ ਹੈ? ਮਾਇਆ ਦਾ ਪਤੀ ਅਕਾਲ ਪੁਰਖ। ਚਤੁਰਾਈ ਨਾ ਚਤੁਰ ਭੁਜ ਪਾਈਐ ਪਰ ਹਰ ਲੋਭ ਅਰ ਲੋਕਾਚਾਰ। ਆ ਛੱਡੋ ਲੋਕਾਚਾਰ, ਲੋਭ। ਹੁਣ ਜਿਹੜਾ ਲਾਲਚੀ ਬੰਦਾ ਉਹ ਵਿਖਾਵਾ ਵੀ ਕਰਦਾ, ਲਾਲਚੀ ਬੰਦਾ ਵਿਖਾਵਾ ਵੀ ਕਰਦਾ, ਕੋਈ ਕੰਮ ਵਿਖਾ ਕੇ ਕਰਨਾ ਵੀ ਆਹ ਕੰਮ ਮੈਂ ਕੀਤਾ, ਵੈਸੇ ਬੰਦੇ ਦੀ ਆਦਤ ਹੈ, ਚੰਗਾ ਕੰਮ ਮਾੜਾ ਜਿਹਾ ਵੀ ਕਰਨਾ ਵਿਖਾਉਣਾ, ਨਹੀਂ ਵੀ ਕਿਸੇ ਦਾ ਧਿਆਨ ਪੈਂਦਾ ਤਾਂ ਵੀ ਧਿਆਨ ਕੇਂਦਰਿਤ ਕਰਨਾ ਕਿ ਮੈਂ ਚੰਗਾ ਕਰਦਾ, ਮੈਂ ਚੰਗਾ ਕੰਮ ਕਰਦਾ, ਦੁਨੀਆਂ ਨੂੰ ਪਤਾ ਲੱਗ ਜਾਏ। ਮਾੜਾ ਕੰਮ ਕਰਨ ਲੱਗਿਆ ਲੁਕਾਉਂਦਾ ਵੀ ਕਿਤੇ, ਤੁਸੀਂ ਵੇਖੋ ਕੈਮਰੇ ਲੱਗੇ ਹੁੰਦੇ ਗੁਰਦੁਆਰਿਆਂ 'ਚ ਵੀ, ਅੱਜ ਕੱਲ੍ਹ ਕੈਮਰੇ ਲੱਗ ਗਏ ਆ। ਹੁਣ ਜੇ ਬੰਦੇ ਨੇ ਮੰਨ ਲਓ ਚੋਰੀ ਕਰਨ ਆਉਣੀ ਆ, ਉਹ ਬੰਦਾ ਚਾਹੇਗਾ ਵੀ ਮੈਨੂੰ ਕੋਈ ਵੇਖੇ? ਮੰਨ ਲਓ ਉਹਨੇ ਗੁਰਦੁਆਰੇ ਚੋਰੀ ਕਰਨ ਵਾਸਤੇ ਆਉਣਾ, ਉਹ ਕਦੀ ਚਾਹੇਗਾ? ਉੱਥੇ ਕੈਮਰੇ ਵੱਲ ਵੀ ਧਿਆਨ ਰੱਖੇ ਵੀ ਕਿੱਥੋਂ ਤੱਕ ਕੈਮਰੇ ਦੀ ਰਿਕਾਰਡਿੰਗ ਆਉਂਦੀ ਹੈ, ਮੈਂ ਕਿੱਥੋਂ ਬਚ ਕੇ ਜਾ ਸਕਦਾ। ਹੁਣ ਕਦੀ ਸੋਚ ਕੇ ਦੇਖੋ, ਮਾੜਾ ਕੰਮ ਕਰਨ ਲੱਗਿਆ ਬੰਦਾ ਨਾ ਵੀ ਕਿਸੇ ਦਾ ਧਿਆਨ ਪਵੇ ਤਾਂ ਧਿਆਨ ਖਿੱਚਦਾ, ਸਗੋਂ ਪਤਾ ਲੱਗੇ ਮੈਂ ਆਹ ਕੰਮ ਕਰਦਾ। ਅਤੇ ਜਦੋਂ ਜਦੋਂ ਕੋਈ ਚੰਗਾ ਕਰਨਾ
ਮਾੜਾ ਜਿਹਾ ਵੀ ਕਿਤੇ ਚੰਗਾ ਕਰਨਾ, ਉਦੋਂ ਬੰਦਾ ਕਿੱਦਾਂ ਧਿਆਨ ਖਿੱਚਦਾ ਪਤਾ ਲੱਗੇ ਲੋਕਾਂ ਨੂੰ, ਮਾੜਾ ਕਰਨ ਵਾਸਤੇ ਲੁਕਾਉਂਦਾ, ਪਰਦਾ ਪਾਉਣ ਦੀ ਕੋਸ਼ਿਸ਼ ਕਰਦਾ, ਛਪਾਉਂਦਾ ਹੈ। ਹੁਣ ਇੱਥੇ ਭਗਤ ਕਬੀਰ ਜੀ ਕਹਿੰਦੇ ਪਰ ਹਰ ਲੋਭ ਲਾਲਚ ਛੱਡ। ਵੇਖੋ ਬਾਣੀ ਵਿੱਚ ਨਾ ਕਿਤੇ ਵੀ ਘਰ ਛੱਡਣ ਦੀ ਗੱਲ ਨਹੀਂ ਕਹੀ, ਪਰਿਵਾਰ ਛੱਡਣ ਦੀ ਗੱਲ ਨਹੀਂ ਕਹੀ, ਮਾਂ ਛੱਡਣ ਦੀ ਗੱਲ ਨਹੀਂ ਕਹੀ, ਤੁਸੀਂ ਆਪਣਾ ਟੱਬਰ ਛੱਡ ਕੇ ਕਿਸੇ ਡੇਰੇ ਜਾ ਕੇ ਬਹਿ ਜਾਓ, ਬਾਣੀ ਵਿੱਚ ਤੁਹਾਨੂੰ ਇੱਕ ਤੋਕ ਇੱਦਾਂ ਦੀ ਨਹੀਂ ਮਿਲੇਗੀ। ਹਾਂ ਬਾਣੀ ਵਿੱਚ ਲਿਖਿਆ ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਮੋਹ ਤਿਆਗਣਾ। ਵੇਖੋ ਆਹ ਚੀਜ਼ਾਂ ਛੱਡਣੀਆਂ। ਹੁਣ ਇਹ ਚੀਜ਼ਾਂ ਤਾਂ ਹੋ ਸਕਦਾ ਕਿਸੇ ਡੇਰੇਦਾਰ 'ਚ ਵੀ ਹੋਣ ਜਿਹੜਾ ਸਭ ਕੁਛ ਛੱਡ ਛਡਾ ਕੇ ਬੈਠਾ, ਪਰ ਸਤਿਗੁਰ ਨੇ ਇਹ ਕਿਤੇ ਨਹੀਂ ਆਖਿਆ ਵੀ ਪਰਿਵਾਰ ਛੱਡ ਦਿਓ। ਪਰ ਤੁਹਾਨੂੰ ਕਈ ਬਜ਼ੁਰਗਾਂ 'ਚ ਆਮ ਹੀ ਕਹਾਵਤ ਮਿਲੇਗੀ, ਆਮ ਹੀ ਸਹਿ ਸੁਭਾਈ ਸ਼ਬਦ ਬੋਲਣਗੇ, ਵੇਖੋ ਜੀ ਹੁਣ ਬੜੀ ਜ਼ਿੰਮੇਵਾਰੀ ਨਿਭਾ ਲਈ, ਹੁਣ ਥੋੜ੍ਹੀ ਬਹੁਤੀ ਸੇਵਾ ਕਰਨੀ ਹੈ। ਸਤਿਗੁਰ ਦੀ ਬਾਣੀ ਕਹਿੰਦੀ ਪਰਿਵਾਰ ਪਾਲਣਾ ਇਮਾਨਦਾਰੀ ਨਾਲ, ਇਹ ਵੀ ਇੱਕ ਬੜੀ ਵੱਡੀ ਸੇਵਾ ਹੈ। ਪਰਿਵਾਰ ਨੂੰ ਬੱਚਿਆਂ ਨੂੰ ਚੰਗੀ ਸ਼ਿਕਸ਼ਾ ਦੇ ਕੇ ਸਮਾਜ ਵਿੱਚ ਛੱਡਣਾ, ਇਹ ਵੀ ਤਾਂ ਬੜੀ ਵੱਡੀ ਇੱਕ ਸੇਵਾ ਹੈ। ਪਰਿਵਾਰ ਛੱਡ ਕੇ ਕਿਹੜੀ ਸੇਵਾ ਕਰਨ ਦੀ ਤੂੰ ਗੱਲ ਕਰਦਾ? ਪਰਿਵਾਰ ਦੀਆਂ ਜ਼ਿੰਮੇਵਾਰੀਆਂ ਚੁੱਕਣੀਆਂ ਨਾਲ। ਹੁਣ ਮਾਂ ਘਰ ਬੈਠੀ ਹੋਵੇ, ਪਿਤਾ ਘਰ ਬੈਠਾ ਹੋਵੇ, ਬੱਚੇ ਘਰ ਰੁਲਦੇ ਹੋਣ, ਤੂੰ ਕਹਵੇਂ ਮੈਂ ਸੇਵਾ ਕਰਨੀ ਹੈ। ਹੁਣ ਤੁਸੀਂ ਵੇਖੋ ਕਈ ਤੁਹਾਨੂੰ ਇੱਦਾਂ ਦੇ ਮਿਲਣਗੇ ਜਿਨ੍ਹਾਂ ਦੇ ਘਰ ਤਾਂ ਉਹ ਉਡੀਕਦੇ ਆ ਝਾੜੂ ਨਹੀਂ ਫੇਰਿਆ, ਕਹਿੰਦੇ ਅੱਜ ਝਾੜੂ ਫੇਰਨ ਵਾਲੀ ਆਈ ਨੇ, ਘਰ ਝਾੜੂ ਫੇਰਨ ਵਾਲਾ ਕਿਸੇ ਬਾਹਰੋਂ ਆਉਣਾ ਹੈ ਅਤੇ ਆਪ ਜਾ ਕੇ ਡੇਰੇ ਵਿੱਚ ਅਸੀਂ ਬਾਹਰ ਝਾੜੂ ਫੇਰਦੇ ਪਏ ਹਾਂ। ਸਾਨੂੰ ਇੰਝ ਲੱਗਦਾ ਵੀ ਧਾਰਮਿਕ ਸਥਾਨ 'ਤੇ ਜਿਹੜਾ ਫੇਰਿਆ ਹੋਇਆ ਝਾੜੂ ਹੈ ਨਾ, ਉਹ ਸੇਵਾ ਹੈ। ਜਿਹੜਾ ਘਰ ਝਾੜੂ ਫੇਰਿਆ, ਆ ਪਿੰਡਾਂ ਵਿੱਚ ਤਾਂ ਸੁਖਨਾ ਜੇ ਰਿਵਾਜ ਨਹੀਂ, ਸੁਖਨਾ ਜਿਹੜੀਆਂ ਰਸੋਈਆਂ ਸਾਡੀਆਂ ਬਣੀਆਂ ਨੇ ਉਹਨਾਂ 'ਚ ਰਾਤ ਨੂੰ ਲਗਭਗ ਸਾਰੇ ਬਰਤਨ ਸਾਫ਼ ਹੋ ਜਾਂਦੇ। ਅਜੇ ਸ਼ਹਿਰਾਂ ਵਿੱਚ ਇਹ ਬਿਮਾਰੀ ਹੈ, ਤੁਹਾਨੂੰ ਵੀ ਕਿਤੇ ਜਾਣ ਦਾ ਮੌਕਾ ਬਣਿਆ ਹੋਵੇ, ਉੱਥੇ ਰਾਤ ਨੂੰ ਖਾ ਪੀ ਕੇ ਕਿਚਨ ਭਰਿਆ ਹੁੰਦਾ ਬਰਤਨਾਂ ਦੇ ਨਾਲ, ਡੀਕਣਾ ਕਿਹਨੂੰ ਡੀਕਣਾ ਜੀ ਭਲਾ, ਕੰਮ ਵਾਲੀ ਨੂੰ ਡੀਕਣਾ, ਅਤੇ ਗੁਰਦੁਆਰੇ ਥਾਲੀਆਂ ਫੜਫੜ ਮਾਂਜਣੀਆਂ ਦੂਜੇ ਕੋਲੋਂ ਵੀ ਲਿਆ ਮੈਂ ਵੀ ਦੋ ਮਾਂਜ ਲਵਾਂ, ਲਿਆ ਮੈਨੂੰ ਦੇ ਲਵਾਂ, ਵੀ ਭਲੇ ਉਹ ਤੁਹਾਡੇ ਕੋਲ ਆਪਣਾ ਘਰ ਦਾ ਭਾਰ ਤਾਂ ਚੁੱਕਿਆ ਨਹੀਂ ਜਾਂਦਾ। ਹੁਣ ਇਹੋ ਜਿਹੇ ਬੰਦੇ ਨੂੰ ਤੁਸੀਂ ਕੋਈ ਕੌਮ ਦੀ ਵੱਡੀ ਸੇਵਾ ਦੇ ਦਿਓ, ਕੀ ਕਰੇਗਾ ਜੀ ਭਲਾ? ਜਿਹੜਾ ਬੰਦਾ ਆਪਣੇ ਘਰ ਦੀ ਸਫਾਈ ਕਰਨ ਨੂੰ ਤਿਆਰ ਨਹੀਂ, ਘਰ ਦੇ ਦੋ ਬਰਤਨ ਸਾਫ਼ ਕਰਨ ਨੂੰ ਤਿਆਰ ਨਹੀਂ, ਅੱਗੇ ਕਿੱਥੋਂ ਜਾਏਗਾ ਜੀ ਭਲਾ? ਇਹ ਬਿਮਾਰੀ ਵੈਸੇ ਸਭ ਤੋਂ ਵੱਧ ਸਾਡੇ ਇੱਥੇ ਹੀ ਹੈ। ਜਿਹਨਾਂ ਦੇ ਬੱਚੇ ਬਾਹਰ ਦੀਆਂ ਕੰਟਰੀਆਂ 'ਚ ਗਏ, ਕਦੀ ਫੋਨ ਕਰਕੇ ਪੁੱਛਣਾ, ਉੱਥੇ ਮਰਦ ਵੀ ਆਪਣੀ ਥਾਲੀ ਚੁੱਕ ਕੇ ਆਪੇ ਲੈ ਜਾਂਦਾ, ਉੱਥੇ ਔਰਤ ਵੀ ਆਪਣੀ ਬੱਚਿਆਂ ਨੂੰ ਵੀ ਗਾਂਹ ਸਿੱਖਿਆ ਦਿੰਦੇ ਆ ਵੀ ਕਮ ਸੇ ਕਮ ਜੇ ਮੈਂ ਕਿਸੇ ਦਾ ਭਾਰ ਨਹੀਂ ਚੁੱਕ ਸਕਦਾ, ਆਪਣਾ ਭਾਰ ਤੇ ਕਿਸੇ 'ਤੇ ਨਾ ਪਾਵਾਂ ਨਾ, ਤੇ ਸਾਡੀ ਤਿਆਰ ਤੇ ਹੁੰਦੀ ਬਾਹਰੋਂ ਤਾਸ਼ ਖੇਡਦੇ ਹੋਣਾ, ਲਿਆਓ ਵੀ ਪਾਣੀ, ਕਿਉਂ ਸਾਸ ਜੀ ਬੋਲੋ ਜੀ। ਅੱਛਾ ਜੇ ਅੱਗੇ ਉਹ ਪੁੱਛਣ ਵੀ ਕੀ ਕਿਹੜਾ ਕੰਮ ਕਰਕੇ ਆਏ ਜੇ, ਉਹ ਥਾਗੇ ਵਿਚਾਰੇ ਕਿੰਨਾ ਜ਼ੋਰ ਲੱਗਾ ਦਿਮਾਗ ਦਾ, ਇੰਨੀਆਂ ਉਹ ਚੇਤਾ ਰੱਖਣੀਆਂ ਸੌਖੀਆਂ, ਸਾਨੂੰ ਤਾਂ ਆਉਂਦੀਆਂ ਵੀ ਨਹੀਂ, ਇੰਨਾ ਕੋਈ ਚੇਤਾ ਕਿਹੜੇ ਕਿੰਨੇ ਰੰਗ ਚੇਤੇ। ਅੱਛਾ ਨਾਲੇ ਕਹੀ ਚੇਤਾ ਬੜਾ ਮਾੜਾ, ਰੰਗ ਦਾ ਪਤਾ ਨਾ ਕਿਹੜੇ ਕਿਹੜੇ ਰੰਗ ਦਾ ਪਤਾ, ਕਿਉਂ ਜੀ? ਨਾਲੇ ਕਹੀ ਸਾਨੂੰ ਕਿਹੜਾ ਆਉਂਦਾ, ਅਨਪੜ੍ਹ ਤੋਂ ਅਨਪੜ੍ਹ ਬੰਦੇ ਨੂੰ ਵੀ ਤਾਸ਼ ਖੇਡਣ ਬਾਰੇ ਪਤਾ, ਫਿਰ ਬਾਹਰੋਂ ਖੇਡ ਖੂਡ ਕੇ ਆਉਣਾ ਅਤੇ ਘਰ ਆਣ ਕੇ ਪਾਣੀ ਵੀ ਦੂਜਿਆਂ ਕੋਲੋਂ ਮੰਗਣਾ, ਵੀ ਭਲਿਆ ਇੰਨੀ ਮਿਹਨਤ ਪਿੱਛੋਂ ਕਰਕੇ ਆਇਆ, ਪਾਣੀ ਆਪੇ ਪੀ ਲਾ, ਉਹ ਵੀ ਵਿਚਾਰੀਆਂ ਸਵੇਰ ਦੀਆਂ ਕੰਮ ਲੱਗੀਆਂ ਹੋਈਆਂ ਨੇ, ਹੁਣ ਜਾਣ ਲੱਗਿਆਂ ਕਹਿ ਜਾਣਾ ਕਈਆਂ ਨੇ ਵੀ ਇਹੋ ਜਿਹੇ ਪ੍ਰਚਾਰ ਨਾ ਸੱਦਿਆ ਕਰੋ, ਇਹ ਤਾਂ ਕਹਿੰਦੇ ਵੀ ਕੰਮ ਆਪੇ ਕਰੋ ਆਪਣਾ ਭਾਈ, ਇਹ ਤਾਂ ਬੀਬੀਆਂ ਨੂੰ ਸਿਖਾ ਜਾਣਗੇ ਵੀ ਭਾਈ ਜੇ ਬਾਹਰੋਂ ਕੋਈ ਬੰਦਾ ਕੰਮ ਕਰਦਾ ਆਇਆ ਤੇ ਆਪੇ ਪਾਣੀ ਪੀ ਲਾ, ਵੀ ਹਰਜ ਕੀ ਹੈ? ਜੇ ਤੁਸੀਂ ਆਪਣਾ ਭਾਰ ਆਪ ਚੁੱਕ ਲਓ ਤੇ ਕੰਮ, ਜੇ ਮੈਂ ਕਿਸੇ ਦਾ ਭਾਰ ਨਹੀਂ ਚੁੱਕ ਸਕਦਾ, ਮੈਨੂੰ ਕਿਸੇ 'ਤੇ ਭਾਰ ਪਾਉਣਾ? ਹਾਂ ਜੇ ਤੇ ਬੰਦਾ ਵਾਕਿਆ ਮਿਹਨਤ ਕਰਕੇ ਆਇਆ ਬਾਹਰੋਂ, ਖੱਪ ਕੇ ਆਇਆ ਕੋਈ, ਉਹ ਵਿਸ਼ਾ ਵੱਖਰਾ ਹੈ, ਉਹ ਤਾਂ ਆਮ ਘਰਾਂ 'ਚ ਸਾਡੇ ਹੁੰਦਾ ਹੀ ਹੈ ਵੀ ਬਾਹਰੋਂ ਆਏ ਨੂੰ ਪਹਿਲਾਂ ਪਾਣੀ ਪਿਆਓ ਭਾਈ, ਬੰਦਾ ਆਇਆ ਇਹਨੂੰ ਜਲ ਪਾਣੀ ਛਕਾਓ ਪਹਿਲਾਂ, ਇਹ ਤਾਂ ਹੁੰਦਾ ਹੀ ਹੈ। ਪਰ ਸਾਡੇ ਸਮਾਜ 'ਚ ਬਹੁਤ ਵਾਰੀ ਕਰਨਾ ਵੀ ਕੁਝ ਨਹੀਂ ਪਰ ਅਗਲੇ 'ਤੇ ਭਾਰ ਵੀ ਪਾ ਦੇਣਾ। ਸਾਡੀ ਤਰੱਕੀ ਦਾ ਤਰੱਕੀ ਵਿੱਚ ਸਭ ਤੋਂ ਵੱਡੀ ਰੁਕਾਵਟ ਵੀ ਤਾਂ ਇਹੋ ਹੀ ਹੈ ਨਾ ਵੀ ਅਸੀਂ ਵਿਖਾਵੇ ਨੂੰ। ਹੁਣ ਗੁਰਦੁਆਰਿਆਂ ਵਿੱਚ ਜਿਹੜੀ ਸੇਵਾ ਸੀ ਨਾ, ਬਰਤਨ ਮਾਂਜਣੇ, ਝਾੜੂ ਲਾਉਣੇ, ਲੰਗਰ ਬਣਾਉਣੇ, ਇਹ ਇਸ ਲਈ ਟ੍ਰੇਨਿੰਗ ਸੀ, ਇਹ ਟ੍ਰੇਨਿੰਗ ਸੈਂਟਰ ਹੈ,
ਇੱਥੋਂ ਮੈਂ ਸਿੱਖਿਆ ਲੈਣੀ ਹੈ ਵੀ ਲੰਗਰ ਕਿੱਦਾਂ ਬਣਾਈਦਾ, ਜੋੜੇ ਕਿੱਦਾਂ ਇੱਥੋਂ ਚੁੱਕ ਕੇ ਇੱਥੇ ਕਿੱਦਾਂ ਰੱਖੀਦੇ ਨੇ, ਲੰਗਰ ਕਿੱਦਾਂ ਵਰਤਾਈਦਾ, ਬਰਤਨ ਕਿੱਦਾਂ ਸਾਫ਼ ਕਰੀਦੇ ਨੇ, ਕਿਸੇ ਨੂੰ ਜਲ ਪਾਣੀ ਕਿੱਦਾਂ ਛਕਾਈਦਾ। ਹੁਣ ਇਹ ਕਰਨੀ ਤਾਂ ਮੈਂ ਸਮਾਜ ਵਿੱਚ ਹੈ, ਫਿਰ ਇੱਥੋਂ ਸਿੱਖ ਕੇ ਮੈਂ ਘਰ ਜਾਵਾਂ, ਸਭ ਤੋਂ ਪਹਿਲਾਂ ਆਪਣੇ ਘਰ 'ਤੇ ਕਰਕੇ ਵੇਖਾਂ ਵੀ ਮਾਂ ਦਾ ਸਿਰ ਦੁਖਦਾ। ਕਦੇ ਪੁੱਤ ਚਾਹ ਬਣਾਏਗਾ, ਲੈ ਮੈਂ ਹੁਣੇ ਬਣਾ ਦਿੰਦਾ, ਘਰ ਵਾਲੀ ਦਾ ਵੀ ਸਿਰ ਦੁਖਦਾ, ਭੈਣ ਦਾ ਸਿਰ ਦੁਖਦਾ, ਕੋਈ ਕਵੇ। ਮਤਲਬ ਜੇ ਮੈਂ ਆਪਣੇ ਘਰ ਵਿੱਚ ਵੀ ਇਹ ਕੰਮ ਕਰਨ ਨੂੰ ਤਿਆਰ ਨਹੀਂ, ਇੱਦਾਂ ਹੀ ਔਰਤ ਹੈ ਵੀ ਦੂਜਿਆਂ ਦੇ ਫੜ ਫੜ ਕੇ ਅਸੀਂ ਬਰਤਨ ਮਾਂਜਣ ਨੂੰ ਤਿਆਰ ਹਾਂ, ਘਰ ਆਪ ਅਸੀਂ ਦੂਜਿਆਂ ਨੂੰ ਉਡੀਕਦੇ ਵੀ ਸਾਡੇ ਘਰ ਕੋਈ ਆਣ ਕੇ ਝਾੜੂ ਮਾਰ ਜਾਏ। ਹੁਣ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਭਾਈ ਪਹਿਲਾਂ ਵਿਖਾਵਾ ਛੱਡ, ਵਿਖਾਵਾ। ਮੈਂ ਕਈ ਵਾਰੀ ਸੋਚਦਾ ਹੁੰਦਾ, ਲੱਗਦਾ ਤਾਂ ਨਹੀਂ ਵੀ ਇਹ ਗੱਲ ਵੀ ਜਦੋਂ ਮੈਂ ਘਰ ਬਰਤਨ ਮਾਂਜਾਂਗਾ ਮੈਨੂੰ ਕਿਹੜਾ ਕੋਈ ਵੇਖਦਾ, ਧਾਰਮਿਕ ਸਥਾਨਾਂ ਦੇ ਚਾਰ ਬੰਦੇ ਵੇਖਦੇ ਆ ਮੈਨੂੰ ਵੀ ਪਤਾ ਲੱਗੇ ਵੀ ਇਹਦਾ ਦਾਲ ਵੀ ਵਰਤਾਉਂਦਾ ਭਾਈ, ਇਹ ਤਾਂ ਫੜ ਫੜ ਕੇ ਸੇਵਾ ਕਰਦਾ, ਇਹ ਤਾਂ ਬਾਣੀ ਵੀ ਪੜ੍ਹਦਾ ਭਾਈ, ਬੜਾ ਵੱਡਾ ਪਰਉਪਕਾਰੀ ਬੰਦਾ ਹੈ। ਹੁਣ ਭਗਤ ਕਬੀਰ ਜੀ ਕਹਿੰਦੇ ਪਰ ਹਰ ਲੋਭ, ਹੁਣ ਇਹ ਬਿਮਾਰੀਆਂ ਮਨ ਦੀਆਂ ਨੇ, ਲਾਲਚ ਤਨ ਦੀ ਬਿਮਾਰੀ ਹੈ ਕਿ ਮਨ ਦੀ ਜੀ? ਮਨ ਦੀ ਬਿਮਾਰੀ ਹੈ। ਕਹਿੰਦੇ ਇਹ ਚੀਜ਼ ਛੱਡ, ਮਨ ਦੀ ਆਹ ਬਿਰਤੀ ਛੱਡ, ਪਰ ਹਰ ਲੋਭ ਲਾਲ ਛੱਡ, ਅਰ ਲੋਕਾਚਾਰ। ਲੋਕਾਚਾਰ ਸਮਝਦੇ ਹੋ ਕੀ ਹੈ? ਲੋਕਾਚਾਰ ਲੋਕਾਂ ਨੂੰ ਖੁਸ਼ ਕਰਨ ਵਾਲੇ ਕੰਮ। ਇਮਾਨਦਾਰੀ ਨਾਲ ਸੋਚਿਓ, ਅਸੀਂ ਜ਼ਿਆਦਾ ਕੰਮ ਦੁਨੀਆਂ ਨੂੰ ਖੁਸ਼ ਕਰਨ ਵਾਲੇ ਕਰਦੇ ਹਾਂ ਕਿ ਗੁਰੂ ਨੂੰ ਖੁਸ਼ ਕਰਨ ਵਾਲੇ ਕਰਦੇ ਹਾਂ? ਬੋਲੋ ਪਿਆਰਿਓ, ਦੁਨੀਆਂ ਨੂੰ ਖੁਸ਼ ਕਰਨ ਵਾਲੇ। ਕਰਜਾਈ ਵੀ ਅਸੀਂ ਦੁਨੀਆਂ ਨੂੰ ਖੁਸ਼ ਕਰਨ ਵਾਲੇ ਕੰਮਾਂ ਕਰਕੇ ਹੋਏ ਹਾਂ। ਗੁਰੂ ਨੂੰ ਖੁਸ਼ ਕਰਨ ਵਾਲਾ ਕਾਰਜ ਤਾਂ ਕਰਜਾਈ ਕਰਦਾ ਹੀ ਨਹੀਂ ਬੰਦੇ ਨੂੰ। ਗੁਰੂ ਨੂੰ ਖੁਸ਼ ਕਰਨ ਵਾਲੇ ਕਾਰਜ ਵਿੱਚ ਕੋਈ ਫਾਹ ਲੈ ਕੇ ਨਹੀਂ ਮਰੇਗਾ। ਗੁਰੂ ਨੂੰ ਖੁਸ਼ ਕਰਨ ਵਾਲੇ ਕਾਰਜ ਵਿੱਚ ਕੋਈ ਬੰਦਾ ਆਤਮ ਹੱਤਿਆ ਨਹੀਂ ਕਰੇਗਾ। ਗੁਰੂ ਨੂੰ ਖੁਸ਼ ਕਰਨ ਵਾਲੇ ਕਾਰਜ ਵਿੱਚ ਬੰਦਾ ਕਦੀ ਦੁਖੀ ਨਹੀਂ ਹੁੰਦਾ। ਕਿਉਂ? ਕੋਈ ਗੁਰੂ ਕਹਿੰਦਾ ਭਾਈ ਜਿੰਨਾ ਕੁ ਤੇਰਾ, ਜਿੰਨਾ ਕੁ ਤੂੰ ਕੰਮ ਕਰ ਸਕ ਉਨਾ ਕੁ ਕਰ, ਵਾਧੂ ਕਿਉਂ? ਪਰ ਸਾਡੀ ਸੋਚ ਕੀ ਹੁੰਦੀ ਭਲਾ ਵੀ ਮੈਂ ਵੀ ਕੋਈ ਕਾਰਜ ਕਰਾਂ, ਰਿਸ਼ਤੇਦਾਰ ਬਰਾਦਰੀ ਸਾਰੀ ਖੁਸ਼ ਹੋ ਕੇ ਜਾਵੇ? ਪਰ ਇਹ ਕਦੀ ਨਹੀਂ ਹੋਣਾ ਪਿਆਰਿਆ, ਨਾ 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 ਨਾ, ਇਹ ਕਦੀ ਵੀ ਨਹੀਂ ਹੋਣਾ। ਇਹ ਪਹਿਲਾਂ ਆਪਣੇ ਦਿਮਾਗ 'ਚ ਗੱਲ ਬਿਠਾ ਲਾ, ਦੁਨੀਆਂ ਨੂੰ ਤੂੰ ਸਾਰੀ ਨੂੰ ਖੁਸ਼। ਤੂੰ ਨਸ਼ਾ, ਆ ਜਿਹੜੇ ਨਸ਼ਾ ਪਿਆਉਂਦੇ ਆਪਣੇ ਬੱਚਿਆਂ ਦੇ ਵਿਆਹਾਂ 'ਤੇ, ਤੁਹਾਨੂੰ ਕੀ ਲੱਗਦਾ ਵੀ ਉਹ ਸਾਰਿਆਂ ਨੂੰ ਖੁਸ਼ ਕਰ ਪਾਉਂਦੇ ਆ? ਖੁਸ਼ ਤਾਂ ਫੇਰ ਨਹੀਂ ਹੁੰਦੇ। ਜੇ ਤੂੰ ਨਸ਼ੇ ਪਿਆਉਣ ਵਾਲੇ ਖੁਸ਼ ਕਰ ਲਏ, ਦੂਜੇ ਗੁੱਸੇ ਹੋ ਗਏ। ਜਿਹੜੇ ਦੂਜੇ ਨਸ਼ਾ ਪੀਣ ਵਾਲੇ ਨਹੀਂ ਸੀ ਆਏ ਵਿਆਹ, ਹਰ ਆਨੰਦ ਕਾਰਜ 2-4-10% ਬੰਦੇ ਤਾਂ ਇੱਦਾਂ ਦੇ ਆਉਂਦੇ ਹੀ ਆ ਨਾ। ਜੇ ਤੂੰ ਇੱਧਰ ਦੇ ਖੁਸ਼ ਕਰ ਲਈ, ਉਹ ਦੁਖੀ ਹੋ ਗਏ। ਫਿਰ ਇੱਕ ਕੰਮ ਕਰਦਾ, ਗੁਰੂ ਵਾਲਾ ਪਾਸਾ ਖੁਸ਼ ਕਰ ਲੈਂਦਾ ਵੀ ਮਹਾਰਾਜ ਮੈਂ ਪ੍ਰਣ ਕਰਦਾ, ਬੇਸ਼ੱਕ ਮੇਰਾ ਕੋਈ ਰਿਸ਼ਤੇਦਾਰ ਗੁੱਸੇ ਹੋ ਜਾਏ, ਕੋਈ ਸਾਕ ਬਰਾਦਰੀ ਦਾ ਗੁੱਸੇ ਹੋ ਜਾਏ, ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਮੈਂ ਤਾਂ ਮਹਾਰਾਜ ਤੁਹਾਡੇ ਵੱਲ ਵੇਖਣਾ, ਮੈਂ ਤੁਹਾਡੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਸਕਾਂ। ਸੁਣ ਸਕੀਏ ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ, ਲੋਕ ਲਾਜ ਛੱਡੀਏ। ਸਾਡੀ ਤਾਂ ਲੋਕ ਲਾਜ ਪੈਰਾਂ ਤੋਂ ਲੈ ਕੇ ਸਿਰ ਤੱਕ ਹੈ, ਪੈਰਾਂ ਤੋਂ ਲੈ ਕੇ ਸਿਰ ਤੱਕ ਆ। ਵਿਖਾਵੇ ਕਿੰਨੇ ਕਿੰਨੇ ਹੁੰਦੇ ਜਦੋਂ ਵਿਆਹਾਂ ਸ਼ਾਦੀਆਂ 'ਤੇ ਕੱਪੜੇ ਬਣਦੇ ਆ, ਇਮਾਨਦਾਰ ਨਾਲ ਸੋਚਿਓ। ਵੱਧ ਤੋਂ ਵੱਧ 2-4 ਸੂਟ ਦੀ ਆਪਣੀ ਗੱਲ ਹੁੰਦੀ ਹੈ, ਪਰ ਇਮਾਨਦਾਰ ਉਸ ਕਿੰਨਾ ਬੋਝ ਪਾਇਆ ਜਾਂਦਾ ਜੀ, ਕਿੰਨਾ ਕਿੰਨਾ ਵਿਖਾਵਾ। ਜੇ ਭਲਾ ਕੋਈ ਪੁਰਾਣੇ ਕੱਪੜੇ ਪਾ ਕੇ ਆਨੰਦ ਘਰ ਚਲਾ ਜਾਏ ਨਾ, ਮੇਰੇ ਖਿਆਲ 'ਚ ਨਹੀਂ ਵੀ ਸ਼ਾਮਾਂ ਨੂੰ ਕੋਈ ਨੂੰ ਟੋਕ ਦੇਵੇ ਵੀ ਤੂੰ ਆਹ ਕੱਪੜੇ ਪੁਰਾਣੇ ਕਿੱਦਾਂ ਪਾਏ ਆ। ਕਿਸੇ ਦਾ ਧਿਆਨ ਕਿਸੇ ਵੱਲ ਹੁੰਦਾ ਹੀ ਨਹੀਂ। ਇਮਾਨਦਾਰ ਨਾਲ ਸੋਚੋ, ਜਦੋਂ ਆਪਾਂ ਆਪਣੇ ਘਰਾਂ 'ਚੋਂ ਨਿਕਲਦੇ ਹਾਂ ਨਾ, ਕੋਈ ਕਿਸੇ ਦੇ ਕੱਪੜੇ ਵੱਲ ਨਹੀਂ ਵੇਖਦਾ। ਹਰ ਬੰਦਾ ਤਾਂ ਇਹ ਸੋਚ ਕੇ ਨਹੀਂ ਵੇਖਦਾ ਵੀ ਮੇਰੇ ਵੱਲ ਕੌਣ ਵੇਖਦਾ। ਹਰ ਬੰਦੇ ਦੀ ਸੋਚ ਤੇ ਮੇਰੇ ਵੱਲ ਕੌਣ ਵੇਖਦਾ, ਕੋਈ ਕਿਸੇ ਵੱਲ ਨਹੀਂ ਵੇਖਦਾ। ਤੁਸੀਂ ਚਪਲਾਂ ਪਾ ਕੇ ਚੱਲ ਜਾਓ ਨਾ ਬਰਾਤੇ, ਜੇ ਤੁਹਾਨੂੰ ਸ਼ਾਮਾਂ ਤੱਕ ਕਿਸੇ ਨੇ ਟੋਕ ਦਿੱਤਾ ਵੀ ਤੂੰ ਚਪਲਾਂ ਪਾ ਕੇ ਆ ਗਿਆ, ਇੰਨਾ ਧਿਆਨ ਕੇ ਉਹਨੇ ਕਹਿਣਾ ਸ਼ੌਂਕ ਆ ਭਾਈ ਇਹਦਾ, ਉਹਨੇ ਕਹਿਣਾ ਸ਼ੌਂਕ ਆ। ਪਰ ਨਹੀਂ, ਸਾਡਾ ਜ਼ੋਰ ਲੱਗਾ ਹੁੰਦਾ, ਅਸੀਂ ਵਾਧੂ ਦੀਆਂ, ਅਸੀਂ ਇਹਨਾਂ ਚੀਜ਼ਾਂ ਵਿੱਚ ਅੱਜ ਉੱਜੜ ਚੁੱਕੇ। ਐਸਾ ਨਹੀਂ ਵੀ ਕੱਪੜਾ ਪਾਉਣਾ ਨਹੀਂ ਆ, ਪਾਉਣਾ ਵਾ, ਜਿੰਨੀ ਜ਼ਰੂਰਤ ਹੈ ਉਹ ਪਾਓ,
ਜਿਹੜੀ ਚੀਜ਼ ਦੀ, ਪਰ ਜ਼ਰੂਰਤ ਤੋਂ ਵੱਧ ਅੱਜ ਬਹੁਤ ਚੀਜ਼ਾਂ ਸਾਡੇ ਜੀਵਨ ਨਾਲ ਜੁੜ ਚੁੱਕੀਆਂ ਵਾਂ ਜਿਹੜੀਆਂ ਅੱਜ ਇਨਸਾਨ ਨੂੰ ਕਰਜਾਈ ਕਰ ਰਹੀਆਂ। ਵਾਧੂ ਦੀਆਂ ਰਸਮਾਂ, ਵਾਧੂ ਦੀਆਂ ਰੀਤਾਂ, ਜਿਹੜੀਆਂ ਸਮਾਜ ਵਿੱਚ ਅਸੀਂ ਇੱਕ ਸਿਰਫ ਮੂੰਹ ਮਲਾਜਾ ਸਾਡਾ, ਹੋਰ ਕੁਝ ਨਹੀਂ, ਮੂੰਹ ਮਲਾਜੇ ਦੇ ਨੇ ਸਾਡੇ ਪਰਿਵਾਰਾਂ ਦਾ ਨਿਚੋੜ ਕੱਢ ਦਿੱਤਾ। ਸਾਡੇ ਪਰਿਵਾਰ ਅੱਜ ਟੁੱਟਣ ਦਾ ਕਾਰਨ ਵੀ ਇੱਕ ਸਭ ਤੋਂ ਵੱਡਾ ਹੈ ਵੀ ਇਹ ਗਰੀਬ ਪਰਿਵਾਰ, ਹੁਣ ਜਿਹਦੀ ਸਮਰੱਥਾ ਵੱਡੀ ਹੈ ਉਹ ਵੱਧ ਪੈਸੇ ਦੇ ਆਉਂਦਾ, ਜਿਹਦੀ ਵਿਚਾਰੇ ਦੀ ਸਮਰੱਥਾ ਆਪਣੀ ਘੱਟ ਹੈ ਉਹ ਘੱਟ ਪੈਸੇ ਦਿੰਦਾ। ਹੁਣ ਕਈ ਰਿਸ਼ਤੇਦਾਰ ਤੁਹਾਨੂੰ ਮਿਲਣਾ ਚਾਹੁੰਦੇ ਆ, ਉਹ ਆਉਣਾ ਚਾਹੁੰਦੇ ਆ, ਹੁਣ ਉਹਨੂੰ ਪਤਾ ਵੀ 200 ਰੁਪਇਆ ਬੱਸ ਦਾ ਕਿਰਾਇਆ ਲੱਗ ਗਿਆ, 100-200 ਦਾ ਸਮਾਨ ਖੜਾਂਗੇ, ਇੱਕ ਦਿਹਾੜੀ ਭਜੇਗੀ, ਤਿੰਨ ਚੀਜ਼ਾਂ ਇਕੱਠੀਆਂ ਹੋ ਗਈਆਂ ਨਾ, ਇੱਕ ਕੁਝ ਲੈ ਕੇ ਆਉਣਗੇ ਸਾਡੇ ਘਰ, ਇੱਕ ਕਿਰਾਇਆ ਲਾ ਕੇ ਆਉਣਗੇ, ਤੀਜੀ ਉਹਨਾਂ ਦਾ ਉਹਨਾਂ ਨੂੰ ਕੰਮ ਛੱਡਣਾ ਪੈਣਾ। ਦਿਲ ਵੈਸੇ ਮਿਲਣ ਨੂੰ ਕਰਦਾ, ਅਤੇ ਜੇ ਆਪਾਂ ਅੱਗੇ ਇਹੋ ਸੋਚੀਏ ਵੀ ਇਹ ਕੁਝ ਵੀ ਨਾ ਲੈ ਕੇ ਆਉਣ, ਕੋਈ ਗੱਲ ਨਹੀਂ, ਅਸੀਂ ਲੈ ਕੇ ਜਾਂਦੇ ਸੀ, ਸਾਡੇ ਕੋਲ ਹੈਗੇ ਸੀ, ਨਹੀਂ ਵੀ ਲਿਆ ਕੇ ਆਉਣ, ਪਰ ਅਸੀਂ ਪ੍ਰਵਾਨ ਕਰ ਲਾਂਗੇ ਅਸੀਂ ਕਿਹਾ ਲੈ। ਅਸੀਂ ਜਦੋਂ ਜਾਂਦੇ ਹਾਂ ਨਾ, ਭਾਵੇਂ ਸੇਬ 150 ਰੁਪਏ ਕਿਲੋ ਹੋਣ ਨਾ, ਅਸੀਂ ਲੈ ਕੇ ਜਾਂਦੇ ਹਾਂ, ਖਾਲੀ ਹੱਥ ਹੀ ਆ ਗਏ, ਹੈਂ ਵੇਖ ਲਓ ਵੀ ਇਹਨਾਂ ਨੂੰ ਮਾਸਾ ਵੀ ਸ਼ਰਮ ਨਹੀਂ ਆਈ। ਅਗਲੇ ਵਿਚਾਰੇ ਭਾਵੇਂ ਵਿਆਜੀ ਪੈਸੇ ਚੁੱਕ ਕੇ, ਲੱਗਦਾ ਨਹੀਂ ਤੁਹਾਨੂੰ ਜਿਹੜੀ ਸਾਡੀ ਸਮਰੱਥਾ ਹੈ, ਸਾਡੀ ਸਮਰੱਥਾ ਹੋ ਸਕਦਾ ਹੋਵੇ ਅਗਲੇ ਦੀ ਸਮਰੱਥਾ ਨਾ ਹੋਵੇ, ਇਹਨਾਂ ਚੀਜ਼ਾਂ ਨੇ ਸਾਡੇ ਵਿੱਚ ਪਿਆਰ ਵਧਾਇਆ ਨਹੀਂ, ਪਿਆਰ ਸਾਡੇ 'ਚ ਘਟਾਇਆ ਹੈ। ਕਿਉਂਕਿ ਅਸੀਂ ਲੋਕ ਵਿਖਾਵੇ 'ਚ ਪਏ ਹਾਂ ਵੀ ਲੋਕ ਖੁਸ਼ ਹੋਣ, ਦੁਨੀਆ ਬਹੁਤ ਜ਼ਿਆਦਾ ਪ੍ਰਸੰਨ ਹੋਵੇ। ਵੈਸੇ ਤਾਂ ਬੰਦਾ ਤਨ ਤੋਂ ਲੈ ਕੇ ਘਰ ਤੱਕ ਦੀ ਤਿਆਰੀ ਆਪਣੇ ਲਈ ਨਹੀਂ ਕਰਦਾ, ਨਾ ਦੂਜੇ ਲਈ ਕਰਦਾ। ਤੁਸੀਂ ਆਪਣੇ ਕਦੀ ਘਰ ਵੇਖੋ, ਆਪਾਂ ਆਪਣੇ ਘਰ ਬੈਠੇ ਹਾਂ, ਆਪਣੇ ਘਰ 'ਚ ਖਲਾਰਾ ਪਿਆ, ਬੱਚੇ ਆ, ਐਤਵਾਰ ਆ, ਛੁੱਟੀ ਆ, ਕੱਪੜੇ ਖਿਲਰੇ ਹੋਏ ਨੇ, ਸਾਰੀਆਂ ਚਾਦਰਾਂ ਵੀ ਖਿਲਰੀਆਂ ਹੋਈਆਂ, ਸਾਨੂੰ ਫੋਨ ਆ ਜੇ ਵੀ ਰਿਸ਼ਤੇਦਾਰ ਆ ਰਹੇ ਨੇ, ਕੀ ਹੋਏਗਾ? ਸਭ ਤੋਂ ਪਹਿਲਾਂ ਜੀ ਇਮਾਨਦਾਰੀ ਨੂੰ ਦੱਸਿਓ ਕੀ ਹੋਏਗਾ ਜੀ? ਸਭ ਤੋਂ ਪਹਿਲਾਂ ਸਫਾਈ ਹੋਏਗੀ। ਅੱਛਾ, ਜੇ ਤਾਂ ਸਫਾਈ ਅਸੀਂ ਆਪਣੇ ਲਈ ਕਰਨੀ ਹੁੰਦੀ ਤਾਂ ਅਸੀਂ ਤਾਂ ਪਹਿਲਾਂ ਵੀ ਸਵੇਰ ਦੇ ਘਰੇ ਸੀ, ਕਿਹਦੇ ਲਈ ਹੋ ਰਹੀ ਭਲਾ ਸਫਾਈ? ਮਿੰਟ ਬੀਬੀ ਨੂੰ ਕਹਿਣਾ, ਬੀਬੀ ਕੱਪੜੇ ਚੰਗੇ ਪਾ ਲਾ, ਨਹੀਂ ਤੂੰ ਲੱਗਣਾ ਵੇਖ ਤਾਂ ਸੂਟ ਕਿੱਦਾਂ ਦਾ ਪਾਇਆ ਹੋਇਆ। ਕਿਉਂ ਸਾਹ ਸਿੰਘ ਜੀ? ਪਾਪਾ ਜੀ ਆ ਪਜਾਮਾ ਲਾਓ, ਤੁੰਬ ਲੱਗੀ ਹੋਈ ਇਹਨੂੰ, ਗੋਹਾ ਲੱਗਾ ਮੱਝਾਂ ਦਾ, ਲਾਓ ਇਹਨੂੰ। ਪਾਪਾ ਵੀ ਖੁਸ਼ ਹੁੰਦਾ ਵੀ ਕਿਤੇ ਕਾਸ਼ ਪਰਾਉਣੇ ਰੋਜ਼ ਹੀ ਆਉਣ, ਹੈ ਵੀ ਰੋਜ਼ ਹੀ ਮਹਿਮਾਨ ਹੋਣ, ਅੱਜ ਤਾਂ ਕੱਪੜੇ ਲਵਾ ਕੇ ਨਵੇਂ ਪਵਾ ਰਹੇ ਮੈਨੂੰ। ਪਾਪਾ ਜੀ ਆਹ ਪਾ ਲਓ ਸੂਟ ਚੰਗੇ, ਐਂ ਥੋੜ੍ਹਾ ਜਿਹਾ ਕੁਰਸੀ ਲਾ ਕੇ ਬਾਹਰ ਬਹੁਤ ਪਤਾ ਲੱਗੇ ਵੀ ਹੁਣ ਉਹਨਾਂ ਦੇ ਸਾਹਮਣੇ ਨਾ ਮੱਝਾਂ ਵੱਲ ਤੁਰੇ ਫਿਰਿਓ, ਪਤਾ ਲੱਗੇ ਵੀ ਕੰਮ ਹੀ ਕੰਮ ਕਰਦੇ, ਜਾਣ ਦੀ ਦੇਰ ਆ ਫੇਰ ਮੱਝਾਂ ਵਿਚਾਰੇ ਨੇ ਖਿੱਚੀ ਜਾਣੀ ਆ, ਫੇਰ ਉਹ ਕੰਮ ਹੀ। ਕਿਉਂ ਸਰ ਵਿਖਾਵਾ ਹੈ ਕਿ ਨਹੀਂ? ਇਮਾਨਦਾਰੀ ਨੇ ਦੱਸਿਓ ਹੈ ਕਿ ਨਹੀਂ ਹੈ? ਗੁਰੂ ਨਾਲ ਤੇ ਕਰਦੇ ਕਰਦੇ ਪਰਿਵਾਰਾਂ 'ਚ ਵੀ ਹੁੰਦਾ ਹੈ, ਮਿੰਟੋ ਮਿੰਟ ਨਿਆਣਿਆਂ ਨੂੰ ਵੀ ਰੋਟੀ ਮਿੰਟੋ ਮਿੰਟ ਖਾ ਲਓ, ਐਵੇਂ ਨਾ ਬਿਸਕੁਟ ਚੁੱਕ ਚੁੱਕ ਖਾਈ ਜਾਂਦੇ ਆ ਪ੍ਰਾਹੁਣਿਆਂ ਦੇ ਅੱਗੇ, ਅਸੀਂ ਅਸੀਂ ਬਰਫੀ ਉਹਨਾਂ ਦੇ ਗਾੜੀ ਰੱਖਣੀ ਆ, ਇੱਦਾਂ ਹੁੰਦਾ ਨਾ ਆਮ, ਆਪਣੇ ਦੋ ਇੱਕ ਪੀਸ ਮੂੰਹ 'ਚ ਪਾ ਲੈਣਾ, ਦੋ ਹੱਥਾਂ 'ਚ ਫੜ ਲੈਣੇ, ਪ੍ਰਾਹੁਣਾ ਵੀ ਵਿਚਾਰਾ ਕਹਿੰਦਾ ਵੀ ਕੋਈ ਨਹੀਂ ਖਾ ਲਓ, ਵਧੀਆ ਗੱਲ ਆ। ਹੁਣ ਉਹ ਸਾਨੂੰ ਲੱਗਦਾ ਮਹਿਮਾਨ ਨੇ ਗੁੱਸਾ ਨਹੀਂ ਕਰਨਾ, ਉਹਨਾਂ ਦੇ ਘਰ ਵੀ ਇੱਦਾਂ ਦੇ ਬੱਚੇ ਹੈਗੇ ਆ, ਪਰ ਸਾਨੂੰ ਵਿਖਾਵਾ ਹੁੰਦਾ। ਵੈਸੇ ਟ੍ਰੇਨਿੰਗ ਪਹਿਲਾਂ ਦੇਣੀ ਚਾਹੀਦੀ ਬੱਚਿਆਂ ਨੂੰ, ਰੋਜ਼ ਦੇਣੀ ਚਾਹੀਦੀ, ਪੁੱਤ ਹਰ ਚੀਜ਼ ਆਪਣੇ ਘਰ ਹੈਗੀ ਆ, ਖਾਓ, ਐਨ ਇੱਦਾਂ ਮਹਿਸੂਸ ਕਰਾਉਣਾ ਵੀ ਜਿੱਦਾਂ ਅਸੀਂ ਰੋਜ਼ ਹੀ ਇਹ ਚੀਜ਼ਾਂ ਖਾਂਦੇ ਹਾਂ, ਭਾਵੇਂ ਨਾ ਵੀ ਖਾਂਦੇ ਹੋਈਏ, ਇਹ ਇਹ ਸਿੱਖਿਆ ਵਾ ਵੀ ਅਸੀਂ ਰੋਜ਼ ਹੀ ਇਹਦਾ ਖਾਂਦੇ ਹੋਈਏ, ਪਰ ਸਾਡੇ ਘਰਾਂ 'ਚ ਸਿਸਟਮ ਐਸਾ ਬਣ ਚੁੱਕਾ ਵਿਖਾਵੇ ਵਾਲੀਆਂ ਚੀਜ਼ਾਂ। ਅਸੀਂ ਗੁਰੂ ਨਾਲ ਨਹੀਂ ਕਰਦੇ, ਪਰਿਵਾਰਾਂ ਵਿੱਚ ਵੀ ਵਿਖਾਵਾ ਹੈ। ਮਾਂ ਨੂੰ ਰੋਜ਼ ਨਹੀਂ ਕਹਿਣਾ ਮਾਂ ਚੰਗਾ ਕੱਪੜਾ ਪਾ, ਆਹ ਸੌਲ ਜਿਹੜਾ ਲਿਆ ਇਹ 'ਤੇ ਬੋਰ ਆਇਆ ਹੋਇਆ, ਤੁੰਬ ਲੱਗੀ ਹੋਈ ਹੈ, ਰੋਜ਼ ਥੋੜ੍ਹਾ ਕਹਿਣਾ। ਪਰ ਮਹਿਮਾਨ ਆਇਆ ਉਹਨੂੰ ਕਹਿਣਾ ਮਾਂ ਕੱਪੜੇ ਦੂਜੇ ਬਦਲਾ, ਹੁਣ ਕੱਪੜੇ ਪਲਾਕੇ ਦੇ ਲਈ ਬਦਲਾਏ ਜਾ ਰਹੇ ਨੇ ਰਿਸ਼ਤੇਦਾਰਾਂ ਵਾਸਤੇ, ਵੀ ਰਿਸ਼ਤੇਦਾਰ ਆ ਰਹੇ ਨੇ, ਕੁੜਮ ਆ ਰਿਹਾ, ਕੁੜਮਣੀ ਆ ਰਹੀ ਆ, ਹੈ ਭੈਣਾਂ ਆ ਰਹੀਆਂ ਵਾ, ਨਹੀਂ ਤਾਂ ਭੈਣ ਨੇ ਆਉਂਦਿਆਂ ਕਹਿਣਾ ਲੈ ਆਪ ਤਾਂ ਤੁਸੀਂ 2-2 ਹਜ਼ਾਰ ਦੇ ਸੂਟ ਪਾਏ, ਮੇਰੀ ਭੈਣ ਨੂੰ ਤੁਸੀਂ ਉੱਦਾਂ ਹੀ ਪਾਇਆ ਵਾ, ਕੱਪੜੇ ਵੇਖੋ ਤਾਂ
ਇਸ ਕਰਕੇ ਭੈਣ ਦੀਆਂ ਨਸ ਐ ਭੈਣ ਨੂੰ ਇੱਕ ਵਾਰੀ ਐ ਉਹ ਗੱਲ ਕਰਨ ਜੋਗੀ ਛੱਡਣ ਹੀ ਨਹੀਂ ਆ। ਉਹ ਭਾਵੇਂ 500 ਵਾਲਾ ਪਾਉਂਦੀ, ਬੇਬੇ ਦਾ ਅੱਜ 1500 ਦਾ ਸੂਟ ਗੱਲ ਪਵਾ ਤਾ ਆਉਂਦੇ ਆ ਇਸੇ ਕਰਕੇ ਵੀ ਉਹ ਰੋਵੇ ਨਾ। ਉਹ ਭੈਣ ਵੀ ਅੱਗੇ ਬੋਲ ਪੈਂਦੀ ਹੌਲੀ ਕੁ ਦਿਨੇ, ਭੈਣੇ ਉਹ ਆਉਂਦੇ ਆਉਂਦੀ, ਭੈਣੇ ਕਿੱਦਾਂ ਅੱਜ ਤਾਂ ਬੜੀ ਤਿਆਰ ਹੋ ਕੇ ਬੈਠੀ ਮੇਰੀ ਭੈਣ। ਕਹਿੰਦੀ ਭੈਣੇ ਸ਼ੁਕਰ ਆ ਤੇਰੇ ਆਇਆ ਕਰਕੇ ਹੋਈ ਆ, ਜੇ ਤੂੰ ਨਾ ਆਈ ਹੁੰਦੀ ਸ਼ਾਇਦ ਆ ਮੇਰੇ ਸਿਰ 'ਚ ਤੇਲ ਵੀ ਤੇਰੇ ਆਇਆ ਲੱਗਾ, ਨਹੀਂ ਤੇ ਇਹਨਾਂ ਕੋਲ ਆਪਣੇ ਬੱਚੇ ਸੂਤਰ ਆਉਣ ਤੇ ਮੇਰੇ ਵੱਲ ਆਉਣ, ਇਹਨਾਂ ਕੋਲ ਤਾਂ ਆਪਣੇ ਬੱਚੇ ਨਹੀਂ ਸੂਤਰ ਆ ਰਹੇ, ਮੇਰੇ ਵੱਲ ਕਿਹਨੇ ਆਉਣਾ ਹੈ? ਮੇਰੀ ਵਾਰੀ ਤਾਂ ਉਦੋਂ ਆਏਗੀ ਨਾ ਜਦੋਂ ਬੱਚਿਆਂ ਵੱਲੋਂ ਵੇਲ ਮਿਲੇਗੀ। ਤਾਂ ਇਹ ਗੁਰੂ ਨਾਲ ਨਹੀਂ ਪਿਆਰੇ ਹੋ, ਪਰਿਵਾਰਾਂ ਵਿੱਚ ਵੀ ਵਿਖਾਵਾ ਚੱਲਦਾ ਹੈ, ਪਰਿਵਾਰਾਂ ਵਿੱਚ ਵੀ ਬੰਦੇ ਤਾਂ ਉਹੀ ਆ ਨਾ। ਹੁਣ ਐਸੇ ਬੰਦੇ ਗੁਰਦੁਆਰੇ ਆ ਜਾਂਦੇ ਆ, ਇਹੋ ਜਿਹੇ ਬੰਦੇ ਜੇ ਧਰਮੀ ਬਣ ਜਾਣ ਸਰੀਰ ਕਰਕੇ, ਵਿਖਾਵਾ ਕਰਨਗੇ ਕਿ ਨਹੀਂ ਕਰਨਗੇ? ਘਰ ਪਾਠ ਕਰਨ ਨਾ ਕਰਨ ਗੁਆਂਢੀ ਜਦੋਂ ਰਿਸ਼ਤੇਦਾਰਾਂ ਕੋਲ ਜਾਣਗੇ, ਹਾਂਜੀ ਗੁਟਕਾ ਹੈਗਾ ਸੁਖਮਣੀ ਸਾਹਿਬ ਦਾ, ਉਹਨੇ ਕਹਿਣਾ ਕੀ ਕਰਨਾ? 12 ਅਸ਼ਟਪਦੀਆਂ ਘਰ ਪਾਠ ਆਇਆ ਸੀ ਅਤੇ ਬਾਕੀ ਇੱਥੋਂ ਪੜ੍ਹੀ, ਤਾਂ ਕਿ ਪਤਾ ਲੱਗੇ ਵੀ ਇਹ ਪਾਠ ਵੀ ਕਰਦਾ ਭਾਈ, ਪਾਠ ਵੀ ਕਰਦਾ ਹੈ। ਬਈ ਰਿਸ਼ਤੇਦਾਰ ਕੋਲ ਭਾਈ ਗੁਟਕਾ ਹੈਗਾ ਆਸਾ ਕੀ ਵਾਰਦਾ, ਕਿੱਦਾਂ ਰੋਜ਼ ਪੜ੍ਹੀ ਦੀਆਂ ਨਾ ਸੁੱਖ ਨਾ, ਤੁਸੀਂ ਘਰਦੇ ਨੂੰ ਪਤਾ ਵੀ ਪੜ੍ਹਦਾ ਕਿ ਨਹੀਂ ਪੜ੍ਹਦਾ, ਇਹ ਦੱਸਣਾ ਜ਼ਰੂਰੀ ਹੈ ਕਿਤੇ, ਪਰ ਦੱਸਣਾ ਅਗਲੇ ਨੂੰ ਵੀ ਨਹੀਂ ਹੈ ਕੋਈ ਗੱਲ। ਜੇ ਮੰਨ ਲਓ ਨਾਗਾ ਵੀ ਪੈ ਜੂਗਾ, ਮੈਂ ਇਹ ਨਹੀਂ ਕਹਿੰਦਾ ਵੀ ਇੱਦਾਂ ਕਰਨਾ ਨਹੀਂ ਚਾਹੀਦਾ, ਜੇ ਤਾਂ ਚੰਗੀ ਭਾਵਨਾ ਨਾਲ ਪੁੱਛਦਾ ਫਿਰ ਤਾਂ ਬੜੀ ਵਧੀਆ ਗੱਲ, ਪਰ ਜੇ ਭਾਵਨਾ ਪਿੱਛੇ ਵੀ ਇਹਨਾਂ ਨੂੰ ਇੱਕ ਵਾਰ ਪਤਾ ਲੱਗ ਜਾਏ ਕਿ ਮੈਂ ਪਾਠ ਵੀ ਕਰਦਾ। ਪਰ ਕਦੇ ਬੰਦਾ ਠੱਗੀ ਮਾਰਨ ਵਾਲਾ ਬੇਈਮਾਨ, ਬੇਈਮਾਨੀ ਕਰਨ ਵਾਲਾ ਬੰਦਾ ਵੀ ਕਦੀ ਕਿਸੇ ਨੂੰ ਦੱਸਦਾ ਜਾ ਕੇ? ਉਹ ਤਾਂ ਚੀਜ਼ਾਂ ਛੁਪਾਉਂਦਾ ਹੈ ਬੰਦਾ। ਇੱਥੇ ਭਗਤ ਕਬੀਰ ਜੀ ਕਹਿੰਦੇ ਪਰ ਹਰ ਲੋਭ ਅਰ ਲੋਕਾਚਾਰ, ਲੋਕਾਚਾਰ ਛੱਡਦੇ, ਇਹ ਚਲਾਕੀਆਂ ਨੇ, ਇਹ ਚਲਾਕੀਆਂ ਨਾਲ ਤੇਰੇ ਤੋਂ ਦੁਨੀਆ ਪ੍ਰਭਾਵਿਤ ਹੋਏਗੀ। ਬੱਲੇ ਬੱਲੇ ਬੜੀ ਸੇਵਾ ਕਰਦਾ ਬੰਦਾ, ਬੜਾ ਰੱਜਿਆ ਪੁੱਜਿਆ ਬੰਦਾ ਬਈ, ਬੜਾ ਬੜੀ ਸਿਆਣਪ, ਇਹਦੇ ਨਾਲ ਦੁਨੀਆ ਪ੍ਰਭਾਵਿਤ ਹੁੰਦੀ ਹੈ, ਰੱਬ ਤੇ ਗੁਰੂ ਪ੍ਰਭਾਵਿਤ ਨਹੀਂ ਹੁੰਦੇ, ਉਹ ਤਾਂ ਤੇਰੇ ਅੰਦਰ ਨੂੰ ਜਾਣਦੇ ਆ। ਪਰ ਹਰ ਲੋਭ ਆਰ ਅਤੇ ਲੋਕਾਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ, ਇਹ ਚੀਜ਼ਾਂ ਛੱਡ ਦੇ, ਹੰਕਾਰ ਦੀ ਬਿਰਤੀ ਛੱਡ, ਵਾਸ਼ਨਾਵਾਂ ਛੱਡ, ਪਰ ਹਰ ਕਾਮ ਕ੍ਰੋਧ ਅਹੰਕਾਰ, ਕਰਮ ਕਰਤ ਬੱਧੇ ਅਹਮੇਵ। ਪਿਆਰਿਆ ਤੂੰ ਕਿੱਦਾਂ ਦਾ ਇਨਸਾਨ ਆ, ਭਗਤ ਕਬੀਰ ਜੀ ਕਹਿੰਦੇ ਤੂੰ ਕਰਮ ਵੀ ਕਰੀ ਜਾਂਦਾ ਧਾਰਮਿਕ, ਅਤੇ ਅਹਮੇਵ ਕਹਿੰਦੇ ਹੋਮੇ, ਹੋਮੇ 'ਚ ਵੀ ਵੱਜਾ ਹੋਇਆ। ਵੇਖੋ ਜਿਸ ਬੰਦੇ ਕੋਲ ਪੈਸੇ 4 ਹੈਗੇ ਨਾ, ਉਹਦੀ ਹੋਮੇ ਮੁੱਕ ਸਕਦੀ ਆ, ਕਦੋਂ? ਜਦੋਂ ਉਹਦੇ ਕੋਲ ਪੈਸੇ ਨਾ ਰਹੇ। ਪਰ ਜਿਹਨੂੰ ਧਰਮ ਦੀ ਹੋਮੇ, ਧਰਮੀ ਹੋਣ ਦੀ ਹੋਮੇ, ਧਰਮੀ ਹੋਣ ਦਾ ਭੁਲੇਖਾ ਪੈ ਜਾਏ ਨਾ, ਇਹ ਨਹੀਂ ਕੰਟਰੋਲ 'ਚ ਹੁੰਦੀ, ਕਿਉਂਕਿ ਉਹਨੇ ਕਦੀ ਮੰਨਣਾ ਹੀ ਨਹੀਂ ਮੈਂ ਧਰਮੀ ਹੈ ਨਹੀਂ। ਕਿਉਂ ਜੀ, ਮੰਨੇਗਾ ਕਦੀ? ਬੋਲੋ ਪਿਆਰੇ, ਉਹ ਤਾਂ ਖੀਰ ਤੱਕ ਮੰਨੇਗਾ। ਤਾਂ ਹੀ ਤਾਂ ਗੁਰੂ ਨਵੇਂ ਪਾਤਸ਼ਾਹ ਨੂੰ ਕਹਿਣਾ ਪਿਆ, ਤੀਰਥ ਬਰਤ ਅਰਦਾਨ ਕਰ, ਅੱਗੇ ਕੀ ਜੀ ਭਲਾ? ਮਨ ਮੈਂ ਧਰੈ ਗੁਮਾਨ, ਨਾਨਕ ਨੇ ਫੁੱਲ ਜਾਤ ਤੇ, ਅੱਗੇ ਕੀ ਜੀ? ਜਿਉਂ ਕੁੰਚਰ ਇਸ਼ਨਾਨ, ਕਰਮ ਕਰਤ ਬੱਧੇ ਅਹਮੇਵ, ਕਰਮ ਕਰਦਾ ਧਾਰਮਿਕ, ਬੱਝਾ ਹੋਮੇ 'ਚ, ਹੋਮੇ ਵਸ ਕਰਦਾ, ਕਮਰਾ ਬਣਾਉਂਦਾ ਹੋਮੇ ਵਸ, ਪੱਥਰ ਲਾਓ ਮੇਰੇ ਨਾਂ ਦਾ। ਜੇ ਉੱਦਾਂ ਤੇਰਾ ਦਿਲ ਕਰਦਾ ਹੋਵੇ ਤੂੰ ਕਹਿੰਦਾ ਪੱਥਰ ਲਾਉਣ ਦੀ ਲੋੜ ਨਹੀਂ ਭਾਈ, ਮੇਰੇ ਕੋਲ 4 ਪੈਸੇ ਹੈਗੇ ਸੀ, ਗੁਰੂ ਵੱਲੋਂ ਮੇਰੇ ਬੱਚੇ ਕਮਾਈ ਕਰਦੇ, ਮੈਂ ਬਣਾ ਤਾ, ਠੀਕ ਹੈ। ਜੇ ਕੋਈ ਨਹੀਂ ਦੇ ਸਕਦਾ ਤੇ ਹੁਣ ਉਹਦਾ ਵੀ ਪੱਥਰ ਲਾਓਗੇ ਤੁਸੀਂ? ਹੁਣ ਹੁਣ ਇਮਾਨਦਾਰ ਨਾਲ ਸੋਚੋ, ਜਦੋਂ ਪਿੰਡਾਂ 'ਚ ਗੁਰਦੁਆਰੇ ਬਣਦੇ ਆ, ਤੇ ਲਗਭਗ ਕੇਵਲ ਪਿੰਡ ਦਾ ਹੀ ਨਹੀਂ, ਕਈ ਵਾਰੀ ਦੂਜੇ ਪਿੰਡਾਂ ਵਾਲਿਆਂ ਦਾ ਵੀ ਸਹਿਯੋਗ ਹੁੰਦਾ, ਉਹ ਵੀ ਸੇਵਾ ਕਰਦੇ ਆ, ਪਰ ਸਿਲ ਪੱਥਰ ਉਹਨਾਂ ਦੇ ਲੱਗਦੇ ਆ ਜਿਨ੍ਹਾਂ ਦੀ ਥੋੜ੍ਹੀ ਜਿਹੀ ਮਾਇਆ ਵੱਧ ਪੈਂਦੀ ਆ।
ਸਧਾਰਨ ਬੰਦਿਆਂ ਦੇ ਤਾਂ ਕਿਸੇ ਨੇ ਨਾਮ ਨਹੀਂ ਲਾਇਆ। ਹੁਣ ਬਹੁਤ ਬੰਦੇ ਐਸੇ ਹੋਣਗੇ ਜਿਹੜੇ ਵਿਚਾਰੇ ਪੈਸਾ ਇੱਕ ਵੀ ਨਹੀਂ ਦਿੱਤਾ, ਪਰ ਜਿਹੜੇ ਉੱਥੇ ਕਾਰੀਗਰ ਲੱਗੇ ਸੀ ਉਹਨਾਂ ਨੂੰ ਪ੍ਰਸ਼ਾਦੇ ਤਾਂ ਛਕਾਏ ਹੀ ਆ ਨਾ, ਉਹਨਾਂ ਦੀ ਸੇਵਾ ਤਾਂ ਕੀਤੀ ਆ ਨਾ, ਰਾਤ ਰਹਿਣ ਦੀ ਸੇਵਾ ਤਾਂ ਨਿਭਾਈ ਆ ਨਾ, ਪਰਿਵਾਰ ਛੱਡ ਕੇ ਰਾਤ ਮਸ਼ੀਨਾਂ ਦੀ ਰਾਖੀ ਤਾਂ ਕਰਦੇ ਰਹੇ ਆ ਨਾ, ਉਹਨਾਂ ਦਾ ਕਿਸੇ ਨਾਂ ਨਹੀਂ ਲਿਆ। ਗੱਲ ਕੀ ਆ ਵੀ ਹੋਮੇ ਨੂੰ, ਹੋਮੇ ਦੀ ਖੁਰਾਕ ਹੈ ਨਾ ਵੀ ਮੇਰੇ ਅੱਗੇ ਪਿੱਛੇ ਤੁਰੇ ਫਿਰੋ। ਜਿਸ ਬੰਦੇ ਕੋਲ ਚਾਰ ਪੈਸੇ ਆ, ਅਮੀਰੀ ਆ, ਉਹਦੀ ਹੋਮੇ ਤਾਂ ਕੰਟਰੋਲ 'ਚ ਹੋ ਸਕਦੀ ਆ, ਪਰ ਜਿਹਨੂੰ ਧਰਮੀ ਹੋਣ ਦਾ ਭੁਲੇਖਾ ਪੈ ਜਾਵੇ ਵੀ ਮੇਰੇ ਵਰਗਾ ਤਾਂ ਧਾਰਮਿਕ ਬੰਦਾ ਹੀ ਕੋਈ ਨਹੀਂ, ਇਹ ਹੋਮੇ ਕੰਟਰੋਲ ਕਰਨੀ ਬੜੀ ਔਖੀ ਹੈ। ਮੈਂ ਸਵੇਰੇ ਕਈ ਤਾਂ ਉੱਠਣ ਦੀ ਵੀ ਹੋਮੇ ਕਰਦੇ, ਕਿੰਨੇ ਵਜੇ ਉੱਠਦੇ ਭਾਈ ਪਰਿਵਾਰ ਨੂੰ ਜਾ ਕੇ ਪੁੱਛਣਾ, ਉਹ ਕਹਿੰਦੇ ਆਪਾਂ ਤਾਂ ਭਾਈ 6 ਵਜੇ ਉੱਠਦੇ, ਰਾਤ ਨੂੰ ਲੇਟ ਸੌਂਦਾ, ਮੱਝਾਂ ਗਾਵਾਂ ਰੱਖੀਆਂ ਨੇ, 8 ਵਜੇ ਉੱਠਦੇ। ਅੱਛਾ, ਆਪਾਂ ਤਾਂ ਭਾਈ 3:30 ਵਜੇ ਉੱਠ ਪਈਦਾ। ਉਹ ਆਉਂਦਾ ਵੀ ਉੱਠ ਤੇ ਪੈਂਦਾ, ਪਰ ਤੰਗ ਵੀ ਤਾਂ ਸਾਰੇ ਟੱਬਰ ਨੂੰ ਤੂੰ ਹੀ ਕਰਦਾ ਨਾ। ਹੁਣ ਵੇਖੋ ਕਈ ਵੀ ਕਦੀ ਸੋਚੋ, ਜੇ ਤਾਂ ਉੱਠ ਕੇ ਮੈਂ ਕੋਈ ਬਾਣੀ ਪੜ੍ਹੀ ਆ, ਕੋਈ ਪਾਠ ਕੀਤਾ, ਕੋਈ ਚੰਗੀ ਵਿਚਾਰ, ਫਿਰ ਤਾਂ ਵਧੀਆ ਗੱਲ ਆ। ਅਤੇ ਜੇ ਮੈਂ ਹੁਣ ਕਈ ਬੰਦੇ ਹੋਣਗੇ ਪਹਿਲਾਂ ਸ਼ਰਾਬ ਪੀਂਦਾ ਸੀ ਤਾਂ ਠੀਕ ਆ, ਪਹਿਲਾਂ ਵੀ ਤੰਗ ਕਰਦਾ ਸੀ, ਪਹਿਲਾਂ ਗਾਲਾਂ ਗੂਲਾਂ ਕੱਢਦਾ ਸੀ ਘਰਦਿਆਂ ਨੂੰ, ਨਿਆਣਿਆਂ ਨੂੰ ਵੀ ਕੱਢਦਾ ਸੀ, ਘਰ ਵਾਲੀ ਵੀ ਕੁੱਟਦਾ ਸੀ, ਮਾਂ ਨੂੰ ਵੀ ਅਵਾ ਤਵਾ ਬੋਲ ਦਿੰਦਾ ਸੀ, ਪਰ ਪੀ ਕੇ ਸੌਂ ਜਾਂਦਾ ਸੀ, ਜ਼ਿਆਦਾ ਪੀ ਲੈਣ ਡਿੱਗ ਪੈਣਾ। ਹੁਣ ਐਸੇ ਬੰਦੇ ਨੇ ਖੰਡੇ ਦੀ ਪੋਹ ਲੈ ਲਈ, ਬਿਰਤੀ ਤਾਂ ਉਹੀ ਆ ਨਾ। ਹੁਣ ਹੁਣ ਸਿੱਖੀ ਜਾਗ ਪਈ ਅੰਦਰੋਂ, ਹੁਣ 2 ਵਜੇ ਉੱਠ ਪੈਂਦਾ ਸੁੱਖ ਨਾਲ, ਨਾਲੇ ਘਰਦਿਆਂ ਨੂੰ ਕਹਿੰਦਾ ਉੱਠੋ ਬਈ, ਉੱਠੋ ਮੇਰੇ ਨਾਲ। ਉਹ ਵਿਚਾਰੇ ਫੇਰ ਦੁਖੀ ਆ ਵੀ ਪਹਿਲੀ ਵਾਲਾ ਕੰਮ ਇਹਦੇ ਨਾਲ ਉਹ ਠੀਕ ਲੱਗਦਾ ਸੀ ਸਾਨੂੰ, ਵੀ ਹੱਦ ਹੋ ਗਈ ਤੇਰੇ ਵਾਲੀ ਬੰਦੇ ਆ, ਵੀ ਤੂੰ ਜੇ ਉੱਠਿਆ ਤਾਂ ਤੂੰ ਆਪਣੇ ਲਈ ਉੱਠਣਾ, ਨਿਆਣਿਆਂ ਸਕੂਲੇ ਜਾਣਾ, ਤੇਰੇ ਨਾਲ 4 ਵਜੇ ਉੱਠ ਕੇ ਕਿੱਥੋਂ ਬਹਿ ਜਾਣਾ। ਉਹ ਠੀਕ ਕੰਟਰੋਲ 'ਚ ਰੱਖ ਨਾ, ਉਹਨੂੰ ਰੱਖ ਵੀ ਹਾਂ ਵੀ ਨੀਂਦ ਪੂਰੀ ਕਰ ਲਓ, ਬਾਅਦ ਵਿੱਚ ਆਪਾਂ ਬਹਿ ਕੇ ਬਾਣੀ, ਪਰ ਨਹੀਂ ਜੀ ਵਿਖਾਵਾ ਕਰਨਾ, ਬਾਲਟੀਆਂ ਖੜਕਾਈ ਜਾਣੀਆਂ, ਉੱਠੋ ਪਏ। ਜੇ ਨਹੀਂ ਕੋਈ ਤਾਂ ਪਲੱਗ ਲਾ ਦੇਣਾ ਵੀ ਸੱਤ ਨਾਲ ਮਸ਼ੀਨ ਕਹੀ ਜਾਵੇ। ਫੋਟੋਆਂ ਵੀ ਅੱਜ ਕੱਲ੍ਹ ਇੱਦਾਂ ਦੀਆਂ ਆਈਆਂ ਨਾ ਵੀ ਗੁਆਂਢੀਆਂ ਨੂੰ ਜ਼ੋਰ ਨਾਲ ਠਾਓ, ਨਾਲੇ ਆਪ ਤੰਗ ਹੋ, ਨਾਲੇ ਉਹਨਾਂ ਨੂੰ ਤੰਗ ਕਰੋ ਅਗਲਿਆਂ ਨੂੰ। ਅੱਛਾ, ਆਪ ਪਲੱਗ ਲਾ ਕੇ ਸੌਂ ਜਾਣਾ ਵਾ, ਜਾਂ TV ਦੀ ਆਵਾਜ਼ ਹੀ ਨਹੀਂ ਕਰ ਦੇਣੀ, ਆਪ ਘਰਾੜੇ ਵੱਜਣ ਡਿਆ, TV 'ਚ ਕੀਰਤਨ ਆਪੇ ਇਕੱਲਾ ਹੋਈ ਜਾਂਦਾ। ਲੱਗਦਾ ਨਹੀਂ ਸਾਨੂੰ ਅਸੀਂ ਦੂਜਿਆਂ ਨੂੰ ਦੱਸਣਾ ਚਾਹੁੰਦੇ ਕਿ ਮੇਰੇ ਨਾਲ ਦੱਸੇ ਕੋਈ ਨਹੀਂ। ਗਿਆਨ ਦਾ ਸੰਬੰਧ ਤੇਰੇ ਨਾਲ ਆ, ਤੇਰੀ ਸੁਰਤ ਨਾਲ ਆ, ਤੇਰੀ ਸਮਝ ਨਾਲ ਆ, ਵੀ ਤੂੰ ਸਿੱਖਣਾ ਕਿੰਨਾ ਕੁ ਚਾਹੁੰਦਾ, ਤੂੰ ਇਸ ਬੰਨੇ ਤੁਰਨਾ ਚਾਹੁੰਦਾ ਕਿ ਨਹੀਂ ਤੁਰਨਾ ਚਾਹੁੰਦਾ। ਪਿੰਡਾਂ ਦਾ ਕਿਤੇ ਭਲਾ ਹੋ ਜੇ, ਜੇ ਕਿਤੇ ਪਿੰਡਾਂ 'ਚ ਮਤਾ ਪਾਸ ਹੋ ਜੇ ਵੀ ਜਦੋਂ ਇੱਕ ਘਰ ਅਖੰਡ ਪਾਠ ਚੱਲਦਾ ਬਾਕੀ ਸਾਰੇ ਪਿੰਡ ਦੇ ਸਪੀਕਰ ਬੰਦ, ਭਲਾ ਹੋ ਸਕਦਾ ਪਿੰਡ ਦਾ? ਪਰ ਹੁੰਦਾ ਹੈ ਜੀ ਇੱਦਾਂ? ਪਹਿਲਾਂ ਤਾਂ ਗੁਰਦੁਆਰਿਆਂ ਦੇ ਸਪੀਕਰ ਆਪਣੇ ਚੱਲਦੇ ਆ, ਤੀਜਾ ਵਿਚਕਾਰ ਇੱਕ ਅਖੰਡ ਪਾਠ ਰੱਖਿਆ, ਕਿਉਂ ਸਾਹ ਸਮਝੀ ਲੱਗਦਾ? ਇਮਾਨਦਾਰ ਨਾਲ ਸੋਚਿਓ, ਇੱਦਾਂ ਹੁੰਦਾ ਜੀ? ਉਹ ਵੀ ਸਵੇਰੇ 4 ਵਜੇ ਲਾ ਦਿੰਦੇ, ਇੱਧਰ ਵੀ 4 ਵਜੇ ਚੱਲਦਾ, ਵਿਚਕਾਰ ਨਿਆਣਿਆਂ ਦੀ ਪੜ੍ਹਾਈ ਆ। ਇੱਦਾਂ ਹੀ ਹੋ ਰਿਹਾ ਸਾਡੇ ਸਮਾਜ ਵਿੱਚ। ਅਸੀਂ ਸਮਝਣਾ ਨਹੀਂ ਚਾਹੁੰਦੇ ਵੀ ਜੇ ਪਿੰਡ ਵਿੱਚ ਇਹ ਆ ਵੀ ਜੇ ਇਹਨਾਂ ਨੇ ਸਪੀਕਰ ਲਾਇਆ ਤਾਂ ਆਪਾਂ ਬੰਦ ਕਰ ਦਈਏ, ਵੀ ਭਾਈ ਕੋਈ ਗੱਲ ਨਹੀਂ ਪਿੰਡ ਵਿੱਚ ਚੱਲ ਰਿਹਾ, ਤਾਂ ਕਿ ਸਾਰਾ ਪਿੰਡ ਸੁਣ ਸਕੇ, ਇੱਕੋ ਚੱਲੇ। ਪਰ ਨਾ ਹੁੰਦਾ ਨਹੀਂ, ਚਾਰ ਜੇ ਜਿਹਨਾਂ ਪਿੰਡਾਂ 4-4, 5-5 ਗੁਰਦੁਆਰੇ ਆ, ਤਾਂ ਅੰਦਾਜ਼ਾ ਤੁਸੀਂ ਆਪੇ ਲਾ ਲਓ ਵੀ ਕੀ ਹੋ ਰਿਹਾ। ਉਹ ਇੱਕ ਦੇ ਚਲਾ, ਦੂਜਾ ਕਹਿੰਦਾ ਆਪਣਾ ਕਿਵੇਂ ਘਾਟਾ ਭਾਈ, ਆਪਾਂ ਵੀ ਫਰੀਦ ਦੇ ਸਲੋਕ ਇੱਦਾਂ ਪੜਾਂਗੇ ਸੁਣਾ ਸੁਣਾ ਕੇ ਇਹਨਾਂ ਨੂੰ। ਪਰ ਅਸੀਂ ਸਮਝਦੇ ਨਹੀਂ, ਤੇ ਕਈਆਂ ਹੁਣ ਜਿੱਡੇ ਵੱਡੇ ਪਿੰਡ ਆ ਉਹਨੇ ਹੁਣ ਕਈਆਂ ਪਿੰਡਾਂ 10-10, 15-15 ਅਖੰਡ ਪਾਠ ਚੱਲੀ ਜਾਂਦੇ ਆ, ਅਤੇ ਜੇ ਇਹ ਅਖੰਡ ਪਾਠ ਸਾਡੀ ਸੁਰਤ ਨੇ ਸੁਣੇ ਹੁੰਦੇ, ਸਾਡਿਆਂ ਪਿੰਡਾਂ ਦੇ ਬਾਹਰ ਸ਼ਰਾਬਾਂ ਦੀਆਂ ਦੁਕਾਨਾਂ ਕਦੀ ਨਾ ਹੁੰਦੀਆਂ, ਸਾਡੇ ਪਿੰਡੋਂ ਟਰਾਲੀ ਬੱਸ ਭਰ ਕੇ ਕਦੀ ਕਿਸੇ ਡੇਰੇ 'ਤੇ ਨਾ ਜਾਂਦੀ ਜੇ ਅਸੀਂ ਵਾਕਿਆ ਬਾਣੀ ਸੁਣੀ ਹੁੰਦੀ। ਤਾਂ ਸੁਣੀ ਤਾਂ ਹੈ ਹੀ ਨਹੀਂ, ਅਸੀਂ ਤਾਂ ਬਾਣੀ ਸੁਣੀ ਨਹੀਂ, ਮੰਨਣ ਦੀ ਗੱਲ ਤਾਂ ਬਾਅਦ ਵਿੱਚ ਆਉਣੀ, ਸੁਣੀ ਨਹੀਂ ਅਜੇ ਤੱਕ, ਅਸੀਂ ਬਾਣੀ ਧਿਆਨ ਨਾਲ ਸੁਣ ਵੀ ਨਹੀਂ ਪਾਏ ਅਜੇ ਤੱਕ। ਅਸੀਂ ਆਏ ਅਸੀਂ ਸੁਣਨ ਵਾਸਤੇ ਹਾਂ ਬਾਣੀ, ਪਹਿਲਾਂ ਤਾਂ ਉਪਦੇਸ਼ ਸੁਣਿਆ ਜਾਂਦਾ, ਮੰਨਣ ਦੀ ਸਟੇਜ ਤਾਂ ਦੂਜੇ ਤੀਜੇ ਨੰਬਰ 'ਤੇ ਜਾ ਕੇ ਆਉਂਦੀ ਹੈ। ਹੁਣ ਇੱਥੇ ਮਹਾਰਾਜ ਕੀ ਆਉਂਦੇ ਨੇ ਭਲਾ, ਕਰਮ ਕਰਤ ਬੱਧੇ ਅਹਮੇਵ, ਕਰਮ ਕਰੀ ਜਾਂਦਾ ਧਾਰਮਿਕ, ਬੱਝਾ ਹੰਕਾਰ 'ਚ, ਕਰਮ ਧਾਰਮਿਕ ਕਰਦਾ,
ਤੇ ਨਾਲ ਹੰਕਾਰ ਕਰੀ ਨਾ ਤੀਰ, ਜੇ ਬੱਸ ਭਰ ਕੇ ਟਰਾਲੀ ਭਰ ਕੇ ਯਾਤਰਾ ਤੇ ਜਾਣਾ ਉਹ ਵੀ ਹਉਮੈ ਕਰਦਾ, ਇਹ ਤੇ ਗਏ ਹੀ ਨਹੀਂ ਆਪਾਂ ਤੇ ਹੋ ਆਏ ਆ, ਜੇ ਤੂੰ ਪਾਠ ਕਰਦਾ ਉਹ ਵੀ ਨਾਲ ਹਉਮੈ ਕਰਦਾ, ਮੈਂ ਕਰਦਾ ਇਹ ਕਰਦਾ, ਇਹ ਇੰਨੇ ਵਜੇ ਉੱਠਦੇ ਮੈਂ ਇੰਨੇ ਵਜੇ ਉੱਠਦਾ, ਇਹਨਾਂ ਤੇ ਕਦੀ ਲੰਗਰ ਵੀ ਨਹੀਂ ਲਾਇਆ ਭਾਈ, ਆਪਾਂ ਤੇ ਲੰਗਰ ਵੀ ਲਾਉਂਦੇ ਹਾਂ, ਇਹਨਾਂ ਤੇ ਭਾਜੀ ਕਦੀ ਗੁਰਦੁਆਰੇ ਸੇਵਾ ਵੀ ਨਹੀਂ ਕੀਤੀ, ਆਪਾਂ ਤੇ ਸੇਵਾ ਵੀ ਕਰਦੇ ਹਾਂ, ਆਪਾਂ ਤੇ ਇੰਨਾ ਕੁਝ ਕਰਦੇ ਹਾਂ, ਕਰਮ ਧਾਰਮ ਕਰਦਾ ਬੱਜਾ ਹਉਮੈ ਚ, ਰੋਗ ਨਾਲ ਚਿੰਬੜਿਆ ਹੋਇਆ। ਇਸ ਰੋਗ ਦਾ ਇਲਾਜ ਕਿੱਦਾਂ ਹੋਣਾ ਪਿਆਰਿਆ, ਇਸ ਰੋਗ ਦਾ ਇੱਦਾਂ ਇਲਾਜ ਹੋਣਾ, ਪਹਿਲਾਂ ਇਸ ਗੱਲ ਨੂੰ ਸਮਝ, ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਜਦੋਂ ਤੂੰ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਲਾਗੂ ਕਰੇਗਾ, ਇਹ ਜਿਹੜੀ ਲਾ ਇਲਾਜ ਬਿਮਾਰੀ ਹੈ ਨਾ, ਇਹਦਾ ਇਲਾਜ ਹੋ ਸਕਦਾ, ਇਹਦਾ ਇਲਾਜ ਹੋ ਸਕਦਾ, ਇਹਨੂੰ ਤੂੰ ਕੰਟਰੋਲ ਕਰ ਸਕਦਾ। ਕਰਮ ਕਰਤ ਬੱਧੇ ਅਹਮੇਵ, ਕਰਮ ਕਰਦਾ ਧਾਰਮਿਕ ਤੇ ਬੱਧਾ ਅਹਮੇਵ ਹਉਮੈ ਚ, ਮਿਲ ਪਾਥਰ ਕੀ ਕਰਹੀ ਸੇਵ, ਮਿਲ ਪਾਥਰ ਕੀ, ਮਿਲ ਕੇ ਸਾਰੇ ਪੱਥਰ ਪੂਜੀ ਜਾਂਦੇ ਆ, ਮਿਲ ਪਾਥਰ ਕੀ ਕਰਹੀ ਸੇਵ, ਸੇਵ ਦਾ ਅਰਥ ਹੈ ਸੇਵਾ ਕਰਨੀ, ਪੂਜਾ ਕਰਨੀ, ਕਹਿੰਦੇ ਪੱਥਰ, ਹੁਣ ਜਿਹਨੂੰ ਬੰਦਾ ਪੂਜਦਾ ਹੁੰਦਾ ਉਹਦੇ ਵਰਗਾ ਹੀ, ਜੈਸੋ ਸੇਵਾ ਤੈਸੋ ਹੋਵੇ, ਜੇ ਪੱਥਰ ਪੂਜਾਂਗੇ ਤੇ ਪੱਥਰ ਬਣ ਜਾਂਗੇ, ਤੇ ਪੱਥਰ ਹੀ ਬਣ ਗਏ ਆ, ਪੱਥਰ ਤੇ ਅਸਰ ਕੋਈ ਨਹੀਂ ਹੋ ਰਿਹਾ, ਮੜੀਆਂ ਪੂਜੀਆਂ ਮੜੀਆਂ ਬਣ ਗਏ, ਰੁੱਖ ਪੂਜੇ ਰੁੱਖਾਂ ਵਰਗੇ ਹੋ ਗਏ, ਜਾਨਵਰ ਪੂਜੇ ਜਾਨਵਰਾਂ ਵਰਗੇ ਹੋ ਗਏ। ਸਤਿਗੁਰ ਨੇ ਆਖਿਆ ਪੂਜਾ ਅਕਾਲ ਦੀ ਕਰਨੀ ਸੀ, ਤੂੰ ਤਾਂ ਬੰਦੇ ਪੂਜੀ ਜਾਂਦਾ ਭਾਈ, ਤੂੰ ਤੇ ਮੱਠੀਆਂ ਪੂਜੀ ਜਾਂਦਾ, ਤੂੰ ਤੇ ਰੁੱਖਾਂ ਦੇ ਅੱਗੇ ਮੱਥੇ ਟੇਕੀ ਜਾਂਦਾ, ਜੈਸੋ ਸੇਵਾ ਤੈਸੋ ਹੋਵੇ। ਕਹਿਣਗੇ ਮਿਲ ਪਾਥਰ ਕੀ ਕਰਹੀ ਸੇਵ, ਮਿਲ ਕੇ ਪੱਥਰ ਦੀ ਪੈਰੀ ਪਈ ਜਾਂਦੇ ਆ, ਪੱਥਰ ਨੂੰ ਹੀ ਰੱਬ ਮੰਨੀ ਬੈਠੇ ਆ, ਤੇ ਪੱਥਰ ਪੂਜ ਪੂਜ ਕੇ ਪੱਥਰ ਬਣ ਗਏ। ਭਗਤ ਕਬੀਰ ਜੀ ਨੇ ਤਾਂ ਹੀ ਤੇ ਆਖਿਆ ਸੀ ਨਾ, ਬੁੱਤ ਪੂਜ ਪੂਜ ਹਿੰਦੂ ਮੂਏ। ਹੁਣ ਮੂਏ ਦਾ ਅਰਥ ਇੱਥੇ ਸਰੀਰਕ ਮੌਤ ਹੈ, ਸਰੀਰਕ ਤੌਰ 'ਤੇ ਤਾਂ ਉਦੋਂ ਵੀ ਬੈਠੇ ਸੀ, ਅਜੇ ਵੀ ਬੈਠੇ ਆ, ਇੱਥੇ ਗੱਲ ਮਨ ਦੀ ਹੈ, ਪੂਜਾ ਤੇ ਮਨ ਕਰਕੇ ਹੋ ਰਹੀ ਸੀ। ਕਹਿੰਦੇ ਬੁੱਤਾਂ ਦੀ ਪੂਜਾ ਕਰ ਕਰਕੇ ਅੰਦਰੋਂ ਮਰ ਗਏ, ਅੰਦਰੋਂ ਡੈਡ ਹੋ ਗਏ, ਅੰਦਰੋਂ ਕਮਜ਼ੋਰ ਹੋ ਗਏ। ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ, ਤੁਰਕ ਮੁਸਲਮਾਨ ਮਸਜਿਦ ਵਿੱਚ ਅੱਲਾ ਨੂੰ ਸਮਝ ਕੇ ਸਿਰ ਝੁਕਾ ਝੁਕਾ ਕੇ ਮਰ ਗਏ, ਵੀ ਸ਼ਾਇਦ ਅੱਲਾ ਇੱਥੇ ਹੀ ਹੈ। ਕਹਿਣਗੇ ਓਏ ਲੈ ਜਾ ਰਹੇ ਓਏ ਲੈ ਗਾਡੇ, ਤੇਰੀ ਗੱਤ ਦੋ ਨਾ ਪਾਈ। ਭਗਤ ਕਬੀਰ, ਰੱਬ ਜੀ ਤੁਹਾਡੇ ਬਾਰੇ ਨਾ ਦੋਵਾਂ ਨੂੰ ਕੁਝ ਵੀ ਨਹੀਂ ਪਤਾ, ਇੱਕ ਤੁਹਾਨੂੰ ਇੱਕ ਜਗ੍ਹਾ ਤੇ ਸਮਝ ਕੇ ਉਹਦੇ ਅੱਗੇ ਸਿਰ ਝੁਕਾਈ ਜਾਂਦਾ, ਸਿਰ ਝੁਕਾਈ ਜਾ ਰਿਹਾ, ਇੱਕ ਮੂਰਤੀ ਵਿੱਚ ਤੁਹਾਨੂੰ ਸਮਝ ਕੇ ਉਹਦੇ ਅੱਗੇ ਕਈ ਕੁਝ ਸਮੱਗਰੀਆਂ ਕਿੰਨੇ ਕਿੰਨੇ ਪਦਾਰਥ ਰੱਖੀ ਜਾ ਰਿਹਾ, ਕਿੰਨਾ ਕੁਝ ਚੜ੍ਹਦਾ ਜੀ ਰੱਬ ਦੇ ਨਾਂ ਤੇ, ਧਾਰਮਿਕ ਸਥਾਨਾਂ ਤੇ ਕਿੰਨਾ ਕੁਝ ਚੜ੍ਹਦਾ, ਦੁੱਧ ਚੜ੍ਹਦਾ ਹੈ, ਖੀਰਾਂ ਚੜ੍ਹਦੀਆਂ, ਪ੍ਰਸ਼ਾਦੇ ਚੜ੍ਹਦੇ ਆ, ਸੀਰਨੀਆਂ ਬਣ ਕੇ ਚੜ੍ਹਦੀਆਂ। ਅੱਛਾ, ਜਿੰਨਾ ਚ ਰੱਬ ਵੱਸਦਾ ਉਹ ਭੁੱਖਾ ਮਰ ਰਿਹਾ, ਜਿਹਨੂੰ ਜ਼ਰੂਰਤ ਹੈ ਉੱਥੇ ਉੱਥੇ ਹੈਲਪ ਨਹੀਂ ਕਰਨੀ, ਕਿਸੇ ਦੀ ਬਾਂਹ ਨਹੀਂ ਫੜਨੀ, ਤੇ ਪੱਥਰਾਂ ਦੀ ਪੂਜਾ ਕੀਤੀ ਜਾ ਰਹੀ ਹੈ। ਤਾਂ ਹੀ ਤੇ ਬਾਬੇ ਕਬੀਰ ਨੇ ਕਿਹਾ ਸੀ ਨਾ, ਪਾਖਾਨ ਗੜ ਕੇ ਮੂਰਤ ਕੀਨੀ, ਦੇ ਕੇ ਛਾਤੀ ਪਾਉ, ਜੇ ਇਹ ਮੂਰਤ ਸੱਚੀ ਹੈ ਤਾਂ ਗੜਨ ਹਾਰੇ ਖਾਓ। ਕਹਿੰਦੇ ਵੀ ਜੇ ਮੂਰਤ ਵਾਕਿਆ ਸੱਚੀ ਹੈ, ਜਿਹਨੇ ਸਭ ਤੋਂ ਪਹਿਲਾਂ ਇੱਥੇ ਛੈਣੀ ਚਲਾਈ, ਹਥੌੜੀ ਚਲਾਈ, ਇਹਨੂੰ ਛਿੱਲਿਆ, ਇਹਦਾ ਨੱਕ ਬੁੱਲ ਤਿਆਰ ਕੀਤਾ, ਸਭ ਤੋਂ ਪਹਿਲਾਂ ਇਹ ਉਹਨੂੰ ਖਾਂਦੀ। ਕਹਿੰਦੇ ਉਹਨੂੰ ਤਾਂ ਕੁਝ ਵੀ ਨਹੀਂ ਕਿਹਾ ਇਹਨੇ, ਤੇ ਤੁਸੀਂ ਮੱਥਾ ਟੇਕਣ ਵਾਲੇ ਇਹਦੇ ਕੋਲੋਂ ਕਈ ਚੀਜ਼ਾਂ ਮੰਗੀ ਜਾ ਰਹੇ ਹੋ, ਹੁਣ ਤੁਸੀਂ ਮਾਰੋ ਧਿਆਨ। ਜਿਹੜੀਆਂ ਆਪਣੀਆਂ ਜਗ੍ਹਾ ਬਣੀਆਂ ਹੋਈਆਂ ਪਿੰਡਾਂ ਵਿੱਚ, ਇਹ ਵੀ ਤਾਂ ਆਪਾਂ ਹੀ ਬਣਾਈਆਂ, ਆਪ ਹੀ ਇੱਟਾਂ ਲਾਈਆਂ, ਆਪੇ ਰੰਗ ਕੀਤਾ ਹੈ, ਆਪੇ ਉੱਤੇ ਚਾਦਰਾਂ ਚੜਾ ਰਹੇ ਹਾਂ, ਤੇ ਆਪੇ ਮੁੜ ਕੇ ਡਰੀ ਜਾਂਦੇ ਹਾਂ। ਡਰਦੇ ਪਤਾ ਕਿੱਦਾਂ, ਵੀ ਜੇ ਇੱਕ ਦਿਨ ਮੱਥਾ ਨਾ ਟੇਕਿਆ
ਤੇ ਡਰ ਇਹ ਆ ਰਿਹਾ ਹਾਏ ਜਗ੍ਹਾ ਬੜੀ ਜਾ ਰਹੀ ਹੈ। ਅੱਛਾ ਜਿਹੜੇ ਜਾਂਦੇ ਆ ਤੁਹਾਡੇ 'ਚ ਵੀ ਕੋਈ ਪਰਿਵਾਰ ਇੱਦਾਂ ਦਾ ਬੈਠਾ ਹੋਵੇ ਜਿਹੜਾ ਮੱਠੀ 'ਤੇ ਦੀਵਾ ਜਗਾਉਣ ਜਾਂਦਾ, ਕਈ ਵਾਰੀ ਇੰਝ ਡਰ ਹੁੰਦਾ ਨਾ ਵੀ ਜੀ ਇਸ ਵਾਰ ਨਾਗਾ ਪੈ ਗਿਆ, ਕਿਉਂ ਜੀ ਡਰ ਆਉਂਦਾ ਕਿ ਨਹੀਂ ਆਉਂਦਾ ਵੀ ਜੇ ਮੈਂ ਇਸ ਵਾਰ ਦੀਵਾ ਜਗਾਉਣ ਨਾ ਗਿਆ, ਇਸ ਵਾਰ ਮੱਥਾ ਨਾ ਟੇਕਿਆ, ਮੇਰਾ ਨੁਕਸਾਨ ਹੋਏਗਾ, ਡਰ ਆਉਂਦਾ ਨਾ। ਦੂਰ ਕੀ ਜਾਣਾ, ਆੜੇ ਰੋਡ 'ਤੇ ਜਗ੍ਹਾ ਬਣੀਆਂ ਹੋਈਆਂ ਨੇ, ਕਿੰਨੀਆਂ ਰੋਡ 'ਤੇ ਜਗ੍ਹਾ ਬਣੀਆਂ ਹੋਈਆਂ ਨੇ, ਉੱਥੇ ਵੀ ਬੰਦਾ ਡਰ ਜਾਂਦਾ ਵੀ ਹਾਏ ਜੇ ਮੱਥਾ ਨਾ ਟੇਕਿਆ ਮੇਰਾ ਨੁਕਸਾਨ। ਇਹਨੂੰ ਕਹਿੰਦੇ ਮਨ ਦਾ ਕਮਜ਼ੋਰ ਬੰਦਾ, ਮਨ ਵਿੱਚ ਕਮਜ਼ੋਰੀ ਟਿਕੀ ਹੋਈ ਹੈ। ਪੂਰੇ ਪੰਜਾਬ ਦੀ ਆਪਾਂ ਗੱਲ ਕਰੀਏ, ਪੂਰੇ ਪੰਜਾਬ ਦੇ ਵਿੱਚ ਸਾਰੇ ਲੋਕ ਮੱਠੀਆਂ 'ਤੇ ਦੀਵੇ ਨਹੀਂ ਜਗਾਉਂਦੇ। ਪੂਰੇ ਪੰਜਾਬ ਦੀ ਗੱਲ ਆਪਾਂ, ਮੈਂ ਬਾਹਰਲੀਆਂ ਸਟੇਟਾਂ ਦੀ ਗੱਲ ਨਹੀਂ ਕਰਦਾ, ਮੈਂ ਪੰਜਾਬ ਦੀ ਗੱਲ ਕਰਦਾ। ਪੂਰੇ ਪੰਜਾਬ 'ਚ ਸਾਰੇ ਬੰਦੇ ਡੇਰਿਆਂ 'ਤੇ ਨਹੀਂ ਜਾਂਦੇ, ਸਾਰੇ ਬੰਦੇ ਆ ਖੀਰਾਂ ਲੈ ਕੇ ਨਹੀਂ ਜਾਂਦੇ ਆ ਜਿਹੜੀਆਂ ਜਗ੍ਹਾ ਬਣੀਆਂ ਹੋਈਆਂ ਨੇ। ਬਹੁਤ ਪਰਿਵਾਰ ਐਸੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਸਿਵਾਏ ਕਿਸੇ ਹੋਰ ਅੱਗੇ ਸਿਰ ਨਹੀਂ ਚੁਕਾਉਂਦੇ। ਕੀ ਉਹਨਾਂ ਦੀਆਂ ਮੱਝਾਂ ਦੁੱਧ ਨਹੀਂ ਦਿੰਦੀਆਂ? ਕੀ ਉਹਨਾਂ ਦੇ ਘਰ 'ਚ ਖੁਸ਼ਹਾਲੀ ਹੈ ਨਹੀਂ? ਸਭ ਕੁਝ ਹੈ, ਗੱਲ ਇਹ ਹੈ ਸਾਡੇ ਅੰਦਰ ਕਮਜ਼ੋਰੀ ਬੈਠੀ ਹੈ, ਸਾਡੇ ਅੰਦਰ ਇੱਕ ਡਰ ਬੈਠਾ ਹੈ। ਆਪਣੇ ਅੰਦਰ ਨੂੰ ਤਗੜੇ ਕਰੋ। ਜਿਹੜੀ ਗੱਲ ਭਗਤ ਕਬੀਰ ਜੀ ਨੇ ਇੱਥੇ ਕਹੀ ਆ ਨਾ, ਕਰਮ ਕਰਤ ਬੱਧੇ ਅਹਮੇਵ ਮਿਲ ਪਾਥਰ ਕੀ ਕਰਹੀ ਸੇਵ, ਕਹੋ ਕਬੀਰ ਭਗਤ ਕਰ ਪਾਇਆ ਭੋਲੇ ਪਾਏ ਮਿਲੇ ਰਗੋ ਰਾਜਾ। ਭੋਲੇ ਪਾ ਤੇ ਅਗਿਆਨਤਾ 'ਚ ਇੱਕ ਫਰਕ ਹੁੰਦਾ ਜੀ। ਭੋਲਾ ਭਾ ਦਾ ਕੀ ਹੁੰਦਾ ਅਰਥ? ਕਈ ਕਹਿਣਗੇ ਵੇਖੋ ਸਿੱਖ ਤਾਂ ਭੋਲੇ ਨੇ, ਆਹ ਜਿਹੜੇ ਮੱਠੀਆਂ 'ਤੇ ਤੁਰੇ ਫਿਰਦੇ ਆ ਡੇਰਿਆਂ, ਵਿਚਾਰੇ ਭੋਲੇ ਸਿੱਖ ਨੇ, ਤੁਸੀਂ ਭੋਲੇ ਮੰਨਦੇ ਹੋ ਇਹਨਾਂ ਨੂੰ? ਨਾ ਨਾ ਨਾ, ਭੋਲੇ ਦਾ ਅਰਥ ਪਤਾ ਸਮਝੇ ਕੀ ਹੋ? ਇੱਥੇ ਲਿਖਿਆ ਭੋਲੇ ਪਾਏ ਮਿਲੇ ਰਗੋ ਰਾਜਾ। ਭੋਲੇ ਦਾ ਅਰਥ ਸਮਝਣਾ ਕੀ ਹੈ? ਭੋਲਾ ਬੱਚਾ ਹੈ। ਕਿੱਦਾਂ ਬੱਚਾ ਭੋਲਾ ਹੈ ਜੀ? ਹੁਣ ਵੇਖੋ, ਮਾਂ ਦੀ ਸੱਸ ਨਾਲ ਨਹੀਂ ਬਣਦੀ, ਜਠਾਣੀ ਨਾਲ ਨਹੀਂ ਬਣਦੀ, ਪਰ ਜਿਹੜਾ ਬੱਚਾ ਹੈ ਉਹਨੂੰ ਥੋੜ੍ਹਾ ਪਤਾ ਹੈ ਵੀ ਮੇਰੀ ਮਾਂ ਦੀ ਮੇਰੀ ਦਾਦੀ ਨਾਲ ਨਹੀਂ ਬਣਦੀ, ਉਹ ਤਾਂ ਭੋਲਾ ਹੈ। ਉਹਨੇ ਦਾਦੀ ਵੱਲ ਵੇਖ ਕੇ ਵੀ, ਹੁਣ ਦਾਦੀ ਨੂੰ ਤਾਂ ਪਿਆਰ ਆਉਂਦਾ ਹੈ ਕਿਉਂਕਿ ਉਹਨੂੰ ਮੂਲ ਨਾਲੋਂ ਵਿਆਜ ਜ਼ਿਆਦਾ ਪਿਆਰ। ਉਹਦਾ ਜੀ ਕਰਦਾ ਇਹ ਪੋਤਰਾ ਮੇਰੇ ਕੋਲ ਆਵੇ, ਮੈਂ ਤਾਂ ਮੱਥਾ ਚੁੰਮਾਂ, ਮੈਂ ਇਹਦੇ ਨਾਲ ਪਿਆਰ ਕਰਾਂ। ਹੁਣ ਮਾਂ ਦੀ ਨਹੀਂ ਬਣਦੀ ਸੱਸ ਨਾਲ, ਪਰ ਬੱਚੇ ਨੂੰ ਥੋੜ੍ਹਾ ਪਤਾ ਵੀ ਮੇਰੀ ਮਾਂ ਦੀ ਤਾਂ ਸਭ ਤੋਂ ਵੱਡੀ ਦੁਸ਼ਮਣ ਹੈ, ਜਾਂ ਮੇਰੀ ਮਾਂ ਇਹਨੂੰ ਦੁਸ਼ਮਣ ਮੰਨਦੀ ਹੈ। ਹੁਣ ਦਰਾਣੀ ਜਠਾਣੀ ਬਣਦੀ ਨਹੀਂ ਆਪਸ ਵਿੱਚ, ਘਰ ਵੱਖਰੋ ਵੱਖਰਾ ਹੋ ਗਏ। ਬੱਚਾ ਅੰਦਰੋਂ ਬਾਹਰ ਨਿਕਲਿਆ, ਉਹ ਤਾਈ ਵੱਲ ਵੇਖ ਕੇ ਹੱਸ ਪੈਂਦਾ ਹੈ, ਕਿਉਂ ਜੀ? ਭਲਾ ਮਾਂ ਵੀ ਹੱਸੂਗੀ ਵੇਖ ਕੇ? ਭਲਾ ਦਰਾਣੀ ਵੀ ਹੱਸੂ ਜਠਾਣੀ ਵੱਲ ਵੇਖ ਕੇ? ਕਿਉਂ? ਬੱਚੇ 'ਚ ਭੋਲਾ ਪਾ ਹੈ, ਉਹਨੂੰ ਪਤਾ ਹੀ ਕੁਝ ਨਹੀਂ। ਉਹ ਤਾਂ ਤਾਏ ਵੱਲ ਵੇਖ ਕੇ ਵੀ ਹੱਸ ਪੈਂਦਾ, ਚਾਚੇ ਵੱਲ ਵੇਖ ਕੇ ਵੀ ਹੱਸ ਪੈਂਦਾ, ਉਹਨੂੰ ਤਾਂ ਪਤਾ ਹੀ ਉਹਦੇ ਤਾਂ ਵਾਲ ਛਾਲ ਕਪਟ ਕੁਝ ਨਹੀਂ ਹੈ। ਹਾਂ, ਜਦੋਂ ਉਹਨੇ ਵੱਡੇ ਹੋਈ ਜਾਣਾ, ਹੌਲੀ ਹੌਲੀ ਸਕੂਲੋਂ ਆ ਰਿਹਾ ਅਤੇ ਤਾਈ ਦਰਵਾਜ਼ੇ 'ਤੇ ਖਲੋਤੀ ਹੈ, ਅਗਲਾ ਘਰ ਉਹਦਾ ਆਪਣਾ ਹੈ, ਪਹਿਲਾ ਦਰਵਾਜ਼ਾ ਤਾਈ ਦਾ, ਉਹ ਤਾਈ ਵੱਲ ਵੇਖ ਕੇ ਹੱਸ ਪੈਂਦਾ। ਛੋਟਾ ਜੋ ਹੈ ਜੀ, ਛੋਟਾ, ਪਤਾ ਨਹੀਂ ਉਹਨੂੰ, ਕੱਖ ਨਹੀਂ ਪਤਾ। ਉਹਨੂੰ ਤਾਇਆ ਚੀਜ਼ ਵੀ ਦੇ ਦਿੰਦਾ ਖਾਣ ਲਈ, ਖਾ ਜਾਂਦਾ। ਪਰ ਜਿਉਂ ਜਿਉਂ ਹੁਣ ਉਹਨੇ ਵੱਡੇ ਹੁੰਦੇ ਜਾਣਾ, ਜਦੋਂ 10ਵੀਂ ਕਲਾਸ 'ਚ ਪੜ੍ਹਨ ਲੱਗ ਪਿਆ, ਕਿਉਂ ਜੀ? ਅੱਜ ਤਾਈ ਬਾਹਰ ਖਲੋਤੀ ਹੈ, ਅੱਜ ਨਹੀਂ ਵੇਖਿਆ ਉਹਨੇ ਤਾਈ ਵੱਲ, ਤਾਈ ਉਹ ਹੀ ਹੈ। ਕਿਉਂ? ਕਿਉਂਕਿ ਹੁਣ ਬੱਚੇ ਨੇ ਸਾਡੀ ਸੰਗਤ ਕਰ ਲਈ ਹੈ, ਅਸੀਂ ਉਹਦੇ ਕੰਨਾਂ 'ਚ ਬਰੂਦ ਭਰਤਾ, ਪਤਾ ਕੀ, ਤੇਰੇ ਵਾਲ ਕੱਟ ਲੈਂਦੀ ਹੈ, ਇਹ ਟੂਣੇ ਕਰਦੀ ਆ। ਕਿਉਂ ਜੀ? ਬੋਲੋ ਪਿਆਰੇ, ਉਹ ਇੱਦਾਂ ਹੀ ਆ, ਇਹ ਟੂਣੇ ਕਰਦੀ ਹੈ, ਇੱਦਾਂ ਕਰਦੀ। ਹੁਣ ਬੱਚਾ ਤਾਂ ਉਹ ਹੀ ਆ ਨਾ, ਪਹਿਲਾਂ ਭੋਲਾ ਪਾ ਸੀ, ਉਹਦੇ ਭੋਲੇ ਭਾਅ ਵਿੱਚ ਜ਼ਹਿਰ ਪਾਤਾ ਸੀ, ਜ਼ਹਿਰ ਅਸੀਂ ਪਾਇਆ, ਰਿਸ਼ਤੇਦਾਰੀਆਂ ਨਾਲ ਤਲਾਤਾ, ਭੂਆ ਇੱਦਾਂ ਕਰਦੀ ਆ, ਮਾਸੀਆਂ 'ਚ ਕਰਦੀ। ਕਈ ਐਸੇ ਐਸੇ ਪਰਿਵਾਰ ਆ ਜਿਹੜੇ ਆਪਣੀਆਂ ਸਕੀ ਭੈਣ ਨਾਲ ਬੋਲ ਕੇ ਰਾਜੀ ਨੇ, ਐਸੇ ਐਸੇ ਭਰਾ ਜਿਹੜੇ ਸਕੀ ਭੈਣ ਨਾਲ। ਚਲੋ ਆਪਾਂ ਇਹ ਗੱਲ ਮੰਨਿਆ, ਸਾਧ ਸੰਗਤ ਜੀ ਇਹ ਗੱਲ ਮੰਨੀ ਆ
ਵੀ ਜਿਹੜੀਆਂ ਵਿਆਹੀਆਂ ਆਈਆਂ ਉਹਦੀ ਤਾਂ ਉਹ ਦਰਾਣੀ ਲੱਗਦੀ ਸੀ, ਜਠਾਣੀ ਲੱਗਦੀ ਸੀ, ਨਨਾਣ ਲੱਗਦੀ ਸੀ, ਇਹ ਜਿਹੜੇ ਭਰਾ ਸੀ ਇਹ ਤਾਂ ਇਹਨਾਂ 'ਚ ਸਕੀ ਭੈਣ ਸੀ। ਯਾਰ ਯਾਰ ਪਿਆਰਿਆ ਸੱਪ ਨਾਲੋਂ ਖਤਰਨਾਕ ਹੈ ਤੂੰ, ਸੱਪ ਤਾਂ ਫਿਰ ਵੀ ਉਹਦੇ ਡੰਗ ਮਾਰਦਾ ਲੱਕ 'ਤੇ ਪੈਰ ਰੱਖਦਾ, ਤੇਰੇ ਅੰਦਰ ਦੇ ਯਾਰ ਦਾ ਤਾਂ ਅੰਦਾਜ਼ਾ ਕਿਸੇ ਨੇ ਲਾਇਆ ਹੀ ਨਹੀਂ ਅਜੇ ਤੱਕ। ਭੋਲਾ ਪਾ ਕਹਿੰਦੇ, ਭੋਲਾ ਪਾ ਬੱਚੇ ਵਰਗਾ ਲਿਆ, ਛਲ ਕਪਟ ਠੱਗੀ ਫਰੇਬ ਛੱਡ, ਬੁਰਾਈ ਨਾਲ ਨਫ਼ਰਤ ਕਰ, ਬੰਦੇ ਨਾਲ ਨਫ਼ਰਤ ਨਾ ਕਰ। ਬੁਰਾਈ ਨਿਕਲ ਗਈ ਤਾਂ ਬੰਦਾ ਤਾਂ ਉਹੀ ਇਨਸਾਨ, ਉਹੀ ਤਾਂ ਦੇਵਤਾ ਹੈ। ਬੁਰਾਈ ਨਾਲ ਨਫ਼ਰਤ ਕਰ, ਸ਼ਰਾਬੀ ਦੀ ਸ਼ਰਾਬ ਨਾਲ ਨਫ਼ਰਤ ਕਰਨਾ, ਵੀ ਇਹਦੀ ਸ਼ਰਾਬ ਮਾੜੀ ਹੈ, ਬੰਦਾ ਥੋੜ੍ਹਾ ਮਾੜਾ ਹੈ, ਇਹਦੇ ਅੰਦਰ ਦੇ ਐਬ ਮਾੜੇ ਨੇ, ਬੰਦਾ ਤਾਂ ਬਹੁਤ ਵਧੀਆ, ਬਹੁਤ ਕੁਆਲਿਟੀ ਇਸ ਬੰਦੇ ਵਿੱਚ। ਭੋਲਾ ਪਾ, ਹੁਣ ਅੱਗੇ ਆਓ, ਜਿਹੜੇ ਡੇਰਿਆਂ 'ਤੇ ਜਾਂਦੇ ਉਹ ਭੋਲੇ ਪਾ ਜਾਂਦੇ, ਭੋਲਾ ਪੂਰਾ ਪਤਾ ਹੁੰਦਾ ਬਾਬਾ ਜੀ ਕੀ ਕਰਦੇ ਆ, ਉਹ ਤੁਹਾਨੂੰ ਪਤਾ ਬਾਬਾ ਜੀ ਦਾ ਤੌਲੀਆ ਕੌਣ ਚੁੱਕਦਾ, ਬਾਬਾ ਜੀ ਦਾ ਗੜਵਾ ਕੌਣ ਚੁੱਕਦਾ, ਚਲਾਕੀਆਂ ਭੋਲੇ ਪਾ ਪਾ ਲੱਗਦੇ, ਸਾਰਾ ਕੁਝ ਪਤਾ। ਭੋਲੇ ਪੱਗ ਦਾ ਅਸੀਂ ਚਲਾਕ ਬੰਦੇ ਹਾਂ, ਅਸੀਂ ਪੂਰੇ ਪੂਰੇ ਚਲਾਕੀ ਨਾਲ ਜਾਂਦੇ ਹਾਂ, ਅਸੀਂ ਪੂਰੀ ਚਲਾਕੀ ਨਾਲ, ਸਾਡੀਆਂ ਚਲਾਕੀਆਂ ਨੇ ਸਾਡੀਆਂ ਚਤਰਾ, ਇਹਨੂੰ ਅਗਿਆਨਤਾ ਕਹਿੰਦੇ। ਅਗਿਆਨਤਾ, ਅਗਿਆਨਤਾ ਅਤੇ ਭੋਲੇ ਪਾ 'ਚ ਫਰਕ ਹੈ। ਅਰੇ ਮੱਠੀਆਂ 'ਤੇ ਦੀਵੇ ਜਗਾਉਂਦੇ ਭੋਲੇ ਪਾ ਨਹੀਂ ਜਗਾਉਂਦੇ, ਨਾ 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 ਨਾ। ਅਰੇ ਸਾਧਾਂ ਦੇ ਪੈਰਾਂ 'ਤੇ ਮੱਥੇ ਟੇਕਦੇ ਭੋਲੇ ਪਾ ਨਹੀਂ ਟੇਕਦੇ, ਇਹ ਅਗਿਆਨਤਾ ਵੱਸ ਟੇਕਦੇ ਆ, ਬੇਸਮਝੀ ਵੱਸ ਟੇਕਦੇ ਆ। ਅਗਿਆਨਤਾ ਅਤੇ ਭੋਲੇ ਪਾ 'ਚ ਫਰਕ ਹੈ। ਰੱਬ ਮਿਲਦਾ ਭੋਲੇ ਪਾ ਨਾ, ਭੋਲੇ ਪਾ ਦਾ ਅਰਥ ਹੈ ਛਾਲ ਕਪਟ, ਜੈਸੀ ਉਪਜੀ ਪੇਟ 'ਤੇ ਤੈਸੀ ਨਿਭ ਹੈ ਓੜ, ਕਬੀਰ ਨਿਰਮਲ ਬੂੰਦ ਆਕਾਸ਼ ਕੀ, ਆਕਾਸ਼ 'ਚੋਂ ਡਿੱਗੀ ਹੋਈ ਬੂੰਦ, ਆਕਾਸ਼ 'ਚੋਂ ਡਿੱਗੀ ਹੋਈ ਬੂੰਦ, ਜੇ ਉਹਨੂੰ ਉਪਜਾਊ ਧਰਤੀ ਮਿਲ ਜਾਏ ਤਾਂ ਫਿਰ ਤਾਂ ਉਹ ਫਸਲ ਦਾ ਰੂਪ ਬਣ ਜਾਂਦੀ ਹੈ। ਫਿਰ ਤਾਂ ਜਦੋਂ ਫਸਲ ਦਾ ਰੂਪ ਬਣ ਗਈ, ਦੁਨੀਆਂ ਦੀ ਕੋਈ ਤਾਕਤ ਉਸ ਬੂੰਦ ਨੂੰ ਜ਼ਮੀਨ ਨਾਲੋਂ ਅਲੱਗ ਨਹੀਂ ਕਰ ਸਕਦੀ, ਕੋਈ ਨਹੀਂ ਅਲੱਗ ਕਰ ਸਕਦੀ। ਹੁਣ ਬੂੰਦ ਕੀ ਹੈ? ਉਹ ਨਿਰਮਲ ਬੂੰਦ ਬੱਚਾ ਦੁਨੀਆਂ 'ਤੇ ਆਉਂਦਾ, ਜੇ ਉਹਨੂੰ ਚੰਗੀ ਮਾਂ ਮਿਲ ਗਈ, ਚੰਗਾ ਪਿਤਾ ਮਿਲ ਗਿਆ, ਚੰਗੇ ਸੰਸਕਾਰ ਮਿਲ ਗਏ, ਦਾਦੀ ਦਾਦਾ ਮਿਲ ਗਏ, ਉਹਦੇ ਸੰਸਕਾਰਾਂ ਨੂੰ ਜ਼ਿੰਦਗੀ 'ਚ ਉਹਦੇ ਅੰਦਰੋਂ ਕੋਈ ਕੱਢ ਨਹੀਂ ਸਕਦਾ। ਜਿੱਥੇ ਮਰਜ਼ੀ ਚਲਾ ਜਾਏ, ਜਿਹੜੇ ਮਰਜ਼ੀ ਕਾਲਜ ਪੜ੍ਹੇ, ਜਿਹੜੀ ਮਰਜ਼ੀ ਯੂਨੀਵਰਸਿਟੀ ਪੜ੍ਹੇ, ਕਬੀਰ ਸੰਤ ਨਾ ਛੱਡ ਆਈ ਸੰਤ, ਜੋ ਕੋਟਕ ਮਿਲੇ ਅਸ ਕਰੋੜਾਂ ਮਾੜੇ ਬੰਦੇ ਮਿਲ ਜਾਣ, ਜੇ ਉਹਦੇ ਮਨ ਨੇ ਚੰਗੀ ਵਿਚਾਰ ਗ੍ਰਹਿਣ ਕਰ ਲਈਏ ਤਾਂ ਉਹ ਮਾਂ ਬਾਪ ਤੋਂ ਦੂਰ ਵੀ ਰਹਿ ਕੇ ਨਹੀਂ ਵਿਗੜੇਗਾ। ਹੁਣ ਦੂਜੇ ਬੰਨੇ ਆਓ, ਕਬੀਰ ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਭੂਮ ਬੇਕਾਰ। ਆਕਾਸ਼ 'ਚੋਂ ਡਿੱਗੀ ਹੋਈ ਬੂੰਦ ਭੱਠੀ ਮਗਧੀ 'ਤੇ ਜਾ ਡਿੱਗੀ, ਪਥਰੀਲੀ ਧਰਤੀ 'ਤੇ ਜਾ ਡਿੱਗੀ, ਡਿੱਗਦਿਆਂ ਸਾਰੀ ਬੇਕਾਰ ਹੋ ਗਈ। ਬਿਨ ਸੰਗਤ ਇਉਂ ਮਾਨਈ ਹੋਏ ਗਈ ਪਠਸ਼ਾਰ, ਡਿੱਗਦਿਆਂ ਸਾਰੀ ਸਵਾਹ ਬਣ ਗਈ, ਡਿੱਗਦਿਆਂ ਸਾਰੀ ਭਾਵ ਬਣ ਗਈ, ਬੇਕਾਰ ਹੋ ਗਈ। ਬੱਚਾ ਉਸ ਪਰਿਵਾਰ 'ਚ ਆ ਗਿਆ ਜਿਸ ਪਰਿਵਾਰ 'ਚ ਨਾ ਮਾਂ ਨੂੰ ਗੁਰਮਤ ਦਾ ਪਤਾ, ਨਾ ਪਿਤਾ ਨੂੰ ਗੁਰਮਤ ਦਾ ਪਤਾ, ਨਾ ਦਾਦੇ ਦਾਦੀ ਨੂੰ ਗੁਰਮਤ ਦਾ ਪਤਾ, ਆਉਂਦਾ ਸਾਰੀ ਬੱਚਾ ਵਿਚਾਰਾ ਉਸ ਭਾਫ ਉਸ ਬੂੰਦ ਵਰਗ ਆ ਗਿਆ। ਬਿਨ ਸੰਗਤ ਉਹ ਮਨ ਨਹੀਂ ਹੋਏ ਗਈ ਪਠਸ਼ਾਰ, ਸੋ ਬਣ ਗਈ। ਦੂਜੇ ਬੰਨੇ ਕਬੀਰ ਨਿਰਮਲ ਬੂੰਦ ਆਕਾਸ਼ ਕੀ, ਲੀਨੀ ਭੂਮ ਮਿਲਾਏ, ਜ਼ਮੀਨ 'ਚ ਮਿਲਾ ਲਈ ਕਿਸਾਨ ਨੇ, ਕਹਿ ਲਗੇ ਅਣਕ ਸਿਆਣੇ ਪਚ ਗਏ ਨਾ ਨਰਵਾਰੀ ਜਾਏ। ਅੱਜ ਉਸ ਬੂੰਦ ਨੂੰ ਜਿਹੜੀਆਂ ਕਣੀਆਂ ਜ਼ਮੀਨ 'ਚ ਜਾ ਰਲੀਆਂ ਕੱਢ ਕੇ ਵੇਖੋ, ਉਹਨੂੰ ਵੱਖਰੀਆਂ ਕਰਕੇ ਵੇਖੋ, ਭਲਾ ਵੱਖਰੀ ਹੋਏਗੀ ਜ਼ਮੀਨ ਨਾਲ? ਉਹ ਬੂੰਦ ਕਦੇ ਨਹੀਂ ਵੱਖਰੀ ਹੋਣੀ। ਹੁਣ ਜਿਹੜੇ ਬੱਚੇ ਨੂੰ ਦਾਦੀ ਚੰਗੀ ਮਿਲ ਗਈ, ਜਿਸ ਬੱਚੇ ਨੇ ਮਾਂ ਨੂੰ ਪਾਠ ਕਰਦਿਆਂ ਵੇਖ ਲਿਆ, ਜਿਸ ਬੱਚੇ ਨੇ ਪਿਤਾ ਕੋਲੋਂ ਗੁਰਮਤ ਸਿੱਖ ਲਈ, ਉਹ ਬੱਚਾ ਨਿਰਮਲ ਬੂੰਦ ਚੰਗੀ ਸੰਗਤ ਵਿੱਚ ਮਿਲ ਗਿਆ, ਉਹ ਭਾਵੇਂ ਪਿਤਾ ਨਾਲੋਂ ਹਜ਼ਾਰਾਂ ਮੀਲ ਦੂਰ ਰਹੇ, ਵਿਦੇਸ਼ਾਂ 'ਚ ਵੀ ਬੱਚੇ ਪੜ੍ਹਦੇ ਆ, ਮਾੜਾ ਕੰਮ ਕਰ ਲੱਗਿਆਂ ਪੈ ਰੱਖਦੇ ਆ, ਪਤਾ ਮੈਂ ਕਿਸ ਬਾਪ ਦਾ ਪੁੱਤਰ ਹਾਂ, ਮੇਰਾ ਦਾਦਾ ਕੌਣ ਹੈ, ਮੇਰੀ ਦਾਦੀ ਕੌਣ ਹੈ, ਮੇਰਾ ਬਾਪੂ ਲੋਕਾਂ ਦੇ ਫੈਸਲੇ ਕਰਦਾ, ਆਸ ਆਸ ਆਹ ਸੋਚ ਆਉਂਦੀ ਉਹਨਾਂ ਦੇ ਦਿਮਾਗ 'ਚ, ਭੈ ਰੱਖਦੇ ਆ ਆਪਣੇ ਮਨ ਵਿੱਚ ਵੀ ਹੈ, ਅਸੀਂ ਕਿਸੇ ਪਰਿਵਾਰ ਨਾਲ ਸੰਬੰਧ ਰੱਖਦੇ ਹਾਂ,
ਅਸੀਂ ਕੋਈ ਚੰਗੇ ਸੰਸਕਾਰ ਲਿਆ, ਗੁਰੂ ਕੋਲ ਸਿੱਖਿਆ ਲਈ ਆ, ਹੁਣ ਦੂਜੇ ਬੰਨੇ ਬਿਨ ਸੰਗਤ ਤੇ ਉਹ ਮਾਨ ਨਹੀਂ ਹੋਏ ਗਈ ਪਾਠਸ਼ਾਰ। ਬੂੰਦ ਆਕਾਸ਼ ਚੋਂ ਡਿੱਗੀ, ਪਥਰੀਲੀ ਧਰਤੀ ਜਾ ਡਿੱਗੀ, ਉਹ ਉਪਜਾਊ ਧਰਤੀ ਡਿੱਗੀ ਨਹੀਂ। ਹੁਣ ਬੱਚਾ ਆਇਆ ਦੁਨੀਆਂ ਤੇ ਜੰਮਦਿਆਂ ਸਾਰੀ, ਅੱਜ ਜਨਮ ਹੋਇਆ, ਪਾਗਲ ਹੋ ਗਿਆ ਪੀ ਪੀ ਕੇ ਬਾਪ, ਨਸ਼ੇ ਪੀਤੇ ਜਾ ਰਹੇ ਨੇ, ਪੈਲਸ ਵੋ ਕੀਤੇ ਜਾ ਰਹੇ ਨੇ, ਸ਼ਰਾਬਾਂ ਵੰਡੀਆਂ ਜਾ ਰਹੀਆਂ ਨੇ, ਡਾਂਸ ਕੀਤੇ ਜਾ ਰਹੇ ਨੇ, ਚਾਹ ਮਲਾਰ ਕੀਤੇ ਜਾ ਰਹੇ ਨੇ। ਕੋਈ ਕੋਈ ਹੈ ਮਨ ਚ ਵੀ, ਜਿਹੜੀ ਭਾਈ ਗੁਰਦਾਸ ਨੇ ਗੱਲ ਲਿਖੀ ਸੀ ਵੀ ਰੋਵੈ ਰਤਨ ਗਵਾਏ ਕੈ, ਭਾਵ ਹੈ ਭਾਈ ਸਾਹਿਬ ਦਾ ਸਮਝਾਉਣ ਦਾ ਵੀ ਭਲੇ ਤੁਹਾਡੇ 5 ਰੁਪਈਏ ਗਵਾ ਜਾਣ ਤੁਸੀਂ ਰੋਂਦੇ ਹੋ, ਤੁਹਾਡਾ ਕਿਤੇ 100 ਰੁਪਇਆ ਬੱਸ 'ਚ ਡਿੱਗ ਪਏ ਤੁਸੀਂ ਰੋਂਦੇ ਹੋ ਨਾ ਘਰ ਆਣ ਕੇ, ਹਾਏ ਉੱਦਾਂ ਵੱਖਰੀ ਗੱਲ ਖਰਚ ਕਰ ਲਈਏ, ਪਰ ਕਿਤੇ 100-50 ਡਿੱਗ ਪੈਣ ਆਪਣੇ ਰੋਂਦੇ ਆ ਨਾ, ਕਿਤੇ ਵਿਆਹ ਸ਼ਾਦੀ 'ਤੇ ਕੜਾ ਡਿੱਗ ਪਵੇ ਆਪਣਾ, ਕੋਈ ਮੁੰਦਰੀ ਡਿੱਗ ਪਵੇ 1 ਤੋਲੇ ਦੀ, ਲੱਗਦਾ ਝਟਕਾ ਲੱਗਦਾ ਨਾ। ਦੁੱਧ ਹੀ ਡੁੱਲ ਜਾਏ ਕਿਸੇ ਘਰੋਂ ਮੁੱਲ ਲਿਆਉਂਦੀ, ਰਾਜ ਠੇਡਾ ਲਾ ਕੇ ਦੁੱਧ ਹੀ ਡੁੱਲ ਜਾਏ, ਝੋਰਾ ਹੁੰਦਾ ਕਿ ਨਹੀਂ ਹੁੰਦਾ, ਘਰ 'ਚ ਦੁੱਧ ਚੋ ਕੇ 10 ਕਿਲੋ ਠੇਡਾ ਲੱਗ ਜਾਏ ਡਿੱਗ ਪਵੇ, ਜਿਹੜਾ ਡੇਅਰੀ ਪਾ ਕੇ ਆਉਣਾ, ਦੁਖੀ ਦੁਖੀ ਜਿਹਾ ਮਨ ਜਾਂਦਾ ਕਿ ਨਹੀਂ। ਕਹਿੰਦੇ ਤੁਹਾਡੇ ਨਿੱਕੇ ਨਿੱਕੇ ਨੁਕਸਾਨ ਹੋਣ ਨਾਲ ਮਨ ਅਪਸੈਟ ਹੁੰਦਾ, ਉਹਦੇ ਕੋਲੋਂ ਉਹਦਾ ਰਤਨ ਗਵਾਚਿਆ ਹੈ, ਨਿਯਮ ਗਵਾਚਿਆ ਉਹਦੇ ਕੋਲੋਂ, ਉਹਦੇ ਕੋਲੋਂ ਸਿਧਾਂਤ ਗਵਾਚਿਆ ਹੈ। ਜਿਹੜੀ ਗੱਲ ਗੁਰਮਤ ਨੇ ਪੇਸ਼ ਕੀਤੀ ਨਾ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰੇ, ਗੱਲ ਤਾਂ ਇਹ ਸੀ ਵੀ ਬੱਚਾ ਮਾਤਾ ਦੇ ਗਰਭ ਵਿੱਚ, ਉਹਦੇ ਨਿਯਮ ਵਿੱਚ ਹੈ, ਨਿਯਮ ਵਿੱਚ ਹੈ, ਬੜਾ ਜਿਹੜੀ ਸਿਮਰਨ ਦੀ ਗੱਲ, ਨਿਯਮ ਵਿੱਚ ਹੈ, ਨਿਯਮ ਵਿੱਚ ਚੱਲਣਾ ਹੀ ਤਾਂ ਸਿਮਰਨ ਹੈ। ਹੁਣ ਐਸਾ ਨਹੀਂ ਵੀ ਉਹ ਅੰਦਰ ਕੋ ਪਾਠ ਕਰ ਰਿਹਾ ਵੀ ਅੱਲਾ ਅੱਲਾ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰਿਆ, ਗੱਲ ਤਾਂ ਵੀ ਨਿਯਮ ਵਿੱਚ ਹੈ, ਉਹ ਨਿਯਮ ਵਿੱਚ ਚੱਲਣਾ ਹੀ, ਉਸ ਮਾਲਕ ਦਾ ਸਿਮਰਨ ਹੈ, ਉਹਦੀ ਇਬਾਦਤ ਹੈ ਬਸ। ਹੁਣ ਨਿਯਮ 'ਚ ਆਉਂਦਿਆਂ ਸਾਰ ਹੀ ਉਹਨੂੰ ਇਹ ਹੋ ਰਿਹਾ, ਜੇ ਤਾਂ ਨਿਯਮ ਚੱਲਣ ਵਾਲੇ ਮਾਂ ਬਾਪ ਮਿਲ ਜਾਂਦੇ ਸ਼ਾਇਦ ਰੋਣਾ ਘੱਟ ਜਾਂਦਾ। ਜ਼ਿੰਦਗੀ ਰੋਂਦਿਆਂ ਸ਼ੁਰੂ ਹੋਈ, ਰੋਂਦੇ ਲੰਘੀ, ਰੋਵੈ ਰਤਨ ਗਵਾਏ ਕਹਿ, ਕਦੋਂ ਮਾਇਆ ਮੋਹ ਹਨੇਰ ਗੁਬਾਰਾ, ਉਹ ਰੋਵੈ ਦੁੱਖ ਆਪਣਾ, ਉਹ ਵਿਚਾਰਾ ਆਪਣਾ ਦੁੱਖ ਰੋ ਰਿਹਾ ਤੇ ਹੱਸ ਹੱਸ ਗਾਵੈ ਸਭ ਪਰਿਵਾਰ। ਆਪਾਂ ਲੋਹੜੀਆਂ ਵੰਡ ਰਹੇ ਹਾਂ, ਆਪਾਂ ਸ਼ਰਾਬਾਂ ਪਿਆ ਰਹੇ ਹਾਂ, ਕਿੰਨੇ ਕਿੰਨੇ ਡਾਂਸ ਕੀਤੇ ਜਾ ਰਹੇ ਆ, ਕਿੰਨੇ ਚਾਹ ਮਲਾਰ ਕੀਤੇ ਜਾ ਰਹੇ ਨੇ, ਉਹ ਰੋਵੈ ਦੁੱਖ ਆਪਣਾ ਤੇ ਹੱਸ ਹੱਸ ਗਾਵੈ ਸਭ ਪਰਿਵਾਰਾ, ਸਭਨਾ ਮਨ ਵਧਾਈਆਂ, ਵਧਾਈਆਂ ਦਿੱਤੀਆਂ ਜਾ ਰਹੀਆਂ। ਦਾਦੀ ਵਧਾਈਆਂ ਲੈ ਰਹੀ ਆ, ਦਾਦੇ ਵਧਾਈਆਂ ਲੈ ਰਹੇ ਆ, ਪਰ ਉਹਦੇ ਦੁੱਖ ਰੋਣ ਦਾ ਕਾਰਨ ਨਹੀਂ, ਕੋਈ ਪੁੱਛ ਰਿਹਾ ਵੀ ਤੂੰ ਰੋ ਕਿਉਂ ਰਿਹਾ ਹੈ, ਉਹ ਹਨੇਰੀ ਦੁਨੀਆਂ 'ਚ ਆਣ ਗਿਆ। ਇੱਥੇ ਨਾ ਮਾਂ ਕੋਲ ਗੁਰਮਤ ਹੈ, ਨਾ ਪਿਤਾ ਕੋਲ ਗੁਰਮਤ ਆ, ਕਈ ਤਾਂ ਜੰਮਦੇ ਨਿਆਣੇ ਨੂੰ ਨਾ ਸਾਧਾਂ ਦੇ ਪੈਰਾਂ ਦੇ ਲੰਮੇ ਪਾਈ ਜਾਣਗੇ, ਬਾਬਾ ਜੀ ਆਸ਼ੀਰਵਾਦ ਦਿਓ, ਨਾ ਦਵਾਓ ਇਹੋ ਜਿਹਾਂ ਕੋਲੋਂ ਆਸ਼ੀਰਵਾਦ, ਗੁਰੂ ਕੋਲ ਲੈ ਕੇ ਆਓ ਕੋਈ ਗੁਰੂ ਦੀ ਸ਼ਬਦ ਦੀ ਸਿੱਖਿਆ, ਤੇ ਜੇ ਇਹਦੇ ਵਾਂਗੂ ਵਿਹਲਾ ਰਹਿ ਗਿਆ ਮੁੜ ਕੇ ਸਾਰੀ ਜ਼ਿੰਦਗੀ ਕਿਉਂ ਸਾਧ ਸੰਗਤ, ਮੁੜ ਕੇ ਨਾਲੇ ਕਹੀ ਜਾਣਾ ਵੇਖੋ ਤੂੰ ਤਾਂ ਮਹਾਂਪੁਰਖਾਂ ਦੇ ਆਸ਼ੀਰਵਾਦ ਨਾਲ ਹੀ ਹੋਇਆ, ਮੁੜ ਕੇ ਉਹ ਕੰਮ ਕੋਈ ਨਹੀਂ ਕਰਦਾ, ਤੇ ਉਹ ਨਿਆਣੇ ਵੀ ਅੱਜ ਕੱਲ੍ਹ ਬੋਲਣ ਲੱਗ ਪਏ ਵੀ ਜਿਹਦੇ ਆਸ਼ੀਰਵਾਦ ਨਾਲ ਪੈਦਾ ਹੋਇਆ ਉਹ ਕਿਹੜਾ ਕੁਝ ਕਰਦਾ, ਉਹਨੂੰ ਤਾਂ ਫੜ ਕੇ ਸਟੇਜ ਤੋਂ ਲਾਉਂਦੇ ਆ ਤੇ ਫੜ ਕੇ ਚੜਾਉਂਦੇ ਆ, ਉਹ ਤੇ ਮੂੰਹ ਵੀ ਆਪਣਾ ਪਤਾ ਨਹੀਂ ਧੋਂਦੇ ਕਿ ਨਹੀਂ ਧੋਂਦੇ, ਉਹ ਨਾਲ ਗੜਵਈ ਵੱਖਰਾ ਹੁੰਦਾ, ਤੌਲੀਏ ਵਾਲਾ ਵੱਖਰਾ ਹੁੰਦਾ, ਸਾਰੇ ਸੇਵਾਦਾਰ ਸਹੂਲਤਾਂ ਮਿਲੀਆਂ, ਇੰਨੀਆਂ ਸਹੂਲਤਾਂ ਤੇ ਗ੍ਰਿਸਤੀ ਨੂੰ ਨਹੀਂ ਮਿਲਦੀਆਂ, ਮਿਲਦੀਆਂ ਜੀ, ਜਿਹੜੇ ਗ੍ਰਿਸਤ ਬੈਠੇ ਇਮਾਨਦਾਰੀ ਨਾਲ ਸੋਚਿਓ ਭਲਾ, ਉਹ ਆਪੇ ਇਸ਼ਨਾਨ ਕਰਦੇ, ਆਪੇ ਆਪਣੇ ਕੱਪੜੇ, ਕਈ ਤਾਂ ਖੇਤਾਂ 'ਚ ਆਪਣਾ ਕੰਮ ਕਰਦਿਆਂ ਨਹਾਉਂਦਿਆਂ ਧੋਂਦਿਆਂ ਕੱਪੜੇ ਵੀ ਆਪਣੇ ਆਪੇ ਧੋ ਲੈਂਦੇ ਨੇ, ਅਤੇ ਇਮਾਨਦਾਰੀ ਨਾਲ ਸੋਚ ਕੇ ਵੇਖੋ ਸਮਾਜ ਵਿੱਚ ਕਿੰਨੀਆਂ ਸਹੂਲਤਾਂ ਮਿਲੀਆਂ। ਇਹਨਾਂ ਨੂੰ ਵੇਖ ਕੇ ਦਿਲ ਨਹੀਂ ਕਰਦਾ ਕਿਸੇ ਬਜ਼ੁਰਗ ਦਾ ਵੀ ਇੰਨੇ ਨਿਆਣੇ ਮੇਰੇ, ਨੋਹਾਂ ਪੁੱਤ ਮੇਰੇ, ਮੱਝਾਂ ਗਾਵਾਂ ਨੂੰ ਪੱਠੇ ਪਾਉਂਦਾ, ਫਿਰ ਵੀ ਮੈਨੂੰ ਸਾਰਾ ਕੁਝ ਆਪਣੇ ਹੱਥੀਂ ਆਪ ਕਰਨਾ ਪੈਂਦਾ, ਆਪੇ ਨਲਕਾ ਗੇੜਨਾ ਪੈਂਦਾ ਅਤੇ ਠੰਡੇ ਪਾਣੀ ਦੇ ਨਾਲ ਮੈਂ ਹੱਥ ਮੈਂ ਧੋ ਲੈਂਦਾ, ਅਤੇ ਇੱਧਰ ਵੇਖ ਲਓ ਸਾਧ ਨਜ਼ਾਰੇ ਲੈ ਰਹੇ ਆ, ਲੱਤਾਂ ਬਾਹਾਂ ਵੀ ਧੋਣ ਲਈ ਵੱਖਰੇ ਆ ਅਤੇ ਸੇਵਾ ਕਰਨ ਲਈ ਵੱਖਰੇ ਆ, ਪੱਖੀਆਂ ਝੱਲੀਆਂ ਜਾ ਰਹੀਆਂ ਵਾਂ,
ਕਾਜੂ ਬਦਾਮਾਂ ਦਾ ਪਤਾ ਨਹੀਂ। ਮਨ 'ਚ ਸੋਚਦਾ ਬਾਪੂ ਸਿਆਪਾ ਪਾ ਲਿਆ ਮੈਂ, ਰੱਬਾ ਮੇਰੇ ਵੇਲੇ ਕਿਤੇ ਇਹ ਹੁੰਦੀ ਮੰਗ ਤਾਂ ਮੈਂ ਵੀ ਇਹੋ ਇਸ ਬੰਨੇ ਤੁਰ ਪੈਂਦਾ, ਨਾਲੇ ਕੰਮ ਬੜਾ ਸੌਖਾ। ਮੈਨੂੰ ਇੱਕ ਦਿਨ ਆਉਂਦਾ ਜੀ ਫਲਾਣਾ ਬਾਬਾ ਬੜਾ ਪੁੱਗਿਆ, ਮੈਂ ਕਿਹਾ ਸਾਹਮਣੇ ਬਿਠਾ ਲਾ ਉਹਨੂੰ, ਕੋਈ 38 ਪੌੜੀਆਂ ਜਪਜੀ ਸਾਹਿਬ ਦੀਆਂ ਬਿਨਾਂ ਰੋਕ ਟੋਕ ਤੋਂ ਸੁਣਾ ਦੇ ਪਖੰਡ, ਆਹ ਪ੍ਰਚਾਰ ਕਰਨਾ ਬੰਦ ਕਰ ਦੇਵਾਂਗੇ। ਜਪਜੀ ਸਾਹਿਬ ਦਾ ਪਾਠ ਮੂੰਹ ਜਵਾਨੀ ਕਰਨਾ ਨਹੀਂ ਆਉਂਦਾ, ਵੱਡੇ ਵੱਡੇ ਗੁੱਸਾ ਨਾ ਮਨਾਇਓ, ਨਹੀਂ ਤਾਂ ਇੰਟਰਵਿਊ ਲੈ ਲਓ। ਇੱਕ ਮੈਨੂੰ ਇੱਕ ਦਿਨ ਬੰਦਾ ਆਉਂਦਾ ਜੀ ਫਲਾਣਾ ਬਾਬਾ ਬੜਾ ਪੁੱਗਿਆ, ਮੈਂ ਕਿਹਾ ਉਹਨੂੰ ਕਹਿੰਦਾ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦੇ ਇੱਥੇ, ਮੈਂ ਕਿਹਾ ਕੈਂਪਾਂ 'ਚ ਆਉਣ ਵਾਲਾ ਬੱਚਾ ਸੁਣਾ ਦੇਵੇਗਾ ਤੁਹਾਨੂੰ 10 ਸਾਲ ਦਾ, ਕੈਂਪਾਂ 'ਚ ਆਉਣ ਵਾਲਾ ਬੱਚਾ ਸੁਣਾ ਦੇਵੇਗਾ, 10 ਸਾਲ ਦਾ ਬੱਚਾ ਸੁਣਾ ਦੂ। ਆ ਪਿਛਲੇ ਦਿਨ ਇੱਕ ਵੀਰ ਮਿਲਿਆ, ਉਹ ਸਾਹ ਦੀ ਗੱਲ ਸੁਣਾਵੇ, ਕਹਿੰਦਾ ਜੀ ਸਾਹ 'ਤੇ ਕੇਸ ਹੋ ਗਿਆ, ਜਦੋਂ ਅਦਾਲਤ 'ਚ ਗਏ ਅਤੇ ਹੁਣ ਵਕੀਲ ਤਾਂ ਵਿਰੋਧੀ ਧਿਰ ਨੇ ਕਰਨਾ ਸੀ ਨਾ, ਉਹਨਾਂ ਵਕੀਲ ਨੇ ਪੁੱਛਿਆ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗ ਕਿੰਨੇ ਨੇ, ਅਤੇ ਉਹ ਬਾਬਾ ਅੱਗਿਓਂ ਗਿਣਤੀ ਕਰ ਲਾ ਪਿਆ, ਸੂਹੀ ਰਾਗ, ਜੈਸਰੀ ਰਾਗ, ਭੈਰੋ ਰਾਗ। ਉਹਦਾ ਨਹੀਂ ਬਾਬਾ ਜੀ ਇੱਦਾਂ ਨਹੀਂ ਪੁੱਛਿਆ, ਗਿਣਤੀ ਪੁੱਛੀ ਆ ਕਿੰਨੇ ਰਾਗ ਆ। ਅਤੇ ਬਾਬਾ ਹੁਣ ਸੋਚ ਸਾਚ ਕਹਿੰਦਾ ਵੀ ਸੁੱਖ ਨਾਮ 12 ਰਾਗ ਨੇ, ਹੁਣ ਤੁਸੀਂ ਆਪੇ ਅੰਦਾਜ਼ਾ, ਜੇ ਤਾਂ 13 ਕਹਿੰਦਾ ਵੀ ਚਲੋ ਇੱਕ ਉੱਧਰ ਕਰ ਲੈਂਦੇ, ਬਾਅਦ 'ਚ ਫੇਰ ਵੀ ਗੱਲ ਬਣ ਜਾਣੀ ਸੀ। ਉਹ ਕਹਿ ਹੁਣ 12 ਬੈਠਾ, ਉਹਨੇ ਉਸ ਵੇਲੇ ਰੀਡਰ ਨੂੰ ਕਿਹਾ ਵੀ ਨੋਟ ਕਰ ਲਓ ਵੀ 12 ਰਾਗ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਅਤੇ ਅੰਦਾਜ਼ਾ ਲਾਓ ਵੀ ਅੱਧਾ ਪੰਜਾਬ ਉਹਨੇ ਕਮਲਾ ਕੀਤਾ ਹੋਇਆ। ਮੈਂ 75% ਹੀ ਕੀਤਾ ਹੋਣਾ ਸ਼ਾਇਦ, ਅੰਦਾਜ਼ਾ ਲਓ। ਅਤੇ ਗੁਰੂ ਗ੍ਰੰਥ ਸਾਹਿਬ 'ਚ ਲਿਖੇ ਰਾਗਾਂ ਬਾਰੇ ਗਿਆਨ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਤਾ ਨਹੀਂ ਵੀ ਮਹਾਰਾਜ ਦੀ ਬਾਣੀ ਸਾਨੂੰ ਕੀ ਕਹਿ ਰਹੀ। ਇਸ ਕਰਕੇ ਪਖੰਡ ਛੱਡੋ, ਵਹਿਮਾਂ ਭਰਮਾਂ ਨੂੰ ਛੱਡ ਕੇ ਇੱਕ ਅਕਾਲ ਦੀ ਪੂਜਾ ਨੂੰ ਆਪਣੀ ਜ਼ਿੰਦਗੀ ਵਿੱਚ ਵਸਾਉਣ ਦਾ ਯਤਨ ਕਰੀਏ, ਜੋ ਸਾਨੂੰ ਮਾਲਕ ਦੀ ਬਾਣੀ ਦੱਸ ਰਹੀ ਆ, ਅਤੇ ਜਿਹੜੀਆਂ ਗੱਲਾਂ ਗੁਰਦੇਵ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਵੀ ਭੋਲੇ ਭਾਏ ਮਿਲੇ ਰਗੁਰਾਇਆ, ਵੀ ਭੋਲੇ ਭਾ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਆ। ਕਹੋ ਕਬੀਰ ਭਗਤ ਕਰ ਪਾਇਆ, ਅਤੇ ਭਗਤੀ ਦਾ ਅਸਲ ਵਿੱਚ ਅਰਥ ਹੀ ਇਹ ਆ ਕਿ ਉਸ ਪਰਮੇਸ਼ਰ ਦੇ ਗੁਣਾਂ ਨੂੰ ਜ਼ਿੰਦਗੀ ਵਿੱਚ ਧਾਰਨ ਕਰਨਾ। ਅਤੇ ਗੁਰੂ 5ਵੇਂ ਪਾਤਸ਼ਾਹ ਕਹਿੰਦੇ ਸੁਣ ਸਖੀਏ, ਹੇ ਮੇਰੀਏ ਭੈਣੇ ਜੀਵ ਇਸਤਰੀਏ, ਪ੍ਰਭ ਮਿਲਣ ਨਿਸ਼ਾਨੀ, ਆਹ ਨਿਸ਼ਾਨੀ ਆ ਪਰਮਾਤਮਾ ਨੂੰ ਮਿਲਦੀ, ਮਨ ਤਨ ਅਰਪ ਤਜ ਲਾਜ ਲੋਕਾਨੀ। ਪਹਿਲਾਂ ਮਨ ਅਰਪ, ਜਦੋਂ ਮਨ ਅਰਪਿਆ ਗਿਆ ਤਨ ਆਪਣੇ ਆਪ ਹੀ ਅਰਪਿਆ ਜਾਣਾ। ਤੀਜੀ ਲੋਕ ਲਾਜ, ਲੋਕ ਲਾਜ ਛੱਡ, ਉਹ ਕੰਮ ਛੱਡ ਦੇ ਜਿਹੜੇ ਦੁਨੀਆਂ ਨੂੰ ਖੁਸ਼ ਕਰਨ ਲਈ ਕਰਦੀ ਆ, ਫਿਰ ਤੂੰ ਵੀ ਮੇਰੇ ਵਰਗੀ ਸੁਹਾਗਣ ਹੋ ਜਾਏਗੀ। ਪਹਿਲਾਂ ਬੰਦ ਹੈ ਤਨ ਸੁਹਾਗਣ, ਉਹ ਸੁਹਾਗਣ ਤਨ ਹੈ, ਉਹ ਜੀਵ ਇਸਤਰੀ ਧੰਤਾ ਦੇ ਯੋਗ ਹੈ। ਤਨ ਸੁਹਾਗਣ ਜੋ ਪ੍ਰਭੂ ਪਛਾਣੈ, ਜਿਹੜੀ ਪ੍ਰਭੂ ਨੂੰ ਪਛਾਣ ਲੈਂਦੀ ਆ। ਵੇਖੋ ਪਛਾਣ ਬਹੁਤ ਵੱਡੀ ਚੀਜ਼ ਹੁੰਦੀ ਹੈ। ਬਿਨਾਂ ਤੁਸੀਂ ਰੋਡ 'ਤੇ ਜਾ ਰਹੇ ਹੋ, ਕਿੰਨੇ ਲੋਕ ਤੁਹਾਨੂੰ ਰੋਡ 'ਤੇ ਮਿਲਦੇ ਆ, ਸਾਰਿਆਂ ਨੂੰ ਆਪਾਂ ਇਦਾਂਤ ਕਰਕੇ ਮਿਲਦੇ ਕਿਤੇ, ਪਰ ਉਸ ਭੀੜ ਵਿੱਚ ਤੁਹਾਨੂੰ ਕੋਈ ਪਛਾਣ ਵਾਲਾ ਬੰਦਾ ਮਿਲ ਜਾਏ, ਗੱਡੀ ਰੁਕ ਜਾਂਦੀ ਕਿ ਨਹੀਂ ਰੁਕ ਜਾਂਦੀ, ਫਿਰ ਆਪਾਂ ਕਿੱਦਾਂ ਹੱਥ ਮਿਲਾ ਕੇ ਜੱਫੀ ਪਾ ਕੇ ਮਿਲਦੇ, ਹੋਰ ਪਰਿਵਾਰ ਦਾ ਕੀ ਹਾਲ ਆ ਤੁਹਾਨੂੰ। ਤੁਸੀਂ ਆਪਣੇ ਪਿੰਡੋਂ ਜਾਓ ਸ਼ਹਿਰ ਨੂੰ, ਬਰਨਾਲੇ ਜਾਓ, ਤੁਹਾਨੂੰ ਕਿੰਨੇ ਲੋਕ ਰੋਡ 'ਤੇ ਖਲੋਤੇ ਮਿਲਦੇ, ਹਰ ਇੱਕ ਨੂੰ ਥੋੜ੍ਹਾ ਆਪਾਂ ਇੱਦਾਂ ਮਿਲਦੇ ਹਾਂ, ਹਰ ਇੱਕ ਨੂੰ ਆਪਾਂ ਟੱਬਰ ਬਾਰੇ ਵੀ ਨਹੀਂ ਪੁੱਛ ਸਕਦੇ, ਪਰ ਜਿਹਨੂੰ ਪਛਾਣ ਹੋਈਏ ਜਿਹਦੀ, ਉਹਦੇ ਪਰਿਵਾਰ ਬਾਰੇ ਵੀ ਪੁੱਛਦੇ ਹਾਂ। ਮਿਲਦਾ ਤਰੀਕਾ ਵੀ ਸਾਡਾ ਅਲੱਗ ਹੋਏਗਾ, ਪਰਿਵਾਰ ਬਾਰੇ ਪੁੱਛਾਂਗੇ ਡਿਧਾਈ 'ਚ। ਕਹਿੰਦੇ ਗੁਰੂ ਗ੍ਰੰਥ ਸਾਹਿਬ ਅੱਗੇ ਨਮਸਕਾਰ ਤਾਂ ਆਪਾਂ ਸਾਰੇ ਹੀ ਕਰਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਬਾਰੇ ਪਛਾਣ ਕਿਸੇ ਵਿਰਲੇ ਨੂੰ ਆ ਵੀ ਇਹਦੇ ਵਿੱਚ ਲਿਖਿਆ ਕੀ ਹੈ। ਰੱਬ ਦੀ ਗੱਲ ਤਾਂ ਸਾਰੇ ਕਰਦੇ ਆ, ਪਰ ਪਛਾਣ ਕਿਸੇ ਵਿਰਲੇ ਨੂੰ, ਰੱਬ ਦੇ ਨਾਲ ਜਾਣ ਪਛਾਣ। ਧੰਨ ਸੁਹਾਗਣ ਜੋ ਪ੍ਰਭੂ ਪਛਾਣੈ, ਜਿਹੜੀ ਪ੍ਰਭੂ ਨੂੰ ਪਛਾਣ ਲੈਂਦੀ ਆ। ਪ੍ਰਭੂ ਕਿੱਥੇ ਆ? ਮਾਨਵਤਾ ਵਿੱਚ। ਉਹ ਧੰਤਾ ਯੋਗ ਜੀਵ ਇਸਤਰੀ ਆ ਜਿਹਨੇ ਪਰਮਾਤਮਾ ਨੂੰ ਦੁਨੀਆਂ ਵਿੱਚ ਪਛਾਣ ਲਿਆ। ਜਿਹਨੇ ਪਛਾਣ ਲਿਆ ਉਹ ਮਾਂ ਦਾ ਸਤਿਕਾਰ ਵੀ ਕਰੂ, ਪਿਤਾ ਦਾ ਸਤਿਕਾਰ ਵੀ ਕਰੂ, ਉਹ ਪਤਨੀ ਦਾ ਸਤਿਕਾਰ ਵੀ ਕਰੂ, ਉਹ ਪਤੀ ਦਾ ਸਤਿਕਾਰ ਵੀ ਕਰੂ, ਉਹਨੂੰ ਸਮਾਜ ਵਿੱਚ ਸਤਿਕਾਰ ਨਾਲ ਰਹਿਣਾ ਆ ਜਾਊ। ਜਿਹਨੇ ਪਛਾਣ ਲਿਆ, ਅਜੇ ਪਛਾਣ ਨਹੀਂ ਆ ਤਾਂ ਹੀ ਅਸੀਂ ਪੱਥਰਾਂ 'ਚ ਰੱਬ ਮੰਨੀ ਬੈਠੇ ਹਾਂ। ਜਿਨ੍ਹਾਂ 'ਚ ਰੱਬ ਹੈ
ਉਹਨਾਂ ਨਾਲ ਨਫ਼ਰਤ ਪਾਲ ਕੇ ਬੈਠੇ ਹਾਂ। ਧੰਨ ਸੁਹਾਗਣਾ ਜੋ ਪ੍ਰਭੂ ਪਛਾਣੈ ਮਾਨੈ ਹੁਕਮ, ਉਹ ਹੁਕਮ ਮੰਨ ਕੇ ਪਰਮੇਸ਼ਰ ਦਾ ਤਾਂ ਜੈ ਅਭਿਮਾਨੈ, ਉਹ ਅਭਿਮਾਨ ਵਾਲੀ ਬਿਰਤੀ, ਹਉਮੈ ਵਾਲੀ ਬਿਰਤੀ ਆਪਣੇ ਜੀਵਨ ਚੋਂ ਬਾਹਰ ਕੱਢ ਦੇਵੇਗੀ। ਤਾਂ ਜੇ ਅਭਿਮਾਨੈ ਪ੍ਰੇਸ਼ੋ ਰਾਤੀ ਰਲੀਆਂ ਮਾਨੈ, ਉਹ ਪ੍ਰੇ ਨਾ ਰਤੀ ਹੋਈ, ਖਸਮ ਨਾਲ ਰਤੀ ਹੋਈ ਰਲੀਆਂ ਮਨ, ਖਸਮ ਸੱਚ ਹੈ, ਖਸਮ ਨਾਲ ਮਨ ਕਰਕੇ ਰਤੀ ਹੋਈ ਉਹ ਜੀਵਨ ਦੇ ਵਿੱਚ ਰਲੀਆਂ ਮਾਣਦੀ ਹੈ। ਸੁਣ ਸਕੀਏ ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਪ ਤਾਜ ਲਾਜ, ਲੋਕਾਂ ਨੀ ਸਖੀ ਸਹੇਲੀ ਕਹੋ ਸਮਝਾਵੇ। ਹੁਣ ਇੱਕ ਜੀਵ ਇਸਤਰੀ ਦੂਜੀ ਨੂੰ ਸਮਝਾਉਂਦੀ ਹੈ, ਭੈਣੇ ਸੋਈ ਕਮਾਵੇ ਜੋ ਪ੍ਰਭ ਭਾਵੇ, ਉਹ ਕੰਮ ਕਰੀ ਜਿਹੜਾ ਮਾਲਕ ਨੂੰ ਚੰਗਾ ਲੱਗੇ, ਤਾਂ ਕਿ ਤੂੰ ਹੀ ਮੇਰੇ ਵਰਗੀ ਸੁਹਾਗਣ ਬਣ ਸਕੇ। ਉਹ ਕੰਮ ਕਰੀ ਜਿਹੜਾ ਕੰਮ ਮਾਲਕ ਨੂੰ ਚੰਗਾ ਲੱਗੇ। ਜੇ ਤੂੰ ਸੁਹਾਗਣ ਬਣਨਾ ਚਾਹੁੰਦੀ ਹੈ, ਜੇ ਤੂੰ ਵਾਕਿਆ ਉਸ ਮਾਲਕ ਨਾਲ ਜੁੜਨਾ ਚਾਹੁੰਦੀ, ਫਿਰ ਉਹੀ ਇੱਕ ਸੌਖਾ ਤਰੀਕਾ। ਜਿਹੜੀ ਗੱਲ ਭਾਈ ਗੁਰਦਾਸ ਨੇ ਕਹੀ ਹੈ ਨਾ, ਜਿਹੜੇ ਨੁਕਤੇ ਸਾਨੂੰ ਬੜੇ ਪਿਆਰੇ ਸਮਝਾਏ ਸੀ ਕਿ ਪੁੱਛ ਤੋਂ ਸੁਹਾਗਣ ਕਰਮ ਹੈ ਦੁਹਾਗਣ ਕੇ, ਪੁੱਛ ਦੀ ਸੁਹਾਗਣਾ ਕੋਲੋਂ ਆ ਪਰ ਕਰਮ ਦੁਹਾਗਣਾ ਵਾਲੇ ਆ। ਰਿਧੇ ਵੀ ਵਿਚਾਰ ਕੱਤ ਸੇਜਾ ਬੁਲਾਈਏ, ਪੁਛਤ ਹੈ ਵੈਦ ਖਾਦ ਔਖਦ ਨਾ ਸੰਜਮ ਸੈ। ਪੁੱਛਦਾ ਜਾ ਕੇ ਵੈਦਾਂ ਕੋਲੋਂ ਪਰ ਦਵਾਈ ਤਰੀਕੇ ਨਾਲ ਖਾਂਦਾ ਨਹੀਂ। ਕੈਸੇ ਮਿਟੇ ਰੋਗ, ਰੋਗ ਕਿੱਦਾਂ ਮਿਟਜੂ, ਸੁੱਖ ਸਹਿਜ ਸਮਾਈਏ। ਪੁਛਤ ਪਥਕ ਤੇ ਮਾਰਗ ਨਾ ਧਾਰੇ ਪੱਗ, ਰਾਹ ਪੁੱਛੀ ਜਾਂਦਾ ਹੁਣ ਉੱਥੇ ਚੌਂਕ 'ਚ ਖਲੋ ਕੇ, ਬੰਦਾ ਲੁਧਿਆਣੇ ਦਾ ਰਾਹ ਪੁੱਛੇ, ਅੰਮ੍ਰਿਤਸਰ ਦਾ ਰਾਹ ਪੁੱਛੇ, ਚੌਂਕ 'ਚ ਖਲੋ ਕੇ, ਭਾਈ ਇੱਥੋਂ ਅੰਮ੍ਰਿਤਸਰ ਨੂੰ ਰਾਹ ਕਿਹੜਾ ਜਾਂਦਾ, ਦੱਸਣ ਵਾਲਾ ਦੱਸ ਦੂ ਭਾਈ ਇੱਥੋਂ ਬਰਨਾਲੇ ਜਾ, ਰਾਹ ਦੱਸੇਗਾ ਨਾ ਵੀ ਭਾਈ ਇੱਥੋਂ ਬਰਨਾਲੇ ਜਾ, ਲੁਧਿਆਣੇ ਜਾ, ਜੇ ਤੂੰ ਲੁਧਿਆਣੇ ਜਾਣਾ, ਜਲੰਧਰ ਜਾਣਾ, ਜਿਸ ਸ਼ਹਿਰ ਜਾਣਾ ਉਹਦਾ ਰਸਤਾ ਦੱਸ ਦੇਵੇਗਾ। ਹੁਣ ਪੁੱਛਣ ਵਾਲਾ ਬੰਦਾ ਖਲੋਤਾ ਉੱਥੇ ਪੁੱਛੀ ਜਾਂਦਾ, ਸਵੇਰ ਦਾ ਪੁੱਛੀ ਜਾ ਰਿਹਾ, ਛਾਵਾਂ ਪੈ ਗਈਆਂ। ਹੁਣ ਜਿਹੜਾ ਬੰਦਾ ਦੱਸਣ ਵਾਲਾ ਸੀ ਉਹ ਦੱਸ ਕੇ ਨਾ ਰਸਤਾ ਚੌਂਕ 'ਚੋਂ ਅੱਗੇ ਚਲਾ ਗਿਆ, ਛਾਵਾਂ ਪਈਆਂ, ਫੇਰ ਲੰਘ ਰਿਹਾ ਉੱਧਰ ਦੀ, ਫੇਰ ਉਹਨੂੰ ਉਹਦੇ ਸਾਹਮਣੇ ਫੇਰ ਦੋ ਚੌਂ ਨੂੰ ਪੁੱਛ ਲਿਆ, ਕਹਿੰਦਾ ਰਸਤਾ ਤਾਂ ਸਵੇਰ ਦਾ ਪੁੱਛ ਰਿਹਾ, ਤੂੰ ਗਿਆ ਨਹੀਂ ਅਜੇ ਤੱਕ? ਤਾਂ ਅੱਗੇ ਹੱਸ ਕੇ ਕਹਿੰਦਾ ਮੈਂ ਸੋਚਿਆ ਰਸਤਾ ਪੁੱਛੇ ਪਹੁੰਚ ਜਾਣਾ। ਕਹਿੰਦਾ ਨਹੀਂ ਪਿਆਰਿਆ, ਪੁੱਛਣ ਨਾਲ ਨਹੀਂ ਪਹੁੰਚੀਦਾ, ਇਹਦੇ ਵਾਸਤੇ ਤੈਨੂੰ ਸਾਧਨ 'ਤੇ ਤੁਰ ਜਾਣਾ ਪੈਣਾ, ਜਾਂ ਗੱਡੀ 'ਤੇ, ਕੋਈ ਬੱਸ 'ਤੇ, ਜਾਂ ਤੁਰ ਕੇ, ਜਿੱਦਾਂ ਵੀ ਤੂੰ ਸਾਧਨ ਅਪਣਾ ਸਕਦਾ, ਪੁੱਛਿਆ ਥੋੜ੍ਹਾ ਗੱਲ ਬਣਨੀ ਹੈ। ਭਾਈ ਸਾਹਿਬ ਕਹਿੰਦੇ ਪੁਛਤ ਪਥਕ, ਰਾਹ ਪੁੱਛੀ ਜਾਂਦੇ ਆ, ਅਤੇ ਮਾਰਗ ਨਾ ਧਾਰੇ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਵਾਤਨ ਸਹਿਜਾਈਏ। ਪੁੱਛਣ ਨਾਲ ਕਿਵੇਂ, ਕਈ ਬੰਦੇ ਤੁਹਾਨੂੰ ਲੱਗਦਾ ਨਹੀਂ ਹਰ ਸਾਲ ਹਰ ਪ੍ਰਚਾਰ ਕੋਲੋਂ ਸਵਾਲ ਪੁੱਛੀ ਜਾਣਾ, ਅਤੇ ਉਹ ਪ੍ਰਚਾਰਕ ਵੀ ਅੱਗੇ ਹੱਸ ਪੈਂਦੇ, ਕਹਿੰਦੇ ਵੀ ਭਾਈ ਇਹ ਸਵਾਲ ਤਾਂ ਮੇਰੇ ਖਿਆਲ 2-3 ਸਾਲ ਪਹਿਲਾਂ ਵੀ ਪੁੱਛਿਆ ਸੀ। ਸਹਿਜ ਪਾਠ ਆਰੰਭ ਕਰਨਾ ਜੀ, ਪੋਥੀਆਂ ਕਿੱਥੋਂ ਮਿਲਣਗੀਆਂ, ਇੱਦਾਂ ਪੁੱਛਣਗੇ ਕਈ। ਸਹਿਜ ਪਾਠ ਆਰੰਭ ਕਰਨਾ ਜੀ, ਪੋਥੀਆਂ ਕਿੱਥੋਂ ਮਿਲਣਗੀਆਂ। ਠੇਕਾ ਲੱਭ ਜਾਂਦਾ ਨਾ ਸਾਧ ਸੰਗਤ ਜੀ, ਜਦੋਂ ਮਹਿਮਾਨ ਆਇਆ ਹੋਵੇ, ਕਿਉਂ ਵੀ ਪੁੱਛਣਾ ਪੈਂਦਾ ਜੀ, ਉਹ ਬੋਲੋ ਪਿਆਰੇ। ਉਹ ਜਿਹੜੀਆਂ ਚੀਜ਼ਾਂ ਸਾਨੂੰ ਜ਼ਰੂਰਤ ਪੈਂਦੀਆਂ, ਆ ਸਮੈਕ ਭੁੱਕੀ ਲੱਭ ਲੈਂਦੇ ਨਾ, ਖਾਣ ਪੀਣ ਵਾਲੇ ਮਿੰਟੋ ਮਿੰਟੀ ਘਰ ਲੱਭ ਲੈਂਦੇ, ਵੇਚਣ ਵਾਲੇ ਵੀ ਲੱਭ ਲੈਂਦੇ ਆ ਵੀ ਕਿਹੜੇ ਗਾਹਕ ਆ ਸਾਡੇ, ਅਤੇ ਖਰੀਦਣ ਵਾਲੇ ਵੀ ਲੱਭ ਲੈਂਦੇ ਆ। ਜਦੋਂ ਉਹਦਾ ਮਸਲਾ ਧਰਮ ਦਾ ਪੁੱਛੀ ਜਾਣਾ, ਸਹਿਜ ਪਾਠ ਆਰੰਭ ਕਰਨਾ ਅਜੇ, ਅਤੇ ਲਾਗੇ ਦੂਜਾ ਸੀ ਉਹਨੇ ਸੁੱਖ ਨਾਲ ਉਦੋਂ ਤੱਕ 3-4 ਵਾਰੀ ਸਹਿਜ ਪਾਠ ਕਰ ਵੀ ਲਿਆ, ਇਹ ਜੇ ਪੁੱਛੀ ਜਾ ਰਿਹਾ। ਪੁੱਛੇ ਲੰਘੀ ਸਰੀ, ਕਿਤਾਬ ਬਾਰੇ ਪੁੱਛ ਲੈਣਾ, ਕਿਤਾਬਾਂ ਬਾਰੇ ਪੁੱਛੀ ਜਾਣਾ ਵੀ ਆਹ ਕਿਤਾਬ ਪਾਈ, ਹਾਂ ਪੜ੍ਹਨ ਦੀ ਕੋਸ਼ਿਸ਼ ਨਹੀਂ ਕਰਨੀ। ਪੁਛਤ ਪਥਕ ਤਹਿ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਕੇ ਜਾਈਏ। ਪੁਛਤ ਸੁਹਾਗਣ, ਸੁਹਾਗਣਾ ਕੋਲੋਂ ਜਾ ਕੇ ਪੁੱਛਦੀ ਆ, ਪਰ ਕਰਮ ਹੈ ਦੁਹਾਗਣ ਕੇ।
ਹਿਰਦੇ ਵੀ ਵਿਚਾਰ, ਹਿਰਦੇ 'ਚ ਤਾਂ ਵਿਚਾਰ ਆ, ਕਾਹ ਤੋਂ ਸੇਜਾ ਬੁਲਾਈਏ। ਕਹਿੰਦੇ ਪੁਸ਼ਤ ਵੈਦ ਖਾਦ ਔਖਦ ਨਾ ਸੰਜਮ ਸੈ। ਵੈਦਾਂ ਕੋਲੋਂ ਪੁੱਛੀ ਜਾਂਦਾ, ਡਾਕਟਰ ਸਾਹਿਬ ਰੋਗ ਆ, ਉਹ ਦੱਸੀ ਜਾਂਦੇ ਆ, ਉਹ ਪੂਰਾ ਆਪਣਾ ਸਿਰ ਖਪਾਈ ਜਾਂਦੇ ਆ, ਪਰ ਸੰਜਮ ਨਹੀਂ ਰੱਖਦਾ। ਸੰਜਮ ਸੈ ਕੈਸੇ ਮਿੱਟੇ ਰੋਗ ਸੁੱਖ ਸਹਿਜ ਸਮਾਈਏ। ਇਸੇ ਤਰ੍ਹਾਂ ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ। ਅੱਖਾਂ ਮੀਟ ਮੀਟ ਕੇ ਪੜ੍ਹਦਾ ਬੜਾ, ਕਈ ਕਹਿੰਦੇ ਬੱਲੇ ਬੱਲੇ ਪਾਠੀ, ਜਦੋਂ ਪਾਠ ਕਰਦਾ ਨਾ ਭਾਈ ਰਾਹ ਜਾਂਦੇ, ਰਾਹ ਹੀ ਖਲੋ ਜਾਂਦੇ ਆ। ਤੋ ਦੂਜਾ ਲਾ ਕੇ ਉਹ ਬੋਲਦਾ, ਪਤਾ ਲੱਗਾ ਆਉਂਦੇ ਇਹ ਵਡਭਾਗ ਸਿੰਘ ਦੀਆਂ ਚੌਂਕੀਆਂ ਭਰਨ ਵੀ ਜਾਂਦਾ ਉਹਦਾ ਵੀ, ਉਹ ਤਾਂ ਪੱਕਾ ਜਾਂਦਾ ਵਾ, ਪਰ ਜਦੋਂ ਬਾਣੀ ਪੜ੍ਹਦਾ ਨਾ ਭਾਈ ਰਾਹ ਹੀ ਖਲੋ ਜਾਂਦੇ ਇੱਕ ਵਾਰੀ। ਹੁਣ ਗੱਲ ਇਹ ਵੀ ਭਾਈ ਪਾਰੋ ਵੀ ਬਾਣੀ ਪੜ੍ਹਦਾ ਸੀ, ਜਿਹਨੂੰ ਪਰਮਹੰਸ ਦਾ ਖਿਤਾਬ ਗੁਰੂ ਅਮਰਦਾਸ ਵੱਲੋਂ ਮਿਲਿਆ ਸੀ, ਪਰ ਐਸਾ ਨਹੀਂ ਵੀ ਉਹ ਬਾਣੀ ਪੜ੍ਹਦਾ ਵੀ ਕਿਤੇ ਹੋਰ ਵੀ ਜਾਂਦਾ ਸੀ। ਸਾਡੇ ਹੈਗੇ ਨੇ ਇੱਦਾਂ ਦੇ, ਹੈ ਨੇ, ਪਰ ਗੱਲ ਫਿਰ ਉੱਥੇ ਆਉਂਦੀ ਆ ਜਦੋਂ ਅਸੀਂ ਇਸ ਬੰਨੇ ਤੁਰ ਪਏ, ਗੁਰੂ ਦੀ ਬਾਣੀ ਆਪ ਪੜ੍ਹਨ ਅਤੇ ਵਿਚਾਰਨ ਵਾਲੇ ਬੰਨੇ ਅਸੀਂ ਤੁਰ ਪਏ, ਪਰਿਵਾਰ ਇਸ ਬੰਨੇ ਤੁਰ ਪਏ, ਗੱਲ ਬਣ ਜਾਏਗੀ। ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ। ਅੱਖਾਂ ਮੀਟ ਮੀਟ ਕੇ ਗਾਉਣ ਨਾਲ, ਪੜ੍ਹਨ ਨਾਲ ਗੱਲ ਨਹੀਂ ਬਣਨੀ। ਗੁਰ ਉਪਦੇਸ਼ ਗਏ ਜੋ ਲਓ ਨਾ ਕਮਾਈਏ। ਜਦੋਂ ਤੱਕ ਕਮਾਉਂਦਾ ਨਹੀਂ, ਉੱਥੇ ਤੁਰਦਾ ਨਹੀਂ, ਉਦੋਂ ਤੱਕ ਤੇਰੇ ਅੱਖਾਂ ਮੀਟ ਕੇ ਗਾਉਣ ਦਾ ਸੁਣਨ ਦਾ ਕੀ ਲਾਭ ਰਹਿ ਗਿਆ, ਕੀ ਅਰਥ ਰਹਿ ਗਿਆ ਭਾਈ, ਜੇ ਤੂੰ ਉਸ ਬੰਨੇ ਤੁਰਦਾ ਨਹੀਂ। ਇਸ ਕਰਕੇ ਸਖੀ ਸਹੇਲੀ ਕੌ ਸਮਝਾਵੈ, ਸੋਈ ਕਮਾਵੈ ਜੋ ਪ੍ਰਭ ਭਾਵੈ। ਉਹ ਕਮਾਈ ਕਰੀ, ਉਹ ਕੰਮ ਕਰੀ ਜਿਹੜਾ ਮਾਲਕ ਨੂੰ ਚੰਗਾ ਲੱਗੇ। ਸਾ ਸੁਹਾਗਣ, ਉਹ ਹੈ ਅਸਲ ਚ ਸੁਹਾਗਣ, ਅੰਕ ਸਮਾਵੈ, ਉਹ ਮਾਲਕ ਵਿੱਚ ਸਮਾ ਜਾਂਦੀ ਆ, ਇੱਕ ਮਿਕ ਹੋ ਜਾਂਦੀ ਉਹ ਜੀਵ ਇਸਤਰੀ ਦੂਜੇ ਬੰਨੇ। ਹੁਣ ਤੀਜਾ ਪਾਤਰ ਆ ਗਿਆ, ਗਰਭ ਗਹੇਲੀ ਮੈਲ ਨਾ ਪਾਵੇ। ਗਰਭ ਹੰਕਾਰ, ਗਹੇਲੀ ਫਸੀ ਹੋਈ, ਹੰਕਾਰ ਚ ਫਸੀ ਹੋਈ, ਹੰਕਾਰ ਵਿੱਚ ਫਸਿਆ ਹੋਇਆ ਬੰਦਾ ਨਹੀਂ ਸੱਚ ਪ੍ਰਾਪਤ ਕਰ ਸਕਦਾ। ਗਰਭ ਗਹੇਲੀ ਮੈਲ ਨਾ ਪਾਵੇ ਫਿਰ ਪਛਤਾਵੇ, ਫਿਰ ਜ਼ਿੰਦਗੀ ਚ ਪਛਤਾਵਾ ਰਹਿ ਗਿਆ ਪੱਲੇ। ਜਬ ਰੈਣ ਬਿਹਾਵੇ, ਰੈਣ ਸਾਰੀ ਜ਼ਿੰਦਗੀ ਨੂੰ ਰਾਤ ਆਖਿਆ ਚ ਬਾਣੀ, ਸਾਰੀ ਜ਼ਿੰਦਗੀ ਨੂੰ ਰਾਤ ਆ, ਸਾਰੀ ਜ਼ਿੰਦਗੀ ਰਾਤ ਹੈ ਪਿਆਰਿਓ। ਇੱਥੇ ਜ਼ਿੰਦਗੀ ਦੀ ਰਾਤ ਕਿਸੇ ਦੀ 20 ਸਾਲ ਦੀ, ਕਿਸੇ ਦੀ 30 ਸਾਲ ਦੀ, ਕਿਸੇ ਦੀ 40 ਸਾਲ ਦੀ, ਕਿਸੇ ਦੀ 50 ਸਾਲ ਦੀ, ਮਗਰ ਜਬ ਰਹਿਣ ਵਿਹਾਵਾ ਫਿਰ ਪਛਤਾਵਾ। ਜਦੋਂ ਜ਼ਿੰਦਗੀ ਦੀ ਰਾਤ ਲੰਘ ਗਈ, ਪਛਤਾਵਾ ਪੱਲੇ ਰਹਿ ਗਿਆ, ਪਛਤਾਵਾ। ਗਰਭ ਗਹੇਲੀ ਮੈਲ ਨਾ ਪਾਵੇ ਫਿਰ ਪਛਤਾਵੇ, ਜਬ ਰਹਿਣ ਬਹਾਵੇ। ਕਰਮਹੀਣ, ਕਰਮਹੀਣ ਦਾ ਅਰਥ ਹੈ ਮੰਦੇ ਕਰਮਾਂ ਵਾਲੀ। ਚੰਗੇ ਕੰਮਾਂ ਤੋਂ ਸੱਖਣੀ ਜੀਵ ਇਸਤਰੀ, ਚੰਗੇ ਕੰਮਾਂ ਤੋਂ ਸੱਖਣਾ ਜੀਵ, ਗਰਭ ਗਹੇਲੀ ਮੈਲ ਨਾ ਪਾਵੇ ਫਿਰ ਪਛਤਾਵੇ, ਜਬ ਰਹਿਣ ਬਿਹਾਵੇ। ਕਰਮਹੀਣ ਮਨ ਮੁਖ ਦੁੱਖ ਪਾਵੇ। ਦੁੱਖ ਕਿਤਿਓਂ ਬਾਹਰੋਂ ਨਹੀਂ ਆਉਂਦਾ, ਮਹਾਰਾਜ ਦੀ ਬਾਣੀ ਕਹਿੰਦੀ ਆ, ਤੁਹਾਡੇ ਆਪਣੇ ਮਨ ਦੇ ਮਾੜੇ ਕਰਮਾਂ ਵਿੱਚੋਂ ਦੁੱਖ ਜਨਮ ਲੈਂਦੇ ਨੇ। ਜਦੋਂ ਅਸੀਂ ਕਰਮ ਮਾੜੇ ਕਰਦੇ ਹਾਂ, ਉੱਥੋਂ ਦੁੱਖ ਜਨਮ ਲੈਂਦਾ। ਕਰਮ ਦੁੱਖ ਕਿਤੇ ਅਸੀਂ ਨਾਲ ਲੈ ਕੇ ਥੋੜ੍ਹਾ ਜੰਮੇ ਹਾਂ, ਜੋ ਜੋ ਅਸੀਂ ਕਰਮ ਕਰ, ਜਦੋਂ ਬਾਣੀ ਲਿਖਿਆ ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ, ਜਿਨ ਕੀਤਾ ਤਿਸੇ ਨਾ ਜਾਣੀ ਫਿਰ ਫਰਿਆਵਾ ਜਾਏ। ਬਸ ਜਿਸ ਮਾਲਕ ਨੇ ਪੈਦਾ ਕੀਤਾ ਹੈ ਨਾ, ਉਸ ਮਾਲਕ ਨੂੰ ਭੁਲਾ ਦੇਣਾ, ਇਹ ਤੇਰੇ ਫਸਣ ਦਾ ਸਭ ਤੋਂ ਵੱਡਾ ਕਾਰਨ ਬਣਿਆ। ਗਰਭ ਗਹੇਲੀ ਮੈਲ ਨਾ ਪਾਵੇ ਫਿਰ ਪਛਤਾਵੇ, ਜਬ ਰਹਿਣ ਬਿਹਾਵੇ।
ਕਰਮਹੀਣ ਚੰਗੇ ਕੰਮਣਾ ਤੋਂ ਸੱਖਣੀ ਜੀਵ ਇਸਤਰੀ, ਚੰਗੇ ਕੰਮਾਂ ਤੋਂ ਸੱਖਣਾ ਮਨੁੱਖ, ਕਰਮਹੀਣ ਮਨਮੁਖ ਦੁੱਖ ਪਾਵੇ ਬਿਨੋ ਕਰੀ। ਅੱਗੇ ਮਹਾਰਾਜ ਕਹਿੰਦੇ ਨੇ, ਕਹਿੰਦੇ ਮੈਂ ਬੇਨਤੀ ਤੇ ਤਾਂ ਕਰਾਂ, ਧਿਆਨ ਨਾਲ ਸੁਣਿਓ, ਬਿਨੋ ਕਰੀ, ਬਿਨੋ ਦਾ ਅਰਥ ਹੈ ਬੇਨਤੀ, ਕਰੀ ਜੇ ਜਾਣਾ ਦੂਰ। ਕਹਿੰਦੇ ਮੈਂ ਅਰਦਾਸ ਤਾਂ ਕਰਾਂ ਵਿਖਾਵੇ ਤੌਰ ਤੇ ਮਾਲਕ ਅੱਗੇ, ਜੇ ਮੈਂ ਉਹਨੂੰ ਕਿਤੇ ਦੂਰ ਸਮਝਾਂ, ਤੇ ਜੇ ਉਹਨੂੰ ਇਹ ਸਮਝਾਂ ਰੱਬ ਮੇਰੇ ਤੋਂ ਬਹੁਤ ਦੂਰ ਰਹਿੰਦਾ, ਬਿਨੋ ਕਰੀ ਜੇ ਜਾਣਾ ਦੂਰ। ਕਹਿੰਦੇ ਮੈਂ ਵਿਖਾਵੇ ਮਾਤਰ ਉਹਦੇ ਅੱਗੇ ਅਰਜੋਈ ਅਰਦਾਸ ਤੇ ਤਾਂ ਕਰਾਂ ਜੇ ਮੈਂ ਉਹਨੂੰ ਆਪਣੇ ਤੋਂ ਕਿਤੇ ਦੂਰ ਵੱਸਦਾ ਹੋਇਆ ਜਾਣਾ। ਜਦੋਂ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਉਹ ਤੇ ਮੇਰੇ ਅੰਦਰ ਬੈਠਾ ਹੈ, ਉਹ ਤਾਂ ਮੇਰੇ ਨਾਲ ਵੱਸਦਾ ਹੈ, ਉਹ ਤੇ ਮੇਰੇ ਹਮੇਸ਼ਾ ਕੋਲ ਹੈ। ਕਹਿੰਦੇ ਫਿਰ ਮੈਂ ਵਿਖਾਵੇ ਲਈ ਉੱਚੀ ਉੱਚੀ ਕੂ ਕੂ ਕੇ ਅਰਦਾਸਾਂ ਕਿਹਦੇ ਅੱਗੇ ਕਰਾਂ, ਬਿਨੋ ਕਰੀ। ਧਿਆਨ ਨਾਲ ਸੁਣਿਓ, 737 ਅੰਕ ਤੇ ਸ਼ਬਦ ਹੈ, ਕੋਸ਼ਿਸ਼ ਕਰਿਓ ਆਪਣੇ ਘਰ ਇਹਨੂੰ ਇੱਕ ਵਾਰੀ ਜਾ ਕੇ ਜ਼ਰੂਰ ਪੜਿਓ, ਤਾਂ ਹੀ ਵਿਚਾਰ ਸਮਝ ਆਏਗੀ ਨਾ ਵੀ ਮਹਾਰਾਜ ਦੀ ਬਾਣੀ ਕਹਿੰਦੀ ਕੀ ਹੈ। ਬਿਨੋ ਕਰੀ, ਬਿਨੋ ਦਾ ਅਰਥ ਹੈ ਬੇਨਤੀ, ਅਰਦਾਸ, ਅਰਜੋਈ, ਕਰੀ ਜੇ ਜਾਣਾ ਦੂਰ। ਐਸਾ ਨਹੀਂ ਵੀ ਅਰਦਾਸ ਨਹੀਂ ਕਰਨੀ। ਕਹਿੰਦੇ ਮੈਂ ਵਿਖਾਵੇ ਮਾਤਰ ਉਹਦੀ ਅੱਗੇ ਅਰਜੋਈ ਤੇ ਤਾਂ ਕਰਾਂ ਜੇ ਉਹਨੂੰ ਮੈਂ ਆਪਣੇ ਤੋਂ ਵੱਸਦਾ ਦੂਰ ਜਾਣਾ। ਤੇ ਜਦੋਂ ਮੈਨੂੰ ਇਹ ਪਹਿਲਾਂ ਪਤਾ ਲੱਗ ਗਿਆ ਮਾਲਕ ਤਾਂ ਮੇਰੇ ਅੰਦਰ ਬੈਠਾ, ਉਹ ਮੇਰੇ ਅੰਦਰ ਹੈ, ਮੇਰੇ ਨਾਂ ਨਾਲ ਬੈਠਾ। ਤੇ ਜੇ ਇਹਨਾਂ ਗੱਲਾਂ ਦੀ ਸਮਝ ਲੱਗ ਜਾਏ ਨਾ, ਆਹ ਜਿਹੜੀਆਂ ਅਰਦਾਸਾਂ ਵਿੱਚ ਲਿਸਟਾਂ ਪੜ੍ਹੀਆਂ ਜਾਂਦੀਆਂ ਨੇ ਨਾ, ਇਹਨਾਂ 'ਤੇ ਵੀ ਕੰਟਰੋਲ ਹੋ ਸਕਦਾ। ਆਹ ਜਿਹੜੇ ਬੰਦਿਆਂ ਦੇ ਨਾਂ ਬੋਲੇ ਜਾਂਦੇ ਆ ਵੀ ਇਹਨੇ ਇੰਨੇ ਦਿੱਤੇ ਨੇ, ਇਹਨੇ ਆਹ ਦੇ ਦਿੱਤਾ, ਇਹਨੇ ਉਹ ਦੇ ਦਿੱਤਾ। ਹਾਂ, ਇੱਕ ਇੱਕ ਗੱਲ ਤਾਂ ਇਹਦਾ ਇੱਕ ਪਲੱਸ ਪੁਆਇੰਟ 'ਤੇ ਹੁੰਦਾ ਵੀ ਗੁਰਦੁਆਰੇ ਵੀ ਤਾਂ ਮਾਇਆ ਨਾਲ ਚੱਲਦੇ ਆ। ਇਹ ਹੋ ਸਕਦਾ ਵੀ ਦੂਜੇ ਦਾ ਉਤਸ਼ਾਹ ਬਣੇ ਵੀ ਉਹ ਵੀ ਉਹਦੇ ਵੱਲ ਵੇਖ ਕੇ ਸੇਵਾ ਕਰੇ, ਪਰ ਇਹ ਕੰਮ ਵਾਸਤੇ ਕੀਤਾ ਨਹੀਂ ਜਾਂਦਾ, ਇਹ ਤਾਂ ਵਿਖਾਵਾ ਕੀਤਾ ਜਾਂਦਾ। ਇਹ ਤਾਂ ਉੱਦਾਂ ਹੋ ਸਕਦਾ, ਲਿਸਟਾਂ ਪੜ੍ਹੀਆਂ ਜਾ ਸਕਦੀਆਂ ਗੁਰਦੁਆਰੇ ਦੇ ਵਿੱਚ ਵੀ ਭਾਈ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ, ਜੇ ਕਿਸੇ ਨੇ ਕੋਈ ਸੇਵਾ ਲੈਣੀ ਹੋਵੇ ਤਾਂ ਲੈ ਸਕਦਾ। ਪਰ ਕਈ ਵਾਰੀ ਇੰਝ ਹੁੰਦਾ ਸੰਗਤਾਂ ਦਾ ਜਿਹੜਾ ਕੀਮਤੀ ਸਮਾਂ ਨਾ, ਜਿਹੜਾ ਉਹਨਾਂ ਨੇ ਕੋਈ ਸ਼ਬਦ ਨੂੰ ਸਿੱਖਣਾ, ਕੋਈ ਵਿਚਾਰ ਗ੍ਰਹਿਣ ਕਰਨੀਆਂ, ਉਹ ਅਸੀਂ ਲਿਸਟਾਂ ਪੜ੍ਹਨ 'ਤੇ ਲਾ ਦਿੰਦੇ ਹਾਂ ਵੀ ਇਹਨੇ ਆਹ ਕੀਤਾ, ਇਹਨੇ ਉਹ ਕੀਤਾ, ਇਹ ਇੰਨੇ ਪੈਸੇ ਲੈ ਕੇ ਆਇਆ, ਇਹਨੇ ਇੰਨੇ ਦੇ ਦਿੱਤੇ ਆ, ਆਹ 15 ਦੇ ਦਿੱਤੇ ਆ। ਮੈਨੂੰ ਲੱਗਦਾ ਕਿ ਜਿਹੜੀ ਸਾਡੀ ਅਰਦਾਸ ਆ ਉਹ ਘੱਟ ਟਾਈਮ ਦੀ ਹੁੰਦੀ ਆ, ਅਤੇ ਜਿਹੜੀਆਂ ਅਸੀਂ ਅੱਗੇ ਲਿਸਟਾਂ ਪੜ੍ਹਦੇ ਹਾਂ ਉਹ ਕਈ ਵਾਰੀ ਸਾਡੀ ਜ਼ਿਆਦਾ ਸਮਾਂ ਲੈ ਜਾਂਦੀਆਂ। ਅਤੇ ਇਹਨਾਂ 'ਤੇ ਕੰਟਰੋਲ ਵੀ ਉਹ ਹੀ ਕਰ ਸਕਦੇ ਆ ਜਿਹੜੇ ਇਹ ਕੰਮ ਕਰਨ ਆਉਂਦੇ, ਉਹ ਕਹਿਣ ਭਾਈ ਕਿਸੇ ਨਾਂ ਦੀ ਜ਼ਰੂਰਤ ਨਹੀਂ ਸਾਨੂੰ ਵੀ ਕੋਈ ਕਿਤੇ ਨਾਂ ਬੋਲਿਓ ਸਾਡਾ, ਨਾ 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 ਨਾਂ ਦੀ ਜ਼ਰੂਰਤ ਨਹੀਂ ਆ, ਸਾਡੀ ਸਮਰੱਥਾ ਹੈ ਭਾਈ ਅਸੀਂ ਪੈਸੇ ਦੇ ਤੇ ਇਹਨੂੰ ਤੁਸੀਂ ਲੰਗਰ ਵਿੱਚ ਪਾ ਦਿਓ, ਆਹ ਚੀਜ਼ ਲੈ ਦਿਓ, ਅਸੀਂ ਪੱਖਾ ਲਿਆ ਕੇ ਦਿੱਤਾ ਹੈ, ਕੋਈ ਕੂਲਰ ਲਿਆ ਕੇ ਦਿੱਤਾ ਹੈ, ਭਾਈ ਨਾਂ ਬੋਲਣ ਦੀ ਜ਼ਰੂਰਤ ਨਹੀਂ। ਪਰ ਸਾਡੀ ਤਾਂ ਸੋਚ ਇਹ ਬਣ ਚੁੱਕੀ, ਅਸੀਂ ਤਾਂ ਦੇਗ ਆਪੇ ਹੀ ਤਿਆਰ ਕਰਦੇ ਹਾਂ ਸੰਗਰਾਂਦ ਵਾਲੇ ਦਿਨ, ਆਪੇ ਮਾਇਆ ਦਿੰਦੇ ਹਾਂ ਅਤੇ ਆਪੇ ਦੇ ਕੇ ਨਾ ਮੁੜ ਕੇ ਪਹਿਲਾਂ ਜਮ੍ਹਾਂ ਕਰਾ ਜਾਣੀ ਆ, ਫਿਰ ਜਦੋਂ ਅਨਾਊਂਸਮੈਂਟ ਕਰਦਾ ਨਾ ਗ੍ਰੰਥੀ, ਫਿਰ ਕੰਨ ਲਾ ਕੇ ਸੁਣਦੇ ਮੇਰਾ ਨਾਂ ਤਾਂ ਜੇ ਆਇਆ ਹੀ ਨਹੀਂ, ਉਹ ਆਪਣਾ ਨਾਂ ਸੁਣਦੇ ਅਨਾਊਂਸਮੈਂਟ ਵਿੱਚ ਵੀ ਮੇਰਾ ਨਾਂ ਕਦੋਂ ਕਹਾਉਂਦਾ, ਵੀ ਮੈਂ 101 ਦੇ ਕੇ ਆਇਆ, ਮੈਂ 200 ਦੇ ਕੇ ਆਇਆ, ਮੈਂ 400 ਦੇ ਕੇ ਆਇਆ। ਅਸੀਂ ਤਾਂ ਅਰਦਾਸਾਂ ਵੀ ਸੁਣਾ ਸੁਣਾ ਕੇ ਕਰਦੇ ਹਾਂ, ਕਈ ਰੱਬ ਦੇ ਨਾਂ 'ਤੇ ਉੱਚੀ ਉੱਚੀ ਕੂਕਦੇ ਆ ਕਿ ਕਿੰਨੀ ਉੱਚੀ ਉੱਚੀ ਬੋਲਦੇ ਆ। ਹੁਣ ਬਾਣੀ ਤਾਂ ਇਹ ਵੀ ਕਹਿੰਦੀ ਆ ਵੀ ਮਾਲਕ ਕਿਤੇ ਬਹਿਰਾ ਥੋੜ੍ਹਾ, ਵੀ ਜਾ ਕਾਰਨ ਤੂੰ ਬਾਂਗ ਦੇ। ਬਾਬਾ ਕਬੀਰ ਜੀ ਕਹਿੰਦੇ ਜਿਹਦੇ ਵਾਸਤੇ ਉੱਚੀ ਉੱਚੀ ਬਾਂਗਾਂ ਦੇਈ ਜਾਂਦਾ, ਮੁਸਲਮਾਨ ਮੇਰੇ ਭਰਾ, ਉਹ ਅੱਲਾ ਤੇਰੇ ਅੰਦਰ ਬੈਠਾ ਹੈ। ਜਿਸ ਅੱਲਾ ਵਾਸਤੇ ਉੱਚੀ ਉੱਚੀ ਤੂੰ ਕੂਕ ਰਿਹਾ ਉਹ ਤਾਂ ਤੇਰੇ ਅੰਦਰ ਬੈਠਾ ਹੈ, ਸਾਈਂ ਨਾ ਬਹਿਰਾ ਹੋਏ, ਉਹ ਸਾਈਂ ਕਿਤੇ ਬਹਿਰਾ ਥੋੜ੍ਹਾ। ਹੁਣ ਤਾਂ ਇੱਦਾਂ ਹੁੰਦਾ ਵੀ ਜਿਵੇਂ ਪਿਓ ਲਾਗੇ ਬੈਠਾ ਹੋਵੇ, ਉੱਚੀ ਉੱਚੀ ਆਵਾਜ਼ਾਂ ਮਾਰੀ ਜਾਵਾਂ, ਅਤੇ ਉਹ ਪਾਪਾ ਅੱਗੇ ਗੁੱਸੇ 'ਚ ਪਵੇਗਾ ਹੀ ਨਾ ਵੀ ਭਾਈ ਮੈਂ ਤਾਂ ਤੇਰੇ ਕੋਲ ਬੈਠਾ, ਐਡੀ ਉੱਚੀ ਉੱਚੀ ਕੋ ਕੂਕਦਾ ਮੈਂ ਕਿਤੇ ਬਹਿਰਾ ਵਾਂ। ਕਿਉਂ ਸਾਧ ਸੰਗਤ ਜੀ, ਸਾਡੇ ਤਾਂ ਸਪੀਕਰ ਫਾਟ ਜਾਂਦੇ, ਕਈ ਵਾਰੀ ਮੈਕ ਪਾਟਣ ਵਾਲੇ ਹੋ ਜਾਂਦੇ ਆ, ਨਿਆਣੇ ਡਰ ਜਾਂਦੇ। ਜੇ ਗਾਇਕਾਂ ਨੇ ਨਿਆਣੇ ਡਰਾਏ ਆ ਨਾ,
ਘੱਟ ਆਪਾਂ ਵੀ ਗੁਜ਼ਾਰੀ ਕੋਈ ਨੀ, ਜ਼ੋਰ ਜ਼ੋਰ ਨਾਲ, ਏਡੀ ਏਡੀ ਜ਼ੋਰ ਨਾਲ ਵਾਹਗਾ ਛੱਡਣਾ, ਅਗਲਾ ਉਹ ਡਰ ਜਾਂਦਾ ਵੀ ਹੱਦ ਹੋ ਗਈ, ਮੈਕ ਪਾੜ ਦਿੱਤੇ, ਕੀਮਤੀ ਮੈਕ ਪਾੜ ਦਿੱਤੇ, ਕੀਮਤੀ ਸਪੀਕਰ ਜਿਹੜੇ ਆ ਉਹ ਦਫਾੜ ਕਰਤੇ ਸੀ, ਇੰਨੀ ਇੰਨੀ ਜ਼ੋਰ ਨਾਲ, ਕਹਿੰਦੀ ਸਟੇਜਾਂ ਡਿੱਗਣ ਵਾਲੇ ਹੋ ਜਾਂਦੇ, ਇੰਨੀ ਜ਼ੋਰ ਨਾਲ ਤਬਲਾ ਵੱਜਦਾ, ਇੰਨੀ ਜ਼ੋਰ ਨਾਲ ਤਬਲਾ ਵੱਜਦਾ, ਇੰਨੀ ਜ਼ੋਰ ਨਾਲ ਏਦਾਂ ਦੀ, ਜਿੱਥੇ ਆਣ ਕੇ ਅਸੀਂ ਸ਼ਾਂਤੀ ਸਿੱਖਣੀ ਸੀ ਨਾ ਵੀ ਹਰਕਾ ਬਲੋਵਣਾ ਬਲੋਵ ਮੇਰੇ ਭਾਈ, ਸਹਿਜ ਬਲੋਵ ਜੈਸੇ ਤਤ ਨਾ ਜਾਈ, ਹੁਣ ਦਹੀਂ ਰਿੜਕਦੇ ਹਾਂ ਜਦੋਂ ਅਤੇ ਮਧਾਣੀ ਵਿੱਚ ਪਾਈ ਜਾਂਦੀ ਆ, ਅਤੇ ਇੰਨੀ ਸਿਆਣਪ ਨਾਲ ਦਹੀਂ ਰਿੜਕਿਆ ਜਾਂਦਾ ਵੀ ਬਾਹਰ ਨਾ ਚਾਟੀ ਚੁੱਟ ਕੇ, ਐਂ ਪਿਆਰ ਨਾ ਵੀ ਇਹ ਮੱਖਣ ਦਾ ਪੇੜਾ ਉੱਤੇ ਆ ਜਾਏ 10-15 ਮਿੰਟਾਂ ਬਾਅਦ, ਹੁਣ ਕਿਸੇ ਕਚੱਜੇ ਬੰਦੇ ਨੂੰ ਰਿੜਕਣ ਲਾ ਦਿਓ ਵੀ ਜਿਹਨੇ ਕਦੀ ਰਿੜਕੇ ਨਾ, ਇੰਨੀ ਜ਼ੋਰ ਜ਼ੋਰ ਨਾਲੇ ਦੇ ਚਾਟੀ ਦਾ ਚੁੱਕ ਕੇ ਦਹੀਂ ਬਾਹਰ ਮਾਰੂ, ਉਹਦਾ ਦਹੀਂ ਦੇ ਨਾਲ ਨਾਲ ਚਾਟੀ ਵੀ ਤੋੜ ਦੇ, ਕਿਉਂ ਸਾਹਸ ਜੀ ਲੱਗਦਾ ਨਹੀਂ ਅੱਜ ਸਿੱਖੀ ਦੀਆਂ ਚਾਟੀਆਂ ਤੋੜੀਆਂ ਜਾ ਰਹੀਆਂ, ਦਹੀਂ ਦੇ ਵਿੱਚ ਹੁੰਦਾ ਹੀ ਨਹੀਂ, ਉੱਦਾਂ ਹੀ ਪਾਣੀ ਪਾ ਕੇ ਜ਼ੋਰ ਜ਼ੋਰ ਨਾਲ ਇੰਨੀ ਇੰਨੀ ਜ਼ੋਰ ਨਾਲ ਕੂਕਿਆ ਜਾ ਰਿਹਾ, ਸੱਚ ਲੱਭਦਾ ਨਹੀਂ, ਸੱਚ ਦੀ ਵਿਚਾਰ ਵਿੱਚੋਂ ਲੱਭਦੀ ਨਹੀਂ, ਦੂਰ ਚਲੇ ਗਏ ਅਸੀਂ। ਹੁਣ ਬਾਣੀ ਜਿਹੜੀ ਇਹ ਕੇਵਲ ਮੁਸਲਮਾਨ ਭਰਾ ਵਾਸਤੇ ਨਹੀਂ ਵੀ ਉਹ ਅੱਲਾ ਤੇਰੇ ਅੰਦਰ ਬੈਠਾ ਸਾਈਂ ਨਾ ਬਹਿਰਾ ਹੋਏ, ਇਹ ਸਿੱਖਾ ਤੇਰੇ ਲਈ ਵੀ ਆ ਵੀ ਉੱਚੀ ਉੱਚੀ ਕੂਕ ਨਾ, ਉੱਚੀ ਉੱਚੀ ਰੌਲਾ ਨਾ ਪਾ, ਰੱਬ ਉੱਚੀ ਬੋਲਣ ਦਾ ਵਿਸ਼ਾ ਨਹੀਂ, ਰੱਬ ਸਮਝਣ ਦਾ ਵਿਸ਼ਾ ਹੈ, ਧਿਆਨ ਨਾਲ ਸੁਣੇ ਫਿਰ ਬੋਲਾ, ਰੱਬ ਉੱਚੀ ਬੋਲਣ ਦਾ ਵਿਸ਼ਾ ਨਹੀਂ, ਰੱਬ ਸਮਝਣ ਦਾ ਵਿਸ਼ਾ। ਉੱਚੀ ਬੋਲਣ ਵਾਲੇ ਆ ਮਾਂ ਚ ਦੱਸੇ ਉਹ ਡੇਰਿਆਂ ਤੋਂ ਰੋਟੀ ਖਾਂਦੀ ਫਿਰਦੀ ਹੈ, ਉੱਚੀ ਬੋਲਣ ਵਾਲੇ ਆ ਉਹ ਭੈਣਾਂ ਕੋਲ ਰੋਟੀ ਖਾਂਦੀ ਫਿਰਦੀ ਹੈ, ਉਹ ਕਦੀ ਫਲਾਣੇ ਰਿਸ਼ਤੇਦਾਰ ਕੋਲ ਰਾਤ ਰਹਿ ਕੇ ਆਉਂਦੀ ਆ, ਕਦੀ ਫਲਾਣੇ ਥਾਂ ਤੇ ਬਾਪੂ ਰੋਟੀ ਖਾ ਕੇ ਆਉਂਦਾ, ਤੇ ਤੇਰਾ ਉੱਚੀ ਉੱਚੀ ਕੁੱਕਣਾ ਕਿਸ ਅਰਥ ਰਹਿ ਗਿਆ ਜੀ, ਤੈਨੂੰ ਰੱਬ ਦਾ ਤੇ ਪਤਾ ਨਹੀਂ ਰੱਬ ਰਹਿੰਦਾ ਕਿੱਥੇ ਹੈ। ਰੱਬ ਉੱਚੀ ਬੋਲਣ ਦਾ ਵਿਸ਼ਾ ਨਹੀਂ, ਪਰਮੇਸ਼ਰ ਸਮਝਣ ਦਾ ਵਿਸ਼ਾ, ਉਹ ਤੇਰੇ ਅੰਦਰ ਬੈਠਾ। ਗੁਰਮੇਰੇ ਸੰਗ ਸਦਾ ਹੈ ਨਾਲੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਨ ਬਿਨੋ ਕਰੀ ਜੇ ਜਾਣਾ ਦੂਰ, ਬਿਨੋ ਬੇਨਤੀ ਤੇ ਮੈਂ ਤਾਂ ਕਰਾਂ ਜੇ ਮੈਂ ਰੱਬ ਨੂੰ ਦੂਰ ਸਮਝਾਂ, ਤੇ ਪ੍ਰਭ ਅਬਿਨਾਸ਼ੀ ਰਹਿਆ ਭਰਪੂਰ, ਉਹ ਰੱਬ ਅਬਿਨਾਸ਼ੀ ਨਾਸ਼ਵੰਤ ਜਿਹੜਾ ਜੰਮਣ ਮਰਨ ਤੋਂ ਰਹਿ ਤੇ ਉਹ ਰਹਿਆ ਭਰਪੂਰ, ਰੱਬ ਤਾਂ ਸਾਰਿਆਂ ਵਿੱਚ ਵਿਆਪਕ ਹੈ, ਕਈ ਏਡੇ ਭੋਲੇ ਕਈ ਆਣ ਕੇ ਕਹਿਣਗੇ ਅਰਦਾਸ ਕਿਤੇ ਉਹਨੂੰ ਮੂੰਹ ਕਰਕੇ ਕਰੀਏ ਜੀ, ਧਿਆਨ ਨਾਲ ਸੁਣਿਓ, ਜੇ ਤੇ ਮਹਾਰਾਜ ਦਾ ਪ੍ਰਕਾਸ਼ ਹੈ, ਹੁਣ ਸੁਭਾਵਕ ਹੈ ਇੱਥੇ ਮਹਾਰਾਜ ਦਾ ਪ੍ਰਕਾਸ਼ ਹੈ, ਅਸੀਂ ਅਰਦਾਸ ਮਹਾਰਾਜ ਵੱਲ ਮੁੱਖ ਕਰਕੇ ਕਰਾਂਗੇ, ਪਰ ਅਰਦਾਸ ਸਾਡੀ ਫਿਰ ਵੀ ਅਕਾਲ ਪੁਰਖ ਦੀ ਅੱਗੇ ਹੁੰਦੀ ਹੈ, ਗੁਰੂ ਰਾਹੀਂ ਅਰਦਾਸ ਸਾਡੀ ਅਕਾਲ ਪੁਰਖ ਅੱਗੇ ਹੁੰਦੀ। ਹੁਣ ਜਿੱਥੇ ਮਹਾਰਾਜ ਸਰੂਪ ਨਾ ਹੋਵੇ ਉੱਥੇ ਅਰਦਾਸ ਕਿਹਦੇ ਅੱਗੇ ਕਰਨੀ, ਜਦੋਂ ਨੂੰ ਮਰਜ਼ੀ ਮੂੰਹ ਕਰੋ, ਕੋਈ ਵਹਿਮ ਨਹੀਂ। ਅੱਛਾ ਚੜ੍ਹਦੇ ਵੱਲ ਨਾ ਕਰੀਏ ਜੀ, ਵੇਖੋ ਕੋਈ ਚੜ੍ਹਦਾ ਲੱਭਦਾ ਫਿਰਦਾ, ਕੋਈ ਲਹਿੰਦਾ ਲੱਭਦਾ ਫਿਰਦਾ, ਕੋਈ ਉੱਤਰ ਲੱਭਦਾ ਫਿਰਦਾ, ਕੋਈ ਦੱਖਣ ਲੱਭਦਾ ਫਿਰਦਾ, ਕਿਉਂ ਜੀ ਪਰਮੇਸ਼ਰ ਚੜ੍ਹਦੇ ਵਾਲੇ ਬੰਨੇ ਲਹਿੰਦੇ ਵਾਲੇ ਬੰਨੇ ਨਹੀਂ ਹੈਗਾ, ਅਸੀਂ ਮਾਨਸਿਕ ਤੌਰ 'ਤੇ ਬਿਮਾਰ ਹਾਂ, ਗੱਲ ਹੋਰ ਕੁਝ ਨਹੀਂ ਹੈ। ਜਿੱਧਰ ਮਰਜ਼ੀ ਕਈ ਫੋਟੋਆਂ ਅੱਗੇ ਖਲੋ ਕੇ ਅਰਦਾਸਾਂ ਕਰੀ ਜਾਂਦੇ ਨੇ, ਜਿਹੜਾ ਗੁਰੂ ਉਹਨਾਂ ਭਗਤਾਂ ਦੀ ਬਾਣੀ ਲੈ ਕੇ ਆਇਆ ਵੀ ਬੁੱਤਾਂ ਦੀ ਪੂਜਾ ਛੱਡੋ, ਅਸੀਂ ਤਾਂ ਗੁਰੂਆਂ ਦੇ ਬੁੱਤ ਬਣਾ ਧਰੇ ਭਾਈ, ਜਿਹੜੀ ਬਿਮਾਰੀ ਤੋਂ ਗੁਰੂ ਸਾਹਿਬ ਕੱਢਣ ਲਈ ਇੰਨਾ ਸਮਾਂ ਲਾ ਗਿਆ, ਅਸੀਂ ਉਹ ਫੇਰ ਉਹੋ ਹੀ ਵਹਿਮ ਅਸੀਂ ਗੁਰੂਆਂ ਨਾਲ ਜੋੜ ਕੇ ਰੱਖ ਦਿੰਦੇ ਸਰ ਕੇ ਆਓ, ਬਿਨਾਂ ਕਰੀ ਜੇ ਜਾਣਾ ਦੂਰ, ਪ੍ਰਭ ਅਬਿਨਾਸ਼ੀ ਰਹਿਆ ਭਰਪੂਰ, ਜਨ ਨਾਨਕ ਗਾਵੇ ਦੇਖ ਅਧੂਰ। ਗਾਉਂਦੇ ਸਾਰੇ ਹਾਂ ਪਰ ਵੇਖ ਕੇ ਕੋਈ ਵਿਰਲਾ ਹੀ ਗਾਉਂਦਾ, ਵੇਖਣ ਦਾ ਅਰਥ ਉਹਨੂੰ ਸਮਝ ਕੇ ਗਾਉਣਾ ਵੀ ਰੱਬ ਕੋਲ ਹੀ ਆ ਭਾਈ, ਗਾ ਤਾਂ ਸਾਰੇ ਰਹੇ ਨਾ, ਕੋਈ ਗੁਰਦੁਆਰਾ ਵੇਖ ਲਓ, ਕੋਈ ਮੰਦਰ ਵੇਖ ਲਓ, ਹਰ ਥਾਂ 'ਤੇ ਰੱਬ ਨੂੰ ਗਾਇਆ ਜਾ ਰਿਹਾ ਪਰ ਰੱਬ ਦਿਸ ਰਿਹਾ, ਸਮਝ ਕੇ ਕੋਈ ਵਿਰਲਾ ਗਾਉਂਦਾ, ਸਮਝ ਪਹਿਲਾਂ ਉਹਨੂੰ, ਉਹ ਮਾਲਕ ਵਿਆਪਕ ਹੈ ਤੇਰੇ ਅੰਦਰ ਬੈਠਾ, ਕਿਤੇ ਬਾਹਰ ਨਹੀਂ। ਇੱਕ ਵਾਰ ਸਾਰੇ ਪੜ੍ਹੋ ਫਿਰ ਸਮਾਪਤੀ ਹੈ। ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ,
ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਗੁਰਮਤੀ ਰੰਗ ਮਾਣ, ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਸਤਸੰਗ ਜੀ ਬਾਹਰ ਧਾਰਮਿਕ ਕਿਤਾਬਾਂ ਦਾ ਸਟਾਲ ਲੱਗਾ ਹੈ, ਜਾਣ ਲੱਗਿਆਂ ਕੋਸ਼ਿਸ਼ ਕਰਿਓ ਕੋਈ ਇੱਕ ਅੱਧੀ ਕਿਤਾਬ ਆਪਣੇ ਘਰ ਵਿੱਚ ਪੜ੍ਹਨ ਵਾਸਤੇ। ਵੈਸੇ ਤਾਂ ਸਾਡੇ ਘਰਾਂ 'ਚ ਲਾਇਬ੍ਰੇਰੀਆਂ ਚਾਹੀਦੀਆਂ ਨੇ, ਸਾਨੂੰ ਪੜ੍ਹਨ ਦਾ ਸ਼ੌਂਕ ਪੈਦਾ ਹੋਵੇ। ਜੋ ਸਾਡੇ ਘਰ ਵਿੱਚ ਹੋਏਗਾ ਅਸੀਂ ਧਿਆਨ ਤਾਂ ਜ਼ਰੂਰ ਹੀ ਰੱਖਾਂਗੇ। ਜਿਵੇਂ ਭਾਈ ਸਾਹਿਬ ਨੇ ਲਿਖਿਆ ਹੈ ਨਾ ਵੀ ਰਸੋਈ ਦੇ ਵਿੱਚ ਜਦੋਂ ਸਾਡੇ ਕੋਲ ਸਮਾਨ ਅਸੀਂ ਬਾਜ਼ਾਰੋਂ ਖਰੀਦ ਕੇ ਲਿਆਉਂਦੇ ਹਾਂ ਤਾਂ ਜਦੋਂ ਸਾਡਾ ਚਿੱਤ ਕਰਦਾ, ਦਿਲ ਕਰਦਾ ਸਾਡਾ, ਤਾਂ ਅਸੀਂ ਉਹ ਕੱਢ ਕੇ ਬਣਾ ਕੇ ਖਾ ਲੈਂਦੇ ਹਾਂ। ਕਈ ਵਾਰੀ ਤੁਸੀਂ ਵੇਖਿਆ ਘਰ ਕੋਈ ਮਹਿਮਾਨ ਆ ਜੇ ਆਪਣੇ, ਇੱਕਦਮ ਸਾਨੂੰ ਬਾਜ਼ਾਰ ਭੱਜਣ ਦੀ ਲੋੜ ਨਹੀਂ ਪੈਂਦੀ। ਕਈ ਵਾਰੀ ਪ੍ਰਬੰਧ ਆਪਣੇ ਘਰ 'ਚ ਹੁੰਦਾ, ਆਟਾ ਪਿਆ ਹੁੰਦਾ, ਦਾਲ ਪਈ ਹੈ, ਸਬਜ਼ੀ ਘਰ 'ਚ ਪਈ ਹੈ, ਬਣਾ ਕੇ ਆਪਾਂ ਉਹਦੇ ਗਾੜੀ ਜੇ ਪ੍ਰਸ਼ਾਦਾ ਛਕਣਾ ਬਣਾ ਕੇ ਰੱਖ ਦਿੰਦੇ ਹਾਂ। ਕਹਿੰਦੇ ਵੀ ਜਿਵੇਂ ਸਰੀਰ ਦੀ ਭੁੱਖ ਮਿਟਾਉਣ ਲਈ ਅਸੀਂ ਘਰ 'ਚ ਪ੍ਰਬੰਧ ਕਰਕੇ ਰੱਖਦੇ ਹਾਂ, ਭਾਈ ਸਾਹਿਬ ਕਹਿੰਦੇ ਆ, ਕਹਿੰਦੇ ਵੀ ਜੇ ਮਨ ਨੂੰ ਭੁੱਖ ਲੱਗੀ ਹੋਵੇ ਕੋਈ, ਉਹ ਵੀ ਖਜ਼ਾਨਾ ਆਪਣੇ ਘਰ 'ਚ ਰੱਖਿਆ, ਕੋਈ ਕਿਤਾਬ ਘਰ 'ਚ ਪਈ ਹੋਵੇ, ਕੋਈ ਬਾਣੀ ਦੀ ਪੋਥੀ ਘਰ 'ਚ ਪਈ ਹੋਵੇ। ਕੋਸ਼ਿਸ਼ ਕਰੋ ਆਪਣੇ ਘਰਾਂ 'ਚ ਸਾਹਿਤ ਚੰਗਾ ਰੱਖੋ, ਲਿਟਰੇਚਰ ਚੰਗਾ ਰੱਖੋ, ਪੜ੍ਹਨ ਦੀ ਆਦਤ ਪਾਓ। ਜਿਹੜੇ ਗਿਆਨ ਗੁਰੂ ਨੂੰ ਮੰਨਣ ਵਾਲੇ ਸੀ, ਸੋਚੋ ਜਿਹੜੇ ਗਿਆਨ ਗੁਰੂ ਨੂੰ ਮੰਨਣ ਵਾਲੇ ਸੀ ਉਹ ਅੱਜ ਕਿੱਥੇ ਚਲੇ ਗਏ ਆ? ਉਹ ਮੂਰਤੀਆਂ ਪੂਜ ਰਹੇ ਆ, ਫੋਟੋਆਂ ਦੇ ਅੱਗੇ ਮੱਥੇ ਟੇਕੀ ਜਾਂਦੇ ਆ, ਅਤੇ ਜਿਨ੍ਹਾਂ ਦਾ ਪਤਾ ਨਹੀਂ ਕਿਸੇ ਦਾ ਕਿਸੇ ਦੇਵੀ 'ਤੇ ਵਿਸ਼ਵਾਸ, ਕਿਸੇ ਦਾ ਕਿਸੇ ਦੇਵਤੇ 'ਤੇ ਵਿਸ਼ਵਾਸ, ਉਹ ਪੜ੍ਹਨ ਵਾਲੇ ਬੰਨੇ ਤੁਰ ਪਏ ਆ। ਅਸੀਂ ਮਾਣ ਵੀ ਕਰਦੇ ਹਾਂ, ਵੇਖੋ ਜੀ ਸਾਡਾ ਤਾਂ ਗਿਆਨ ਗੁਰੂ ਹੈ, ਅਸੀਂ ਤਾਂ ਸਮਝਦੇ ਹਾਂ, ਪਰ ਗਿਆਨ ਗੁਰੂ ਸਾਡੇ ਕੋਲ ਹੈ ਹੀ ਨਹੀਂ, ਸਾਡੇ ਕੋਲ ਸਮਝ ਹੈ ਹੀ ਨਹੀਂ। ਆਓ ਆਪਣੇ ਘਰਾਂ 'ਚ ਬਾਣੀ ਦੀਆਂ ਪੋਥੀਆਂ ਰੱਖੋ, ਸਹਿਜ ਪਾਠ ਖੁਦ ਕਰੋ, ਗੁਰਬਾਣੀ ਖੁਦ ਪੜ੍ਹੋ, ਚੰਗਿਆਂ ਵਿਦਵਾਨਾਂ ਦੀਆਂ ਘਰ 'ਚ ਕਿਤਾਬਾਂ ਰੱਖੋ। ਜੇ ਸਾਨੂੰ ਕੁਝ ਆਪ ਨੂੰ ਪਤਾ ਹੋਏਗਾ ਤਾਂ ਅੱਗੇ ਕੁਝ ਬੱਚੇ ਨੂੰ, ਪੁੱਤ ਧੀ ਨੂੰ ਦੱਸਣ ਜੋਗੇ ਹੋਵਾਂਗੇ। ਕੋਸ਼ਿਸ਼ ਕਰੋ ਕਿ ਆਪਣੇ ਘਰਾਂ 'ਚ ਚੰਗਾ ਲਿਟਰੇਚਰ ਰੱਖੋ, ਚੰਗੀਆਂ ਕਿਤਾਬਾਂ ਆਪਣੇ ਘਰਾਂ 'ਚ ਲੈ ਕੇ ਰੱਖੋ, ਤਾਂ ਕਿ ਸਾਨੂੰ ਪੜ੍ਹਨ ਦਾ ਸ਼ੌਂਕ ਪੈਦਾ ਹੋਵੇ। ਇਹ ਪਾਵਨ ਸ਼ਬਦ ਜਿਸ ਦੀ ਆਪਾਂ ਵਿਚਾਰ ਸਾਂਝੀ ਕੀਤੀ ਹੈ, ਧੰਨ ਸੁਹਾਗਣ ਜੋ ਪ੍ਰਭੂ ਪਛਾਣ ਹੈ, ਸੂਹੀ ਰਾਗ ਅੰਦਰ ਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ, 737 ਅੰਕ 'ਤੇ ਇਹ ਸ਼ਬਦ ਸੁਭਾਇਮਾਨ ਹੈ। ਕੋਸ਼ਿਸ਼ ਕਰਿਓ ਵੀ ਜਾ ਕੇ ਇੱਕ ਵਾਰੀ ਜਿਨ੍ਹਾਂ ਘਰਾਂ 'ਚ ਪੋਥੀਆਂ ਆਪ ਪੜ੍ਹਿਓ, ਤਾਂ ਕਿ ਦੁਬਾਰਾ ਪੜ੍ਹਨ ਨਾਲ ਸਾਡੇ ਅਰਥ ਸੁਰਤ ਵਿੱਚ ਵੱਸ ਸਕਣ, ਅਸੀਂ ਇਹਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਸਕੀਏ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਰਹਿੰਦੀਆਂ ਵਿਚਾਰਾਂ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਫਿਰ ਸਾਂਝੀਆਂ ਕਰਾਂਗੇ। ਫਤਿਹ ਬੁਲਾਓ, ਅਦਬ ਸਤਿਕਾਰ ਨਾਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।